ਯੂਪੀ ਹallelujah ਸਾਰੇ ਜਮਸੀ ਕੀ ਰੱਬ ਤੁਹਾਨੂੰ ਬਹੁਤ ਜਿਆਦਾ ਆਸ਼ੀਸ਼ ਦੇਵੇ ਔਰ ਅਸੀਂ ਅੱਜ ਸਿੱਖਾਂਗੇ ਖੁਦਾ ਦੀ ਕਿਰਪਾ ਦੇ ਨਾਲ ਅੰਤ ਦਿਨਾਂ ਦੇ ਵਿੱਚ ਕੀ ਕੁਝ ਹੋਵੇਗਾ ਉਹਦਾ 8ਵਾਂ ਪਾਠ ਸੀ ਦੇਖਾਂਗੇ ਅੱਜ ਔਰ ਕੱਲ ਅਸੀਂ ਪਹੁੰਚੇ ਸਾਂ ਕਿ ਯਰੂਸ਼ਲਮ ਵਿੱਚ ਡਰ ਅਤੇ ਖੌਫ ਦੀਆਂ ਚੀਕਾਂ ਦਿਨ ਰਾਤ ਸੁਰਾਈ ਦਿੰਦੀਆਂ ਸੀ ਜਦੋਂ ਮਾਮਾ ਨੂੰ ਪਤਾ ਲੱਗਦਾ ਸੀ ਕਿ ਉਹਨਾਂ ਦੇ ਬੱਚੇ ਗਾਇਬ ਹਨ ਬੱਚੇ ਡਾਕੂਆਂ ਦੇ ਝੁੰਡ ਦਾ ਸ਼ਿਕਾਰ ਹੋ ਜਾਂਦੇ ਸੀ ਜਿਹੜੇ ਯਰੂਸ਼ਲਮ ਦੀਆਂ ਜਾਤੀਆਂ ਵਿੱਚ ਭੋਜਨ ਦੀ ਤਲਾਸ਼ ਵਿੱਚ ਘੁੰਮਦੇ ਸਨ ਇਸ ਮੁਸੀਬਤ ਨੇ ਯਰੂਸ਼ਲਮ ਉੱਤੇ ਆਉਣ ਵਾਲੀ ਮੁਸੀਬਤ ਦਾ ਵਰਣਨ ਉਹਨਾਂ ਔਰਤਾਂ ਨਾਲ ਪਹਿਲਾਂ ਹੀ ਕਰ ਦਿੱਤਾ ਸੀ ਜਿਹੜੀਆਂ ਉਸ ਦੇ ਪਿੱਛੇ-ਪਿੱਛੇ ਉਸ ਵਕਤ ਚੱਲ ਰਹੀਆਂ ਸਨ ਜਦੋਂ ਮਸੀਹ ਯਿਸੂ ਕੁਰਬਾਨ ਹੋਣ ਤੋਂ ਹੋਣ ਲਈ ਮੋਢੇ ਉੱਤੇ ਸਰੀਰ ਚੁੱਕ ਕੇ ਜਾ ਰਿਆ ਸੀ ਕੱਲ੍ਹ ਅਸੀਂ ਇੱਥੇ ਤੱਕ ਪਹੁੰਚੇ ਸਾਂ ਸੋ ਆਓ ਅਸੀਂ ਇਸ ਤੋਂ ਅਗਲੇ ਹਿੱਸੇ ਨੂੰ ਦੇਖਦੇ ਹਾਂ ਕਿ ਉਸ ਸਮੇਂ ਦੇ ਹਾਲਾਤ ਕੀ ਸੀਗੇ ਔਰ ਅਸੀਂ ਅੰਤ ਦਿਨਾਂ ਵਿੱਚ ਕੀ ਕੁਝ ਹੋਵੇਗਾ ਉਹਨੂੰ ਦੇਖ ਰਹੇ ਹਾਂ ਔਰ ਅੱਜ ਬਹੁਤ ਸਾਰੇ ਲੋਕੀ ਕਹਿ ਰਹੇ ਵੀ ਹੁਣ ਅੰਤ ਤੇ ਦਿਨ ਆ ਗਿਆ ਹੈ ਤੋ ਅਸੀਂ ਇਹਨਾਂ ਪਰਤਾਂ ਨੂੰ ਖੋਲਾਂਗੇ ਕਿ ਅੰਤ ਦੇ ਦਿਨ ਦੇ ਵਿੱਚ ਅਸੀਂ ਹੁਣ ਨਹੀਂ ਪਹੁੰਚੇ ਅੰਤ ਦੇ ਦਿਨ ਕਦੋਂ ਸ਼ੁਰੂ ਹੋਏ ਆ ਉਹਨਾਂ ਬਾਰੇ ਸਿੱਧੇ ਆ ਦਵਾਂਗੇ ਅਸੀਂ ਇੱਕ ਵਰਸ ਪੜ੍ਹ ਕੇ ਫਿਰ ਮੈਂ ਚਾਹੁੰਦਾ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਅਸੀਂ ਸਮਝ ਸਕੀਏ ਕਿ ਅਸੀਂ ਆਪਣੀ ਅਕਲ ਤੇ ਆਪਣੀ ਸਮਝ ਦੇ ਨਾਲ ਅੰਤ ਦਿਨਾਂ ਨੂੰ ਸਮਝਦੇ ਹਾਂ ਕਿ ਸ਼ਾਇਦ ਹੁਣ ਆਹ ਵਾਲੀਆਂ ਮੁਸੀਬਤਾਂ ਆ ਗਈਆਂ ਲਾਕਡਾਊਨ ਹੋ ਗਿਆ ਇਹ ਇਹ ਸਾਰਾ ਕੁਝ ਹੋਇਆ ਆ ਤੇ ਸ਼ਾਇਦ ਹੁਣ ਅੰਤਿਮ ਦਿਨਾਂ ਨਾ ਅੰਤਿਮ ਦਿਨਾਂ ਦੀਆਂ ਗੱਲਾਂ ਜਦੋਂ ਯਸ਼ਮਸੀ ਨੇ ਸ਼ੁਰੂ ਕੀਤੀਆਂ ਜਦੋਂ ਚੇਲੇ ਨੇ ਕਿਹਾ ਨਾ ਵੀ ਇਹ ਕਦੋਂ ਹੋਵੇਗਾ ਤੇ ਅੰਤਿਮ ਦਿਨਾਂ ਦੀਆਂ ਗੱਲਾਂ ਕਦੋਂ ਸ਼ੁਰੂ ਹੋਈਆਂ ਸਭ ਤੋਂ ਪਹਿਲਾਂ ਇੱਕ ਗੱਲ ਚੇਤਾ ਰੱਖੋ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਇੱਕ ਦਿਨ 1000 ਸਾਲ ਵਰਗਾ ਤੇ 1000 ਸਾਲ ਇੱਕ ਦਿਨ ਵਰਗਾ ਸਾਨੂੰ ਲੱਗਦਾ ਵੀ ਇਹ ਤਾਂ ਮਤਲਬ 2000 ਸਾਲ ਤੋਂ ਚੱਲਿਆ ਆ ਰਿਹਾ ਤੇ 2000 ਸਾਲ ਤੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਵੀ ਅੰਤ ਦੇ ਦਿਨਾਂ ਦੇ ਨਿਸ਼ਾਨ ਆਇਆ ਅੰਤ ਦੇ ਦਿਨਾਂ ਦੇ ਨਿਸ਼ਾਨਾ ਪ੍ਰਭੂ ਦਾ ਆਗਮਨ ਨੇੜੇ ਆ ਅੰਤ ਨੇੜੇ ਆ ਇਹ ਹੈ ਮਤਲਬ ਇਦਾਂ ਨਹੀਂ ਗੱਲਾਂ ਚਲਦੀਆਂ ਆ ਰਹੀਆਂ ਲੇਕਿਨ ਸਾਡੇ ਕੀ ਚੀਜ਼ ਦਾ ਇਹ ਖਿਆਲ ਰਵੇ ਕਿ ਪ੍ਰਭੂ ਦੀ ਨਜ਼ਰ ਦੇ ਵਿੱਚ ਇੱਕ ਦਿਨ ਇੱਕ ਹਜ਼ਾਰ ਸਾਲ ਵਰਗਾ ਤੇ ਇੱਕ ਹਜ਼ਾਰ ਸਾਲ ਇੱਕ ਦਿਨ ਵਰਗਾ ਸੋ ਅੰਤ ਦੇ ਦਿਨਾਂ ਦੇ ਨਿਸ਼ਾਨ ਕਦੋਂ ਸ਼ੁਰੂ ਹੋਏ ਸੀਗੇ ਅਸੀਂ ਬਾਈਬਲ ਦੇ ਵਿੱਚ ਪੜਾਂਗੇ ਲੂਕਾ ਦੀ ਇੰਜੀਲ ਉਹਦਾ 21 ਦਾ ਹੈ ਉਹਦੇ 5 ਵਰਸ ਤੋਂ ਲੂਕਾ ਚੈਪਟਰ 21 ਵਰਸ 5 ਜਾਂ ਬਹੁਤ ਲੋਕ ਹੈਕਲ ਦੇ ਵਿਖੇ ਗੱਲਾਂ ਕਰਦੇ ਸਨ ਜੋ ਉਹ ਸੋਨੇ ਪੱਥਰਾਂ ਅਤੇ ਚੜਾਵਿਆਂ ਨਾਲ ਕਿਹੋ ਜਿਹੀ ਸਵਾਰੀ ਹੋਈ ਹੈ ਤਾਂ ਉਸ ਆਖਿਆ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡਿੱਗਿਆ ਨਾ ਜਾਵੇ ਇਸ ਪ੍ਰਭੂ ਦੀ ਗੱਲ ਤੋਂ ਅੰਤਿਮ ਦਿਨਾਂ ਦੀ ਸ਼ੁਰੂਆਤ ਹੁੰਦੀ ਹੈ ਇਹ ਨਾ ਸਮਝੋ ਅਸੀਂ ਅੱਜ ਅੰਤਿਮ ਦਿਨਾਂ ਦੇ ਵਿੱਚ ਆਏ ਹਾਂ ਪ੍ਰਭੂ ਦੀ ਨਜ਼ਰ ਦੇ ਵਿੱਚ ਅੰਤਿਮ ਦਿਨਾਂ ਦਾ ਕੰਮ ਇੱਥੇ ਸ਼ੁਰੂ ਹੋ ਗਿਆ ਆ ਜਦੋਂ ਪ੍ਰਭੂ ਯਿਸੂ ਮਸੀਹ ਏਪੋਕੈনিক ਕਰ ਰਿਹਾ ਔਰ ਜਿਸ ਦਿਨ ਇਹ ਗੱਲ ਪੂਰੀ ਹੁੰਦੀ ਆ ਉਸ ਦਿਨ ਤੋਂ ਅਸੀਂ ਅੰਤਿਮ ਦਿਨਾਂ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਸੋ ਪ੍ਰਭੂ ਦੀ ਨਜ਼ਰ ਦੇ ਵਿੱਚ ਅਜੇ ਦੂਜਾ ਦਿਨ ਹੀ ਚੱਲਣ ਡਿਆ ਉਸ ਦਿਨ ਤੋਂ ਲੈ ਕੇ ਸਾਨੂੰ ਲੱਗਦਾ ਵੀ 2000 ਸਾਲ ਦਾ ਸਮਾਂ ਬੀਤ ਚੱਲਿਆ ਲੇਕਿਨ ਪ੍ਰਭੂ ਦੀ ਨਜ਼ਰ ਦੇ ਵਿੱਚ ਅਜੇ ਕੀ ਹੈ ਭਲਾ ਅਜੇ ਦੂਜਾ ਦਿਨ ਹੀ ਆ ਦੂਜਾ ਦਿਨ ਵੀ ਜੇ ਖਤਮ ਨਹੀਂ ਹੋਇਆ ਮੈਂ ਇਹ ਦੋ ਦਿਨਾਂ ਦੀ ਗੱਲ ਕਰ ਰਿਹਾ ਹਾਂ ਜਿਹੜਾ ਪ੍ਰਭੂ ਦੇ ਇਹ ਸ਼ਬਦ ਕਹੇ ਤਾਂ ਜਾਂਦਵਾਂ ਦੇ 70 ਈਸਵੀ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦਿਨਾਂ ਦੇ حساب ਦੇ ਨਾਲ ਸੋ ਦੇਖਦੇ ਹਾਂ ਕਿ ਇਹ ਤੇ ਪੱਥਰ ਤੇ ਪੱਥਰ ਛੱਡਿਆ ਨ ਜਾਵੇਗਾ ਡੇਗਿਆ ਨ ਜਾਵੇ ਅੱਗੋਂ ਉਹਨਾਂ ਉਸ ਤੋਂ ਪੁੱਛਿਆ ਫਿਰ ਗੁਰੂ ਜੀ ਇਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਕੀ ਲੱਛਣ ਹੈ ਜਾਂ ਇਹ ਗੱਲਾਂ ਹੋਣ ਲੱਗਣਗੀਆਂ ਤੇ ਇਹ ਹੁਣ ਪ੍ਰੋਫੈਸਰ ਐਸਐਮਸੀ ਦੱਸਦਾ ਆ ਵੀ ਅੰਤਿਮ ਦਿਨਾਂ ਦੀ ਜਿਹੜੀ ਸ਼ੁਰੂਆਤ ਹੈ ਨਾ ਜੋ ਮੈਂ ਕਹਿ ਚੱਲਾਂ ਜੋ ਦੁਨੀਆ 'ਚ ਹੋਣ ਵਾਲਾ ਆ ਉਹਦੀ ਸ਼ੁਰੂਆਤ ਹੁੰਦੀ ਆ 70 ਇਸਵੀ ਤੋਂ ਸੋ 70 ਇਸਵੀ ਤੋਂ ਅਸੀਂ ਇਹਨੂੰ ਮੰਨ ਕੇ ਚੱਲਾਂਗੇ ਕਿ ਇਹਨਾਂ ਦਿਨਾਂ ਦੀ ਸ਼ੁਰੂਆਤ ਜਿਹੜੀ ਆ ਉਹ 70 ਇਸਵੀ ਤੋਂ ਸ਼ੁਰੂ ਹੋ ਗਈ ਮੇਰੇ ਤੁਹਾਡੇ ਸੁਭੇਜਾ ਤਾਂ ਜੇ ਫਿਰ ਖਰਾਬ ਹੋ ਗਈ ਇਸ ਸੋ ਮਾਫ ਕਰਨਾ ਸੋ ਇੱਕ ਸਾਲ ਦਾ ਅਸੀਂ ਦੇਖਾਂਗੇ ਪਹਿਲਾਂ ਵੇਰਵਾ ਉਸ ਤੋਂ ਬਾਅਦ ਅਸੀਂ ਫਿਰ ਅੱਗੇ ਵਧਾਂਗੇ ਤਾਂ ਕਿ ਅਸੀਂ ਬਰੀਕੀ ਦੇ ਨਾਲ ਉਸ ਗੱਲ ਨੂੰ ਸਮਝ ਸਕੀਏ ਥੋੜਾ ਜਿਹਾ ਟਾਈਮ ਲਵਾਵਾਂਗਾ ਤੁਹਾਡਾ ਔਰ ਤੁਸੀਂ ਬਣੇ ਰਹੋ ਇਸੇ ਤਰ੍ਹਾਂ अखते हैं दूसरा पत्रस तीन अध्याय दूसरा पत्रस तीन अध्याय असी वर्ष देखा तीन नौ वर्ष देखा अभी प्रभु अपनी प्रतिज्ञा के विषय में देर नहीं करता ਏ ਨਾ ਸਮਝੋ ਵੀ ਪ੍ਰਭੂ ਨੇ ਬੜੀ ਧੀਰ ਕਰ ਦਿੱਤੀ ਆ ਉਦੋਂ ਦਾ ਕਿਹਾ ਸੀ ਤੇ ਅਜੇ ਤੱਕ ਪੂਰਾ ਨਹੀਂ ਹੋਇਆ ਸਾਨੂੰ ਲੱਗਦਾ ਆ ਦੇਰ ਹੋ ਗਈ ਆ ਪ੍ਰਭੂ ਦੇ ਭਾਣੇ ਕੋਈ ਦੇਰ ਨਹੀਂ ਹੈ ਇਸ ਚੀਜ਼ ਨੂੰ ਚੇਤੇ ਰੱਖਣਾ ਸਾਨੂੰ ਲੱਗਦਾ ਆ ਦੇਰ ਆ ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਕੋਈ ਦੇਰ ਨਹੀਂ ਹੈ ਸਾਨੂੰ ਲੱਗਦਾ 2000 ਸਾਲ ਹੋ ਚੱਲੇ ਆ ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਅਜੇ ਦੂਜਾ ਦਿਨ ਹੀ ਚੱਲ ਰਿਹਾ ਹੈ ਇਹ ਸਰ ਕੇ ਧਿਆਨ ਰੱਖਣਾ ਆ ਸੀ ਇਹਨਾਂ ਗੱਲਾਂ ਨੂੰ ਕਿ ਪ੍ਰਭੂ ਇਸ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਇਸ ਗੱਲ ਨੂੰ ਲੈਂਦਾ ਆ ਪਰਭੂ ਆਪਣੀ ਪ੍ਰਤੀਗਿਆ ਕੇ ਵਿਸ਼ੇ ਮੇਂ ਦੇਰ ਨਹੀਂ ਲਗਾਏਗਾ ਨਾ ਕਰਦਾ ਆ ਜੈਸੀ ਦੇਰ ਕਿਤਨੇ ਲੋਗ ਸਮਝਦੇ ਜਿੱਦਾਂ ਅਸੀਂ ਸਮਝਦੇ ਆਂ ਵੀ ਬੜੀ ਦੇਰ ਹੋ ਗਈ ਆ ਪ੍ਰਭੂ ਦੀ ਨਜ਼ਰ ਦੇ ਵਿੱਚ ਕੋਈ ਦੇਰ ਨਹੀਂ ਸਾਡੇ ਹਸਾਬ ਦੇ ਨਾਲ ਦੇਰ ਜਿਹੜੀ ਹੈ ਨਾ ਉਹ ਹੋ ਗਈ ਆ ਸੋ ਪਰ ਤੁਹਾਰੇ ਵਿਸ਼ੇ ਮੇਂ ਧੀਰਜਦਾਰਤਾ ਇਹਨੂੰ ਦੇਰ ਨਾ ਸਮਝੋ 2000 ਸਾਲ ਹੋ ਗਏ ਆ ਉਦੋਂ ਹੀ ਚੇਲੇ ਕਹਿੰਦੇ ਸੀਗੇ ਵੀ ਅਸੀਂ ਅੰਤਿਮ ਦਿਨਾਂ ਦੇ ਵਿੱਚ ਪਹੁੰਚ ਚੁੱਕੇ ਹਾਂ ਅਸੀਂ ਅੰਤਿਮ ਦਿਨਾਂ ਦੇ ਵਿੱਚ ਪਹੁੰਚ ਚੁੱਕੇ ਹਾਂ ਜਾਂ ਅੰਤ ਦਿਨਾਂ ਦੇ ਵਿੱਚ ਆ ਕੁਝ ਹੋਊਗਾ ਉਹ ਉਹ ਸਾਰੀਆਂ ਗੱਲਾਂ ਕਰਦੇ ਸਨ ਪਰ ਧਿਆਨ ਰੱਖੋ 2000 ਸਾਲ ਪਹਿਲਾਂ ਵੀ ਚਿੰਲੇ ਕਹਿੰਦੇ ਸੀਗੇ ਵੀ ਪ੍ਰਭੂ ਦਾ ਆਗਮਨ ਨੇੜੇ ਆ ਅੱਜ ਅਸੀਂ ਵੀ ਕਹਿੰਦੇ ਆ ਪ੍ਰਭੂ ਦਾ ਆਗਮਨ ਨੇੜੇ ਆ ਤੇ ਫਿਰ ਇਹ ਜਿਹੜਾ ਆਲੋਚਨਾ ਕਰਨ ਵਾਲਾ ਉਹ ਕਹਿੰਦਾ ਵੀ ਕਿੱਥੇ ਆ ਉਹਦੋਂ 2000 ਸਾਲ ਪਹਿਲਾਂ ਵੀ ਕਹਿੰਦੇ ਨੇੜੇ ਆ ਤੇ ਹੁਣ ਵੀ ਕਹਿੰਦੇ ਨੇੜੇ ਆ ਸੋ ਅਸੀਂ ਪਰਮੇਸ਼ਵਰ ਦੀ ਸਿਸਟਮ ਸਮਝਾਂਗੇ ਅਸੀਂ ਆਪਣੀ ਅਕਲ ਦੇ ਨਾਲ ਨਹੀਂ ਪਰਮੇਸ਼ਵਰ ਦੀਆਂ ਗੱਲਾਂ ਸਮਝਾਂਗੇ ਪਰਮੇਸ਼ਵਰ ਦੀ ਅਕਲ ਦੇ ਨਾਲ ਜਿਹੜੀ ਉਹਨੇ ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਬਖਸ਼ੀਆ ਸੀ ਉਸ ਗੱਲ ਦੇ ਅਨੁਸਾਰ ਬਚਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰਭੂ ਆਪਣੀ ਪ੍ਰਤੀਗਿਆ ਕਿ ਵਿਸ਼ੇ ਮੇਂ ਦੇਰ ਨਹੀਂ ਕਰਤਾ ਜੈਸੇ ਜੈਸੇ ਦੇਰ ਕਿਤਨੇ ਲੋਕ ਸਮਝਤੇ ਹਨ ਪਰ ਤੁਹਾਾਰੇ ਵਿਸ਼ੇ ਮੇਂ ਧੀਰਜ ਧਰਤਾ ਹੈ ਇਹ ਸ਼ੁਕਰ ਕਰੋ ਮੈਂ ਉਹਨੇ ਧੀਰੇਜ ਰੱਖਿਆ ਹੋਇਆ ਹੈ ਮਿਸਾਲ ਦੇ ਤੌਰ ਤੇ ਤੁਸੀਂ ਆਪਣੇ ਉੱਤੇ ਲੈ ਲੈਨੇ ਅੱਜ ਅਗਰ ਪ੍ਰਭੂ ਦੀ ਆਮਨ ਹੁੰਦੀ ਆ ਤੇ ਆਪਣੇ ਆਪਣੇ ਦਿਲ ਨੂੰ ਪੁੱਛੋ ਤੁਸੀਂ ਰੈਡੀ ਆਂ ਅਸੀਂ ਗਾਣੇ ਗੁਣੇ ਵੀ ਬੜੀ ਆਤਮਾ ਦੇ ਵਿੱਚ ਹੋ ਕੇ ਗਾ ਲੈਨੇ ਆ ਪ੍ਰਭੂ ਜਲਦੀ ਆ ਜਾ ਮੈਂ ਤਿਆਰ ਆ ਦੁਲਹਨ ਤਿਆਰ ਹੋ ਗਈ ਐ ਦੁਲਹਨ ਨੂੰ ਲੈ ਜਾ ਦੁਲਹਨ ਤੜਫੰਡੇ ਆ ਦੁਲਹਨ ਮੱਛੀ ਵਾਂਗੂ ਤੜਫੰਡੇ ਆ ਦੁਲਹਨ ਦਾ ਬਲ ਸਤਿਆਨਾਸ਼ ਹੋਈ ਜਾਂਦਾ ਤੂੰ ਲੈ ਜਾ ਦੁਲਹਨ ਨੂੰ ਲੈ ਜਾ ਯਾਨੀ ਕਿ ਗਾਣੇ ਗੁਣੇ ਤੇ ਅਸੀਂ ਗਾ ਗੂ ਕਿਤੇ ਬੜਾ ਸਿਸਟਮ ਜੇ ਕਰਦੇ ਆ ਇਹ ਦੇਖੋ ਵੀ ਦੁਲਹਨ ਨੂੰ ਜੇ ਲੈਣ ਆ ਗਿਆ ਤੇ ਰੈਡੀ ਹੈ ਤੇ ਜੇ ਰੈਡੀ ਨਹੀਂ ਆ ਨਾ ਤੇ ਫਿਰ ਪਰਮੇਸ਼ਵਰ ਦਾ ਸ਼ੁਕਰ ਕਰੋ ਇਹਨਾਂ ਕੋ 2000 ਸਾਲ ਤੋਂ ਇਹ ਗੱਲਾਂ ਚੱਲੀਆਂ ਆ ਰਹੀਆਂ ਤੇ ਹੋਇਆ ਤੇ ਹੈ ਨਹੀਂ ਸ਼ੁਕਰ ਕਰੋ ਨਹੀਂ ਹੋਇਆ ਜੇ ਕਿਤੇ ਗਲਤੀ ਦੇ ਨਾਲ ਹੋ ਜਾਂਦਾ ਨਾ ਤੇ ਫਿਰ ਤੁਸੀਂ ਰੋਣਾ ਸੀਗਾ ਕਰਲਾਉਣਾ ਸੀ ਮੈਂ ਇੱਥੇ ਕੱਲ ਹੀ ਰਹਿ ਗਿਆ ਸ਼ਰਮ ਦੇ ਮਾਰੇ ਕਿਸੇ ਨਾਲ ਅੱਖ ਨਹੀਂ ਸੀ ਬਣਾਉਣੀ ਅੱਰੇ ਅੱਜ ਬੜੇ ਮਤਲਬ ਉਹ ਤੇ ਬਣਾ ਬਣਾ ਗਏ ਨਾ ਸਟੇਜਾਂ ਦੇ ਉੱਤੇ ਪਾਰਟੀਆਂ ਤੇ ਗਾਉਂਦੇ ਨਾ ਇਹੜੇ ਬੜੇ ਜ਼ੋਰ-ਜ਼ੋਰ ਦੇ ਨਾਲ ਤੇ ਲੋਕਾਂ ਨੂੰ ਬੜਾ ਪਵਿੱਤਰ ਆਤਮਾ ਉੱਤੇ ਦਾ ਤੇ ਕਹਿੰਦੇ ਬੜਾ ਰੋਹਾਨੀ ਮੌਸਮ ਸੀਗਾ ਇਹ ਬਾਅਦ ਤੁਹਾਨੂੰ ਇੱਥੇ ਪੈਣੇ ਸ਼ਰਮ ਦੇ ਮਾਰੇ ਤੁਹਾਡੇ ਨਾਲ ਅੱਖ ਨਹੀਂ ਬਣਾਉਣੀ ਜਿਹੜੇ ਕਹਿੰਦੇ ਆ ਆ ਪ੍ਰਭੂ ਜੀ ਆ ਦੁਲਹਨ ਨੂੰ ਲੈ ਦੁਲਹਨ ਨੂੰ ਤੇਨੇ ਲੈਣਾ ਆਣਾ ਆਪਣੇ ਟਾਈਮ ਦੇ ਉੱਤੇ ਪਰ ਇਹ ਦੇਖੋ ਅਸੀਂ ਰੈਡੀ ਹੈਗੇ ਆ ਸੋ ਸਮਝਾਂਗੇ ਪਰਮੇਸ਼ਵਰ ਦੇ ਇਸ ਧੀਰੇ ਜ ਨੂੰ ਵੀ ਉਹਦੀ ਕਿਰਪਾ ਦੇ ਨਜ਼ਰ ਜੀ ਨਾਲ ਦੇਖੋ ਕਿ ਅਸੀਂ ਅਜੇ ਤਿਆਰ ਨਹੀਂ ਆ ਤੇ ਇਹ ਉਹਦਾ ਧੀਰੇ ਜੀ ਆ ਤੇ ਇਹ ਧੀਰੇ ਜੀ ਇਸੇ ਕਰਕੇ ਉਹਨੇ ਰੱਖਿਆ ਵੀ ਅਸੀਂ ਤਿਆਰ ਹੋ ਜਾਈਏ ਸਮਾਨਾ ਦੇਖੋ ਕਿੰਨਾ ਲੱਗ ਗਿਆ ਆ ਇਹ ਵੀ ਨਾ ਦੇਖੋ ਇਹ ਕਿੰਨਾ ਲੱਗਣਾ ਆ ਇਹ ਦੇਖੋ ਵੀ ਪ੍ਰਭੂ ਆਉਣ ਵਾਲਾ ਮੈਂ ਹਰ ਦਿਨ ਨੂੰ ਪ੍ਰਭੂ ਦੇ ਇਦਾਂ ਸਮਝਾਂਗਾ ਕਿ ਉਹ ਅੱਜ ਹੀ ਆ ਸਕਦਾ ਹੈ ਤੇ ਮੈਂ ਆਪਣੀ ਤਿਆਰੀ ਕਰਕੇ ਰੱਖਣੀ ਹੈ ਮੇਰੀ ਤਿਆਰੀ ਹੋ ਜਾਵੇ ਇਸ ਕਰਕੇ ਉਹ ਬੜਾ ਧੀਰੇ ਜਿਹਾ ਰੱਖ ਕੇ ਬੈਠਾ ਹੋਇਆ ਹੈ ਔਰ ਨਹੀਂ ਚਾਹਤਾ ਕਿ ਕੋਈ ਨਾਸ਼ ਹੋ ਧੀਰੇ ਜੇ ਸਰਕੇ ਰੱਖਿਆ ਹੈ ਉਹਨੇ ਵੀ ਉਹ ਚਾਹੁੰਦਾ ਨਹੀਂ ਵੀ ਕੋਈ ਬਰਬਾਦ ਹੋ ਜਾਵੇ ਇਸ ਲਈ ਇਹ ਨਾ ਦੇਖੋ ਕਿੰਨਾ ਸਮਾਂ ਬੀਤ ਗਿਆ ਹੈ ਇਹ ਦੇਖੋ ਇਹ ਉਹਦਾ ਸਬਰ ਆ ਤੇ ਇਸ ਸਬਰ ਨੂੰ ਨੇ ਇਸ ਲਈ ਰੱਖਿਆ ਹੋਇਆ ਹੈ ਕਿ ਉਹ ਨਹੀਂ ਚਾਹੁੰਦਾ ਵੀ ਕੋਈ ਨਾਸ਼ ਹੋ ਜਾਵੇ ਪਰ ਸਾਡੇ ਉੱਤੇ ਹੁਣ ਡਿਪੈਂਡ ਹੈ ਵੀ ਅਸੀਂ ਬਰਬਾਦੀ ਤੋਂ ਬਚਣਾ ਹੈ ਜਾਂ ਬਰਬਾਦ ਹੋਣਾ ਹੈ ਤੇ ਜੇ ਅਸੀਂ ਚਾਹੁੰਦੇ ਹਾਂ ਬਰਬਾਦੀ ਤੋਂ ਅਸੀਂ ਬਚੀਏ ਤੇ ਫਿਰ ਬਸ ਹਰੇਕ ਦਿਨ ਨੂੰ ਅੱਜ ਦਾ ਦਿਨ ਸਮਝ ਕੇ ਤੇ ਅੱਜ ਹੀ ਪ੍ਰਭੂ ਆ ਸਕਦਾ ਹੈ ਇਸ ਤਰੀਕੇ ਦੇ ਨਾਲ ਡਰਦੇ ਤੇ ਕੰਬਦੇ ਹੋਏ ਆਪਣੇ ਮੁਕਤੀ ਦੇ ਕੰਮ ਨੂੰ ਪੂਰਾ ਕਰੀਏ ਤੇ ਜੇ ਸਾਡਾ ਦਿਲ ਸਾਡੇ ਉੱਤੇ ਗਵਾਹੀ ਦਿੰਦਾ ਹੈ ਵੀ ਅਸੀਂ ਪ੍ਰਭੂ ਤੇ ਕਾਫੀ ਨਜ਼ਦੀਕ ਪਹੁੰਚ ਗਏ ਆ ਫਿਰ ਆਪਣੀ ਪਵਿੱਤਰਤਾ ਨੂੰ ਕਾਇਮ ਰੱਖੀਏ ਕਿਤੇ ਵੀ ਮਾੜਾ ਕਿ ਵੀ ਜਿਹੜਾ ਸਾਡੇ ਕੋਲ ਕੀਤਾ ਗਿਆ ਜਿਹੜਾ ਗੁਸਤਾਖੀ ਆ ਉਹ ਸਾਡੇ ਦੀ ਫਾਹ ਬਣ ਸਕਦੀ ਆ ਔਰ ਮੈਂ ਕੱਲ ਵੀ ਦੱਸਿਆ ਸੀਗਾ ਪ੍ਰਭੂ ਦੀ ਸਿਰਵ ਦਇਆ ਦੇ ਚੱਕਰ ਚ ਫਸੇ ਨਾ ਰਹ ਜਿਓ ਧਰਮੀ ਤੇ ਨਿਆਂਈ ਆ ਕੱਲੀ ਕੱਲੀ ਗੱਲ ਦਾ ਹਿਸਾਬ ਕਰਦਾ ਆ ਔਰ ਕਿਸੇ ਦੇ ਨਾਲ ਪੱਖਪਾਤ ਨਹੀਂ ਕਰਦਾ ਔਰ ਅਸੀਂ ਉਹਦੀ ਪਿਆਰੀ ਕੌਮ ਦਾ ਹਸ਼ਰ ਦੇਖਦੇ ਪਏ ਆ ਰਾਤੀ ਮੈਂ ਪਰਦਾ ਪਿਆ ਸੀ ਤੇ ਨਾਲ ਰੋਂਦਾ ਪਿਆ ਸੀ ਤੇ ਨਾਲ ਉਹਦੇ ਨਿਆਂਵਾਂ ਦੇ ਲਈ ਉਹ ਧਰਮੀ ਆ ਇਹਦੇ ਲਈ ਉਹਦਾ ਧੰਨਵਾਦ ਵੀ ਕਰਦਾ ਸੀ ਵੀ ਸੱਚਮੁੱਚ ਤੇਰੇ ਜਿਹਾ ਕੋਈ ਹੋ ਸਕਦਾ ਨਹੀਂ ਆ ਔਰ ਜੋ ਕੁਛ ਉਹਨੇ ਇਸਰਾਈਲ ਦੇ ਨਾਲ ਕੀਤਾ ਹੈ ਨਾ ਜਿਨ੍ਹਾਂ ਤੋਂ ਵਾਅਦਾ ਕੀਤਾ ਜਿਨ੍ਹਾਂ ਦੇ ਵੰਸ਼ ਨਾਲ ਵਾਅਦਾ ਹੈ ਜਿਹਨੂੰ ਕਿਹਾ ਸੀ ਅਬਰਾਹਮ ਨੂੰ ਵੀ ਤੇਰੇ ਵਿੱਚ ਦੁਨੀਆ ਦੀਆਂ ਸਾਰੀਆਂ ਕੌਮਾਂ ਇਕੱਠੀਆਂ ਕਰਾਂਗਾ ਤੂੰ ਕੌਮਾਂ ਦਾ ਬਾਪ ਹੋਵੇਂਗਾ ਉਸ ਵੰਚ ਵਿੱਚੋਂ ਨਿਕਲੀ ਹੋਈ ਕੋਮ ਦਾ ਜੋ ਹਸ਼ਰ ਪਰਮੇਸ਼ਵਰ ਨੇ ਕੀਤਾ ਰੱਤੀ ਉਹਨੂੰ ਮੈਂ ਸਟੱਡੀ ਕਰਦਾ ਸੀ ਤੇ ਰੋਂਦਾ ਸੀ ਵੀ ਉਸ ਵਕਤ ਇਹਨਾਂ ਦੇ ਮਨ ਵਿੱਚ ਇਹ ਹੀ ਆਉਂਦਾ ਹੋਵੇਗਾ ਕਿ ਪਰਮੇਸ਼ਵਰ ਨੇ ਸਾਨੂੰ ਛੱਡ ਦਿੱਤਾ ਹੈ ਲੇਕਿਨ ਇਹ ਇਹ ਨਹੀਂ ਸੀ ਜਾਣ ਸਕੇ ਜਾਂ ਉਸ ਚੀਜ਼ ਵਾਲਿਆਂ ਦਾ ਫਿਰ ਵੀ ਧਿਆਨ ਨਹੀਂ ਗਿਆ ਵੀ ਪਰਮੇਸ਼ਵਰ ਨੇ ਸਾਨੂੰ ਕਿਉਂ ਛੱਡਿਆ ਇਹਨਾਂ ਦੇ ਮਨ ਵਿੱਚ ਇੱਕ ਵਾਰੀ ਵੀ ਇਹ ਗੱਲ ਨੇ ਘਰ ਨਹੀਂ ਕੀਤਾ ਵੀ ਮਸੀ ਯੇਸੂ ਦੇਲੇ ਸਲੀਬ ਦੀ ਮੌਤ ਮੰਗਣਾ ਤੇ ਆਪਣੇ ਲਈ ਬਰਬਾ ਡਾਕੂ ਨੂੰ ਮੰਗਣਾ ਇਹ ਜੋ ਸਾਡੇ ਤੇ مصیبت ਆਈ ਉਹਦਾ ਹੀ ਚੱਕਰ ਆ ਸਾਰਾ ਇਹਨਾਂ ਨੇ ਆਪ ਮੰਗਿਆ ਸੀ ਡਾਕੂ ਨੂੰ ਤੇ ਕਿਹਾ ਸੀ ਵੀ ਇਹਦਾ ਖੂਨ ਸਾਡੇ ਉੱਤੇ ਤੇ ਸਾਡੀ ਸੰਤਾਨ ਦੇ ਉੱਤੇ ਆਵੇ ਪਰ ਇਹਨੂੰ ਸਲੀਬੀ ਮੌਤ ਦਿਓ ਆਪ ਇਹਨਾਂ ਨੇ ਉਸ مصیبت ਨੂੰ ਉਸ موت ਨੂੰ ਮੰਗਿਆ ਸੀ ਜਿਹੜੀ 70 ਇਸਵੀ ਦੇ ਵਿੱਚ ਇਹਨਾਂ ਦੇ ਉੱਤੇ ਆਉਂਦੀ ਹੈ ਆਪ ਇਹਨਾਂ ਨੇ ਉਹਦਾ ਕੀ ਕਹਿੰਦੇ ਹੁੰਦੇ ਆ ਨਿਮੰਤਰਣ ਸਵੀਕਾਰ ਕੀਤਾ ਵੀ ਆਉਣ ਦਿਓ ਇਹਨੂੰ ਪਰ ਇਹਨੂੰ ਛੱਡ ਦਿਓ ਸੋ ਏਡੇ ਸਤਾਵੜ ਦੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਮਨ ਟੁੱਟਿਆ ਨਹੀਂ ਮਨ ਪਿਗਲਿਆ ਨਹੀਂ ਫਿਰ ਵੀ ਇਹ ਪ੍ਰਭੂ ਵੱਲ ਨੂੰ ਨੇ ਮੁੜੇ ਔਰ ਆਪਣੇ ਬਸ ਟੀਟਪੁਨੇ ਵਿੱਚ ਰਹੇ ਆ ਇਹਨਾਂ ਨੂੰ ਵੀ ਇਹ ਹੀ ਭੇਖਾ ਸੀ ਸਾਡੇ ਬਾਪ ਦਾ ਦਿਆਨਾ ਪਰਮੇਸ਼ਰ ਨੇ ਵਾਅਦਾ ਕੀਤਾ ਹੋਇਆ ਆ ਤੇ ਉਹ ਸਾਨੂੰ ਛੱਡੇਗਾ ਨਹੀਂ ਲੇਕਿਨ ਉਹਨਾਂ ਵਾਅਦਿਆਂ ਦੇ ਵਿੱਚ ਉਹਨੇ ਬਹੁਤ ਸਾਰੀਆਂ ਚੇਤਾਵਨੀਆਂ ਦਿੱਤੀਆਂ ਸੀ ਜਿਨ੍ਹਾਂ ਨੂੰ ਇਹ ਭੁੱਲ ਗਏ ਸੀ ਅੱਜ ਵੀ ਦਇਆ ਦੇ ਯੁੱਗ ਦੇ ਵਿੱਚ ਅਸੀਂ ਇਹੇ ਗਿਲਜੀਆਂ ਕਰਦੇ ਅਸੀਂ ਸੋਚਦੇ ਹਾਂ ਵੀ ਦਇਆ ਦਾ ਯੁੱਗ ਹੈ ਕਿਰਪਾ ਦਾ ਯੁੱਗ ਹੈ ਮਾਫੀ ਦਾ ਯੁੱਗ ਹੈ ਅਸੀਂ ਜੋ ਮਰਜ਼ੀ ਕਰੀ ਜਾਈਏ ਤੇ ਉਹਨੇ ਸਾਨੂੰ ਮਾਫ ਕਰ ਹੀ ਦੇਣਾ ਹੈ ਤੇ ਪੁਲਿਸ ਕਹਿੰਦਾ ਆ ਸੰਤ ਪੁਲਿਸ ਖੁਦਾ ਦਾ ਦਾਸ ਕਹਿੰਦਾ ਵੀ ਉਹ ਪਾਪੀਆਂ ਨੂੰ ਬਚਾਉਣ ਆਇਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਪਾਪੀਆਂ ਨੂੰ ਬਚਾਉਣ ਦਾ ਅਰਥ ਇਹ ਹੈ ਕਿ ਉਹਨੇ ਸਾਡੇ ਪੁਰਾਣੇ ਪਾਪ ਨੂੰ ਮਾਫ ਕਰਤਾ ਪਾਪ ਤੋਂ ਸਾਨੂੰ ਮੁਕਤ ਕਰਤਾ ਪਾਪ ਦੀ ਕੀਮਤ ਦੇ ਕੇ ਸਾਨੂੰ ਛਡਾ ਲਿਆ ਆ ਇਸ ਲਈ ਛੜਾਇਆ ਵੀ ਹੁਣ ਅੱਗੇ ਤੋਂ ਅਸੀਂ ਧਰਮ ਦੇ ਵਿੱਚ ਜੀਏ ਉਹਦੀ ਮਰਜ਼ੀ ਦੇ ਵਿੱਚ ਜੀਏ ਉਹਦੀ ਆਗਿਆ ਦੇ ਵਿੱਚ ਜੀਏ ਤੇ ਯਾਦ ਰੱਖੋ ਉਹ ਜਿਨ੍ਹਾਂ ਦੇ ਵੰਸ਼ਜ ਦਾ ਵਾਅਦਾ ਸੀਗਾ ਤੇ ਜਿਨ੍ਹਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਜਦੋਂ ਉਹਨਾਂ ਦੀ ਔਲਾਦ ਵੀ ਹੁਕਮ ਦੇ ਵਿੱਚ ਆਗਿਆ ਦੇ ਵਿੱਚ ਨਾ ਬਣੀ ਰਹੀ ਤੇ ਉਹਨਾਂ ਦਾ ਐਡਾ ਭੈੜਾ ਹਾਲ ਕੀਤਾ ਪਰਮੇਸ਼ਵਰ ਨੇ ਤੇ ਯਾਦ ਰੱਖੋ ਜਿਨ੍ਹਾਂ ਦੇ ਲਈ ਕੀਮਤ ਦੇ ਕੇ ਜਿਨ੍ਹਾਂ ਨੂੰ ਛੁਡਾਇਆ ਆ ਜਿਹੜੇ ਇਸ ਲਾਇਕ ਵੀ ਨਹੀਂ ਸੀ ਕਿ ਉਹਦੇ ਆਖਲਾ ਸਕਣ ਜਿਹੜੇ ਉਹਦੇ ਨਾਲ ਬੈਠਣ ਦੇ ਵੀ ਕਾਬਲ ਨਹੀਂ ਸੀ ਉਹਨਾਂ ਨੂੰ ਬੈਠ ਕੇ ਖਾਣਾ ਖੁਲਾਇਆ ਆ ਤੇ ਜੇ ਅਜੇ ਵੀ ਉਹ ਉਹਦੀ ਦਇਆ ਉਹਦੀ ਅਨੁਗ੍ਰਹਿ ਦਾ ਕਦਰ ਨਾ ਕਰੇ ਤੇ ਫਿਰ ਯਾਦ ਰੱਖਿਓ ਜੇ ਇਸرائیਲੀਆਂ ਦੇ ਨਾਲ ਐਡਾ ਖਤਰਨਾਕ ਤਰੀਕੇ ਦੇ ਨਾਲ ਉਹ ਪੇਸ਼ ਆਇਆ ਤੇ ਸਾਡਾ ਹਸ਼ਰਵੇਂ ਕਿਦਾਂ ਦਾ ਆਊਗਾ ਇਹਨੂੰ ਧਿਆਨ ਚ ਰੱਖਿਓ ਤੇ ਫਿਰ ਭੁੱਲ ਜਾਈਏ ਉਹ ਕਿ ਉਹ ਦਇਆਵਾਨ ਆ ਜਦੋਂ ਕ੍ਰੋਧ ਦਿਖਾਉਂਦਾ ਹੈ ਤੇ ਫਿਰ ਉਹਦੀ ਕ੍ਰੋਧ ਦੀ ਅੱਗ ਦੇ ਅੱਗੇ ਠਹਿਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਸੋ ਡਰਦੇ ਤੇ ਕੰਬਦੇ ਹੋਏ ਆਪਣੀ ਆਪਣੀ ਮੁਕਤੀ ਦੇ ਕੰਮ ਨੂੰ ਅਸੀਂ ਪੂਰਾ ਕਰਨਾ ਹੈ ਕਿਤੇ ਭਲੇਖੇ ਵਿੱਚ ਮਰਨਾ ਨਹੀਂ ਜਾਈਏ ਕੋਈ ਸਾਨੂੰ ਗਲਤ ਦੁਸ਼ਕੇ ਸਾਡਾ ਨਾਸ਼ ਨਾ ਕਰ ਦੇਵੇ ਇਸ ਲਈ ਮੈਂ ਦੱਸਦਾ ਬਾਰ ਬਾਰ ਜੋ ਅਸੀਂ ਤੁਹਾਨੂੰ ਦੱਸਦੇ ਆ ਸਾਡੀ ਨਾ ਸੁਣੋ ਤੁਸੀਂ ਜੋ ਅਸੀਂ ਕਹਿੰਨੇ ਆ ਉਹਨੂੰ ਵਚਨ ਦੇ ਨਾਲ ਮਿਲਾਓ ਵਚਨ ਅਗਰ ਉਸ ਚੀਜ਼ ਦੇ ਉੱਤੇ ਗਵਾਹੀ ਦਵੇ ਤੇ ਉਸ ਗੱਲ ਨੂੰ ਸੱਚ ਮੰਨਿਓ ਜੇ ਵਚਨ ਗਵਾਹੀ ਨਾ ਦਵੇ ਤੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਮੈਂ ਤੁਹਾਨੂੰ 1000 ਅਗਰ ਸਬਜੈਕਟ ਸੁਣਾਏ ਹੋਣ ਤੇ ਤੁਹਾਡੀ ਨਜ਼ਰ ਦੇ ਵਿੱਚ ਉਹ ਬਿਲਕੁਲ ਸਹੀ ਹੁਣ ਬਾਈਬਲ ਦੇ ਅਨੁਸਾਰ ਹੋਣ ਪਰ 1000 ਤੋਂ ਬਾਅਦ ਜਿਹੜਾ ਮੈਂ ਅਗਲਾ ਸ਼ੁਰੂ ਕਰਾਂ ਤੁਹਾਨੂੰ ਲੱਗੇ ਕਿ ਉਹ ਵਚਨ ਦੇ ਅਨੁਸਾਰ ਨਹੀਂ ਆ ਤੁਸੀਂ ਉਹਨੂੰ ਗ੍ਰਹਿਣ ਨਹੀਂ ਕਰਨਾ ਤੇ ਉਹਦੇ ਉੱਤੇ ਅਮਲ ਨਹੀਂ ਕਰਨਾ ਕਿਉਂਕਿ ਮੇਰੀ ਇੱਕ ਗਲਤ ਗੱਲ ਜਿਹੜੀ ਆ ਤੁਹਾਡੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ ਸੋ ਮੈਂ ਨਹੀਂ ਚਾਹਦਾ ਕਿ ਮੇਰੇ ਕਰਕੇ ਕੋਈ ਬਰਬਾਦ ਹੋਵੇ ਇਸ ਲਈ ਮੈਂ ਚਾਹਨਾ ਹੈ ਕਿ ਤੁਸੀਂ ਮੇਰੇ ਵੱਲੋਂ ਕਹੀ ਗਈ ਹਰ ਗੱਲ ਨੂੰ ਵਚਨ ਦੇ ਨਾਲ ਮਿਲਾ ਕੇ ਦੇਖੋ ਤੇ ਫਿਰ ਉਹਨੂੰ ਕਬੂਲ ਕਰੋ ਨਹੀਂ ਤਾਂ ਸਮਝ ਲਿਓ ਕਿ ਮੇਰੀ ਬੁੱਧ ਨੇ ਬੋਲਿਆ ਆ ਔਰ ਮੇਰੀ ਬੁੱਧ ਤੁਹਾਡੀ ਮੁਕਤੀ ਦਾ ਕਾਰਨ ਨਹੀਂ ਬਣ ਸਕਦੀ ਪਰਮੇਸ਼ਵਰ ਦਾ ਰਹਿਮ ਤੁਹਾਡੀ ਮੁਕਤੀ ਦਾ ਕਾਰਨ ਬਣੂਗਾ ਪਰਮੇਸ਼ਵਰ ਦੇ ਵਚਨ ਦਾ ਗਿਆਨ ਤੁਹਾਡੀ ਮੁਕਤੀ ਦਾ ਕਾਰਨ ਬਣੂਗਾ ਔਰ ਉਹਦੇ ਵਿੱਚ ਡਰਦੇ ਤੇ ਕੰਬਦੇ ਹੋਏ ਬਤਾਇਆ ਹੋਇਆ ਜੀਵਨ ਤੁਹਾਡੀ ਮੁਕਤੀ ਦਾ ਕਾਰਨ ਬਣੂਗਾ ਕੋਈ ਇਨਸਾਨ ਕਿਸੇ ਨੂੰ ਛੁਡਾ ਨਹੀਂ ਸਕਦਾ ਜੇ ਇਨਸਾਨ ਦੇ ਹੱਥ ਵਿੱਚ ਕਿਸੇ ਨੂੰ ਛੁਡਾਉਣਾ ਹੁੰਦਾ ਤੇ ਕੋਈ ਵੀ ਨਾ ਮਰਦਾ ਸੋ ਯਾਦ ਰੱਖਣਾ ਹੈ ਮੇਰੀਆਂ ਇਹਨਾਂ ਗੱਲਾਂ ਨੂੰ ਸੋ ਸਮਝਦੇ ਹਾਂ ਕਿ ਪਰਮੇਸ਼ਵਰ ਬਹੁਤ ਗੁੱਸੇ ਦੇ ਵਿੱਚ ਬਹੁਤ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਦੋਂ ਕਰੋਧ ਵਿੱਚ ਆਉਂਦਾ ਤਾਂ ਫਿਰ ਕੀ ਕੁਛ ਕੱਜ ਗੁਰਜਰਦਾ ਔਰ ਕਰੋਧ ਨੂੰ ਉਹਦੇ ਆਉਂਦਾ ਆ ਜਦੋਂ ਅਸੀਂ ਉਹਦੇ ਰਹਿਮ ਦੀ ਕਦਰ ਨਹੀਂ ਕਰਦੇ ਜਦੋਂ ਉਸੇ ਉਹਦੇ ਅਨੁਗ੍ਰਹਿ ਦੀ ਕਦਰ ਨਹੀਂ ਕਰਦੇ ਉਦੋਂ ਫਿਰ ਉਹ ਬਖਸ਼ਦਾ ਨਹੀਂ ਹੈ ਸੋ ਦੇਖਦੇ ਹਾਂ ਅਸੀਂ ਕਿ ਅਸੀਂ ਪਹੁੰਚੇ ਸੀ ਕੱਲ ਕਿ ਬੱਚਿਆਂ ਨੂੰ ਖਾਣਾ ਪੈ ਗਿਆ ਪਰਮੇਸ਼ਵਰ ਦੀ ਚੁਣੀ ਹੋਈ ਕੌਮ ਨੂੰ 70 ਇਸਵੀ ਦੇ ਵਿੱਚ ਉਨ ਦਾ ਹਸ਼ਰ ਐਸਾ ਹੋ ਗਿਆ 6 ਲੱਖ ਲੋਕ ਚਾਰਦਵਾਰੀ ਦੇ ਅੰਦਰ ਕੈਦ ਹੋ ਗਏ 54 ਹਜ਼ਾਰ ਲੋਕਾਂ ਨੇ ਬਾਹਰੋਂ ਘੇਰਾ ਪਾਇਆ ਹੋਇਆ ਹੈ ਹਥਿਆਰਬੰਦਾਂ ਨੇ ਇਹਨਾਂ ਦੇ ਕੋਲ ਲੜਨ ਦੀ ਕਸ਼ਮਤਾ ਹੈ ਨਹੀਂ ਗਈ ਔਰ ਅੰਦਰ ਹੀ ਬੰਦ ਹੋ ਗਏ ਬਾਹਰ ਜਾ ਨਹੀਂ ਸਕਦੇ ਬਾਹਰ ਵੀ ਮੌਤ ਹੈ ਉਹਦੇ ਨਾਲ ਨਾਲ ਅਕਾਲ ਪੈ ਗਿਆ ਉਹਦੇ ਨਾਲ ਨਾਲ ਮਹਾਮਾਰੀ ਆ ਗਈ ਅੰਦਰ ਹੀ ਮੌਤਾਂ ਹੋਣੇ ਸ਼ੁਰੂ ਹੋ ਗਈਆਂ ਲੋਕਾਂ ਨੂੰ ਦਬਾਉਣ ਵਾਸਤੇ ਵੀ ਬਾਹਰ ਨਹੀਂ ਜਾ ਸਕਦੇ ਕੰਧ ਦੇ ਉੱਪਰੋਂ ਦੀ ਮਰਦਿਆਂ ਨੂੰ ਕਿਦਰੋਂ ਗਾਟੀ ਵਾਲੇ ਪਾਸੇ ਸੁੱਟੀ ਜਾਂਦੇ ਔਰ ਉਹ ਘਾਟੀ ਵੀ ਮੌਤ ਦੀ ਵਾਦੀ ਬਣ ਗਈ ਅੱਗੇ ਜਾ ਕੇ ਦੇ ਦੇ ਉਸ ਘਾਟੀ ਦੇ ਹਾਲ ਨੂੰ ਔਰ ਜੇ ਸੈਨਾਪਤੀ ਦੀ ਅਦਕਸ਼ਤਾ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਸੀ ਉਸ ਸੈਨਾਪਤੀ ਕਿਵੇਂ ਰੋਪਿਆ ਸੀਗਾ ਅਸੀਂ ਸਾਰੇ ਉਸ ਮਸਲੇ ਦੇ ਵੱਲ ਧਿਆਨ ਦੇਵਾਂਗੇ ਔਰ ਇਹ ਸਭ ਕੁਝ ਪਰਮੇਸ਼ਵਰ ਇਹਨਾਂ ਦੇ ਨਾਲ ਹੋਣ ਦਿੰਦਾ ਤਾਂ ਕਿ ਸਾਡੇ ਲਈ ਯਾਨੀ ਕਿ ਮੈਂ ਬੜੀ ਵਾਰ ਦੱਸਿਆ ਇਸ ਰੈਨੀਆਂ ਦੇ ਨਾਲ ਜੋ ਕੁਝ ਹੁੰਦਾ ਉਹ ਸਾਡੇ ਲਈ ਨਕਸ਼ਾ ਆ ਔਰ ਜਿੱਥੇ ਜਿੱਥੇ ਉਹ ਡਿੱਗੇ ਆ ਉਹ ਸਾਡੇ ਲਈ ਇੱਕ ਸਬਕ ਆ ਅਸੀਂ ਉਹ ਗਲਤੀ ਕਿਤੇ ਨਾ ਕਰ ਲਈਏ ਕਿਉਂਕਿ ਉਹਨਾਂ ਦੇ ਲਈ ਕੀਮਤ ਨਹੀਂ ਸੀ ਦਿੱਤੀ ਗਈ ਸਾਨੂੰ ਕੀਮਤ ਦੇ ਕੇ ਉਹਨੇ ਛੁਡਾਇਆ ਆ ਸਾਡਾ ਸਥਾਨਿਕ ਵੱਖਰਾ ਥਾਨ ਉਹਨੇ ਰੱਖਿਆ ਹੈ ਸੋ ਚੱਲਦੇ ਆ ਬੱਚਿਆਂ ਦਾ ਸਿਸਟਮ ਅਸੀਂ ਦੇਖ ਲਿਆ ਕਿ ਯਸਮਸੀ ਨੇ ਕਿਹਾ ਸੀਗਾ ਕਿ ਮੇਰੇ ਲਈ ਨਾ ਰੋ ਆਪਣੇ ਤੇ ਆਪਣੇ ਬੱਚਿਆਂ ਦੇ ਲਈ ਰੋ ਕਿਉਂਕਿ ਉਹ ਦਿਨ ਆਉਂਦੇ ਆ ਜੋ ਉਹ ਬਾਂਝ ਔਰਤਾਂ ਜਿਨ੍ਹਾਂ ਨੇ ਔਲਾਦ ਪੈਦਾ ਨਹੀਂ ਕੀਤੀਆਂ ਉਹ ਆਪਣੇ ਆਪ ਨੂੰ ਧੰਨ ਆਖਣਗੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਦੁੱਧ ਨਹੀਂ ਪਲਾਇਆ ਉਹ ਆਪਣੇ ਆਪ ਨੂੰ ਧੰਨ ਆਖਣਗੀਆਂ ਕਿਉਂਕਿ ਉਹ ਸਮਾਂ ਐਸਾ ਖਤਰਨਾਕ ਹੋਵੇਗਾ ਔਰ ਜਿਹਦੇ ਬਾਰੇ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਇਹਨਾਂ ਲੋਕਾਂ ਨੂੰ ਭੁੱਖ ਦੇ ਮਾਰੇ ਆਪਣੇ ਬੱਚੇ ਮਾਰ ਕੇ ਖਾਣੇ ਪਏ ਔਰ ਇਸ ਤੋਂ ਜ਼ਿਆਦਾ ਗਰੋਧ ਮੇਰੇ ਖਿਆਲ ਦੇਖਣਾ ਇਨਸਾਨ ਦੇ ਲਈ ਮੁਸ਼ਕਲ ਹੈ ਸੋ ਐਸੇ ਸਮੇਂ ਦੇ ਵਿੱਚ ਜਦੋਂ ਖੁਦਾ ਇਹੋ ਜਿਹਾ ਸਿਸਟਮ ਨਾਲ ਚੱਲਦਾ ਹੈ ਤੇ ਫਿਰ ਕਿੱਦਾਂ ਕਿੱਦਾਂ ਇਹਨਾਂ ਦਾ ਵਾਪਰਦੀਆਂ ਉਹਨੂੰ ਅਸੀਂ ਦੇਖਾਂਗੇ ਕਿ ਇੱਕ ਗੱਲ ਪਹਿਲਾਂ ਧਿਆਨ ਰੱਖੋ ਮੈਂ ਜਿਹੜੀ ਸ਼ੁਰੂ ਚ ਦੱਸੀਆਂ ਅੰਤਿਮ ਦਿਨਾਂ ਦੇ ਨਿਸ਼ਾਨ 70 ਇਸਵੀ ਤੋਂ ਸ਼ੁਰੂ ਹੋ ਚੁੱਕੇ ਹਨ 70 ਇਸਵੀ ਤੋਂ ਜਦੋਂ ਯਰੂਸ਼ਲਮ ਬਰਬਾਦ ਹੁੰਦਾ ਹੈ ਜਦੋਂ ਇਸਰਾਈਲ ਦੇਸ਼ ਇਸرائیਲੀਆਂ ਤੋਂ ਖਾਲੀ ਹੁੰਦਾ ਹੈ ਉਸ ਦਿਨ ਤੋਂ ਅੰਤ ਦਿਨਾਂ ਦਾ ਜਿਹੜਾ ਨਿਸ਼ਾਨੀਆਂ ਦੱਸੀਆਂ ਗਈਆਂ ਸੀ ਉਹ ਸ਼ੁਰੂ ਹੋ ਚੁੱਕੀਆਂ ਜਦੋਂ ਯਸ਼ਮਸੀ ਨੇ ਕਿਹਾ ਸੀ ਪੱਥਰ ਉੱਤੇ ਪੱਥਰ ਨਹੀਂ ਰਵੇਗਾ ਜਿਹੜਾ ਡਿੱਗਿਆ ਨਾ ਜਾਵੇ ਯਰੂਸ਼ਲਮ ਜਿਹੜਾ ਆ ਉਸ ਇਨਾਮਾਂ ਦੇ ਨਾਲ ਘੇਰਿਆ ਜਾਵੇਗਾ ਉਹਨਾਂ ਦਾ ਉਹ ਜੋ ਹਸ਼ਰਾ ਸੀ 21 ਤੋਂ ਲੈ ਕੇ ਤੇ 24 25 ਦਿਨਸ ਤੱਕ ਅਸੀਂ ਪੜਦੇ ਹਾਂ 21 ਦੇ 21 ਤੋਂ ਲੋਕਾਂ ਦੀ ਜੀਵ ਤੋਂ ਮੋੜਾ ਵਿਰਮ ਮੈਂ ਤੁਹਾਨੂੰ ਕੱਲ ਦੇ ਦੱਸਾਂ ਸੋ ਅਸੀਂ ਵੱਧਦੇ ਹਾਂ ਬਹੁਤ ਸਾਰੇ ਯਹੂਦੀ ਜਿਹੜੇ ਜਿਆਦਾ ਦੁੱਖ ਨੂੰ ਨਹੀਂ ਸਹਿ ਸਕੇ ਅੰਦਰ ਚਾਰਜਵਾਰੀ ਤੇ ਬੰਦੇ ਆ ਬੱਚੇ ਤੱਕ ਖਾਣੇ ਪਏ ਆ ਹੁਣ ਅਗਲਾ ਸਿਸਟਮ ਕੀ ਕਰਦੇ ਆ ਉਹ ਇਤਿਹਾਸ ਇਹਨਾਂ ਬਾਰੇ ਕੀ ਦੱਸਦਾ ਆ ਬਹੁਤ ਸਾਰੇ ਯਹੂਦੀ ਜਿਹੜੇ ਜਿਆਦਾ ਦੁੱਖ ਨੂੰ ਨਹੀਂ ਸਹਿ ਸਕੇ ਆਪਣੀ ਕੀਮਤੀ ਚੀਜ਼ਾਂ ਨੂੰ ਨਿਕਲ ਗਏ ਅੰਦਰ ਨਿਕਲ ਗਏ ਬਾਹਰ ਜਾਵਾਂਗੇ ਤੇ ਜਦੋਂ ਜੰਗਲ ਪਾਣੀ ਜਾਵਾਂਗੇ ਤੇ ਫਿਰ ਉਹ ਬਾਹਰ ਆ ਜਾਣਗੇ ਸੋ ਇਦਾਂ ਦਾ ਦਿਮਾਗ ਚ ਰੱਖ ਕੇ ਇਹ ਉਹ ਜਿਹੜੀ ਆਪਣੀ ਕੀਮਤੀ ਕੁਝ ਚੀਜ਼ਾਂ ਸੀਗੀਆਂ ਉੱਥੋਂ ਭਜਣਾ ਸੀ ਹੁਣ ਇਹਨਾਂ ਨੇ ਉਹਨਾਂ ਚੀਜ਼ਾਂ ਨੂੰ ਨਿਗਲ ਗਏ ਨਿਗਲ ਕੇ ਕੀ ਕਰਦੇ ਆ ਰਾਤ ਨੂੰ ਨਗਰ ਵਿੱਚੋਂ ਬਾਹਰ ਬਚ ਕੇ ਨਿਕਲਦੇ ਸੀ ਕਿ ਚਲੋ ਬਾਅਦ ਵਿੱਚ ਕਿਤੇ ਸੇਫ ਜਗ੍ਹਾ ਤੇ ਚਲ ਜਾਵਾਂਗੇ ਤੇ ਇਹ ਇਹਨਾਂ ਕੀਮਤੀ ਚੀਜ਼ਾਂ ਇਹਨਾਂ ਨੂੰ ਵੇਚ-ਵੋਚ ਕੇ ਫਿਰ ਆਪਣਾ ਸੀ ਗੁਜ਼ਾਰਾ ਕਰਾਂਗੇ ਇਹੋ ਜਿਹੇ ਹਾਲਾਤ ਇਹਨਾਂ ਦੇ ਬਣ ਗਏ ਜਦੋਂ ਰੋਮੀ ਉਹਨਾਂ ਨੂੰ ਫੜ ਲੈਂਦੇ ਸੀ ਤਾਂ ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੰਦੇ ਸਨ ਅਤੇ ਉਹਨਾਂ ਤੋਂ ਕੀਮਤੀ ਚੀਜ਼ਾਂ ਹਾਸਲ ਕਰ ਲੈਂਦੇ ਸਨ ਉਹ ਹਰ ਯਹੂਦੀ ਦੀ ਚੀਰਫਾੜ ਕੀਮਤੀ ਚੀਜ਼ਾਂ ਨੂੰ ਹਾਸਲ ਕਰਨ ਦੇ ਲਈ ਕਰਦੇ ਸੀਗੇ ਉਹਨਾਂ ਨੂੰ ਚੀਰਫਾੜ ਕਰ ਦਿੰਦੇ ਸੀ ਪੂਰੀ ਤਰ੍ਹਾਂ ਖੋਲ ਦਿੰਦੇ ਸੀ ਢੇਰ ਢਡਾ ਉਹਨਾਂ ਦਾ ਇਸੇ ਲਈ ਕਿ ਅੰਦਰ ਜਿਹੜੀਆਂ ਚੀਜ਼ਾਂ ਨੇ ਨਿਕਲੀਆਂ ਹੋਈਆਂ ਉਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਹਾਸਲ ਕਰੀਏ ਐਸਾ ਹਸ਼ਰ ਪਰਮੇਸ਼ਵਰ ਆਪਣੀ ਚੁਣੀ ਹੋਈ ਕੌਮ ਦਾ ਹੋਣ ਦਿੰਦਾ ਕਿਉਂ ਅੱਗੇ ਜਾ ਕੇ ਦੇਖਾਂਗੇ ਇਹਨਾਂ ਨੇ ਇਹ ਹੋ ਕਿਉਂ ਰਿਹਾ ਹੈ ਇਸ ਦਿਨ ਮੈਂ ਕਹਿੰਦਾ ਡਰਦੇ ਤੇ ਕੰਬਦੇ ਹੋਏ ਆਪੋ ਆਪਣੇ ਮੁਕਤੀ ਦੇ ਕੰਮ ਨੂੰ ਪੂਰਾ ਕਰੋ ਇਸ ਤੋਂ ਪਹਿਲਾਂ ਉਹਦੇ ਕਰੋਧ ਦੀ ਅੱਗ ਸਾਡੇ ਉੱਤੇ ਵੀ ਭੜਕ ਪਵੇ ਆਪਣੇ ਆਪ ਨੂੰ ਪਵਿੱਤਰ ਕਰੀਏ ਕਿਉਂਕਿ ਪਵਿੱਤਰ ਖੁਦਾ ਪਵਿੱਤਰ ਦੁਲਹਨ ਨੂੰ ਲੈਣ ਵਾਸਤੇ ਆ ਰਿਹਾ ਹੈ ਸੋ ਅਗੇ ਵਧਦੇ ਇੱਕ ਰਾਤ ਵਿੱਚ ਲਗਭਗ 2000 ਯਹੂਦੀਆਂ ਨੂੰ ਵੱਢਿਆ ਜਾਂਦਾ ਸੀ 4 ਮਹੀਨੇ ਤੱਕ ਉਹਨਾਂ ਨੇ ਯਰੂਸ਼ਲਮ ਨੂੰ ਘੇਰਾ ਪਾਈ ਰੱਖਿਆ ਔਰ ਆਸਤਨ ਕੀ ਸੀ ਕਿ ਜਿਹੜੇ ਭਜਨ ਪੁੱਜਣ ਦੀ ਕੋਸ਼ਿਸ਼ ਕਰਦੇ ਸੀਗੇ ਹਰ ਰੋਜ਼ 2000 ਦੇ ਕਰੀਬ ਯਹੂਦੀ ਜਿਹੜੇ ਸੀਗੇ ਉਹ ਮਾਰ ਦਿੱਤੇ ਜਾਂਦੇ ਸੀ ਅੱਗੇ ਵਧਦੇ ਆ ਟਾਈਟਸ ਕਿਦਰੋਂ ਦੀ ਘਾਟੀ ਵਿੱਚ ਜਿਹੜਾ ਸੈਨਾਪਤੀ ਸੀ ਨਾ ਜਿਹਦੀ ਅਦਕਸ਼ਤਾ 'ਚ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਡਿਊਟੀ ਲਾਈ ਸੀ ਵੀ ਇਹਨਾਂ ਨੂੰ ਘੇਰਾ ਪਾਓ ਤੇ ਇਹਨਾਂ ਨੂੰ ਵਿਦਰੋਹ ਜਿਹੜਾ ਇਹਨਾਂ ਦਾ ਖਤਮ ਕਰੋ ਉਹ ਟਾਈਟਸ ਜਿਹੜਾ ਸੈਨਾਪਤੀ ਸੀ ਕਿਦਰੋਂ ਦੀ ਘਾਟੀ ਵਿੱਚ ਲਾਸ਼ਾਂ ਨੂੰ ਦੇਖਣ ਗਿਆ ਇੱਕ ਦਿਨ ਜਿਹੜੀ ਕੰਧ ਦੇ ਉੱਤੋਂ ਦੀ ਸੁੱਟੀਆਂ ਜਾਂਦੀਆਂ ਸਨ ਜਦੋਂ ਇਸ ਕਠੋਰ ਦਿਲ ਸੈਨਾਪਤੀ ਉਹਨਾਂ ਨੂੰ ਮਾਰਨ ਦੀ ਨੀਅਤ ਲੈ ਕੇ ਆਇਆ ਹੋਇਆ ਹੈ ਉਹਨਾਂ ਦੇ ਵਿਦਰੋਹ ਨੂੰ ਖਤਮ ਕਰਨ ਦੀ ਨੀਅਤ ਹੀ ਲੈ ਕੇ ਆਇਆ ਹੋਇਆ ਹੈ ਔਰ ਕਿਦਰੋਂ ਘਾਟੀ ਵਿੱਚ ਜਿੱਥੇ ਉਹ ਕੰਧ ਦੇ ਉੱਤੋਂ ਦੀ ਆਪਣੇ ਲੋਕਾਂ ਨੂੰ ਸੁੱਟਦੇ ਸਨ ਉਸ ਥਾਂ ਦੇ ਉੱਤੇ ਜਦੋਂ ਇਹ ਉਹਦਾ ਵੇਰਵਾ ਹਵਾਲਾ ਦੇਖਣ ਲਈ ਜਾਂਦਾ ਹੈ ਤੇ ਕੀ ਆ ਕਠੋਰ ਦਿਲ ਸੈਨਾਪਤੀ ਨੇ ਸੜੇ ਹੋਏ ਮਾਸ ਨੂੰ ਕਿਦਰੋਂ ਦੀ ਘਾਟੀ ਵਿੱਚ ਬੰਦੇ ਹੋਏ ਪਾਣੀਆਂ ਦੇ ਵਿੱਚ ਦੇਖਿਆ ਤਾਂ ਖੁਦ ਉਸ ਦੇ ਅੰਦਰੋਂ ਦਰਦ ਦੇ ਨਾਲ ਆਹਾਂ ਨਿਕਲ ਪਈਆਂ ਲੇਕਿਨ ਇਹ ਐਸੇ ਪੱਥਰ ਦੇ ਨਿਸਿਗੇ ਅਜੇ ਵੀ ਪਰਮੇਸ਼ਵਰ ਦੇ ਅੱਗੇ ਗੋਡੇ ਟੇਕ ਕੇ ਆਪਣੀ ਗਲਤੀ ਨੂੰ ਨਹੀਂ ਮੰਨਿਆ ਅਜੇ ਵੀ ਮਸੀਹਾਂ ਨੂੰ ਮਸੀਹਾ ਕਰਕੇ ਨਹੀਂ ਮੰਨਿਆ ਅਜੇ ਵੀ ਪਛਤਾਪ ਕਰਨ ਦੇ ਲਈ ਧਿਆਨ ਅਜੇ ਵੀ ਨਹੀਂ ਮੰਨਿਆ ਕਿ ਅਸੀਂ ਉਹਦੇ ਲਈ ਸਲੀਬੀ ਮੌਤ ਮੰਗੀ ਸੀ ਅਸੀਂ ਕਿਹਾ ਸੀ ਕਿ ਇਹਦਾ ਲਹੂ ਸਾਡੇ ਉੱਤੇ ਤੇ ਸਾਡੀ ਸੰਤਾਨ ਦੇ ਉੱਤੇ ਆਵੇ ਆਪ ਮੰਗਿਆ ਸੀ ਸੋ ਮੈਂ ਫਿਰ ਰਿਪੀਟ ਕਰਦਾ ਹਾਂ 70 ਇਸਵੀ ਦੇ ਵਿੱਚ 70 ਇਸਵੀ ਦੇ ਵਿੱਚ ਜਰੂਸ਼ਲਮ ਦੀ ਬਰਬਾਦੀ ਤੋਂ ਅੰਤ ਦਿਨਾਂ ਦੇ ਦਿਨਾਂ ਦੇ ਨਿਸ਼ਾਨਾਂ ਦੀ ਸ਼ੁਰੂਆਤ ਹੁੰਦੀ ਹੈ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਆ ਸਾਡੇ ਲਈ 2000 ਸਾਲ ਆ ਲੇਕਿਨ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਦੂਜਾ ਦਿਨ ਆ ਸੋ ਇਹ ਨਾ ਕਹੀਏ ਕਿ ਬਹੁਤ دیر ਹੋ ਗਈ ਆ ਇਮਾਰ ਬਾਰ ਬਾਰ ਨਾਲ ਦੱਸਦਾ ਰਾਵਾਂਗਾ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਕਿ ਅਸੀਂ ਅੰਤ ਦਿਨਾਂ ਦੇ ਵਿੱਚ ਕੀ ਕੁਝ ਹੋਊਗਾ ਉਹਨੂੰ ਸਿੱਖ ਰਹੇ ਹਾਂ ਔਰ ਉਹਦੇ ਵਿੱਚ ਇਹ ਜਾਣਨਾ ਸਾਡੇ ਲਈ ਜ਼ਰੂਰੀ ਹੈ ਕਿ ਅੰਤ ਦਿਨਾਂ ਦੇ ਜਿਹੜੇ ਨਿਸ਼ਾਨ ਪ੍ਰਭੂ ਯਿਸੂ ਮਸੀਹ ਦੱਸ ਕੇ ਗਿਆ ਸੀ ਕਦੋਂ ਸ਼ੁਰੂ ਹੋਏ ਉਹ 70 ਈਸਵੀ ਦੇ ਵਿੱਚ ਸ਼ੁਰੂ ਹੋ ਗਏ ਸੀ ਔਰ ਉਦੋਂ ਤੋਂ ਲੈ ਕੇ ਤਕਰੀਬਨ ਅੱਜ ਅਸੀਂ ਦੇਖਦੇ ਹਾਂ ਕਿ ਲਗਭਗ 2000ਵੇਂ ਸਾਲ ਦੇ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ ਪਰਮੇਸ਼ਵਰ ਦੀ ਨਜ਼ਰ ਵਿੱਚ ਇਹ ਦੂਜਾ ਦਿਨੀ ਹੈ ਅਜੇ ਲੇਕਿਨ ਸਾਡੀ ਨਜ਼ਰ ਵਿੱਚ ਬਹੁਤ ਸਮਾਂ ਲੱਗ ਗਿਆ ਹੈ ਪਰ ਉਹ ਵਰਸਸ ਹੀ ਪਾਲੀ ਹੈ ਕਿ ਪਰਮੇਸ਼ਵਰ ਧੀਰਜ ਦੇ ਨਾਲ ਬਰਦਾਸ਼ਤ ਕਰਦਾ ਪਿਆ ਔਰ ਉਹ ਕਿਸੇ ਦਾ ਨਾਸ਼ ਨਹੀਂ ਚਾਹੁੰਦਾ ਉਹ ਚਾਹੁੰਦਾ ਹੈ ਕਿ ਸਭ ਲੋਕ ਬਚ ਜਾਣ ਔਰ ਉਹਦੀ ਧੀਰਜ ਨੂੰ ਅਸੀਂ ਇਹ ਨਾ ਸਮਝੀਏ ਕਿ ਸ਼ਾਇਦ ਉਹ ਆਪਣੇ ਕਹੇ ਹੋਏ ਨੂੰ ਭੁੱਲ ਗਿਆ ਹੈ ਉਹ ਭੁੱਲਿਆ ਨਹੀਂ ਉਹ ਹਰ ਚੀਜ਼ ਤੋਂ ਬੜੀ ਚੰਗੀ ਤਰ੍ਹਾਂ ਵਾਕਫ ਹੈ ਔਰ ਉਹਨੂੰ ਪਤਾ ਹੈ ਕਿ ਕਿਹੜੇ ਸਮੇਂ ਦੇ ਉੱਤੇ ਮੈਂ ਕਿਹੜਾ ਕੰਮ ਕਰਨਾ ਹੈ ਸੋ ਉਹੜਾ ਜਿਨ੍ਹਾਂ ਦੇ ਵਿੱਚੋਂ 70 ਇਸਵੀ ਦੇ ਚ ਇਹਨਾਂ ਨੂੰ ਅਸੀਂ ਦੇਖ ਰਹੇ ਹਾਂ ਕਿ ਇਸਰਾਇਲ ਦੇ ਵਿੱਚ ਯਹੂਦੀਆਂ ਦੇ ਨਾਲ ਯਰੂਸ਼ਲਮ ਸ਼ਹਿਰ ਦੇ ਵਿੱਚ ਕੀ ਕੁਛ ਹੋ ਰਿਹਾ ਆ ਸੁਪੜਦੇ ਆ ਟਾਈਟਸ ਵਰਗਾ ਜਿਹੜਾ ਸੈਨਾਪਤੀ ਸੀਗਾ ਉਹਨਾਂ ਦੀਆਂ ਲਾਸ਼ਾਂ ਨੂੰ ਇੱਕ ਲਾਸ਼ਾਂ ਦੀ ਮੌਤ ਦੀ ਨਗਰੀ ਨੂੰ ਇੱਕ ਘਾਟੀ ਨੂੰ ਦੇਖ ਰਿਹਾ ਆ ਔਰ ਉਹਨਾਂ ਦੀਆਂ ਲਾਸ਼ਾਂ ਨੂੰ ਤੈਰਦੇ ਹੋਏ ਦੇਖ ਰਿਹਾ ਆ ਉਹਨਾਂ ਦੇ ਲਹੂ ਨੂੰ ਦੇਖ ਰਿਹਾ ਆ ਔਰ ਉਹਨਾਂ ਦੀ ਇਹ ਹਸ਼ਰ ਦੇਖ ਕੇ ਉਹ ਸੈਨਾਪਤੀ ਦਾ ਦਿਲ ਵੀ ਟੁੱਟ ਗਿਆ ਤੇ ਉਹਦੇ ਅੰਦਰੋਂ ਵੀ ਆਹਾਂ ਨਿਕਲ ਨਹੀਂ ਆ ਤੇ ਉਹ ਕਿਰਲੌਣ ਲੱਪਿਆ ਤੇ ਰੋਣ ਲੱਗ ਪਿਆ ਉਹਦੇ ਸੈਨਾਪਤੀ ਨੂੰ ਆਪਣੇ ਨੂੰ ਦੇਖ ਕੇ ਉਹਨਾਂ ਦੇ ਲੋਕ ਵੀ ਬੜੇ ਹੈਰਾਨ ਹੋਏ ਆ ਉਸ ਸੈਨਾਪਤੀ ਦਾ ਜਿਹੜਾ ਇਹਨਾਂ ਦੇ ਨਾਸ਼ ਦੇ ਲਈ ਇਹਨਾਂ ਨੂੰ ਘੇਰਾ ਪਾ ਕੇ ਬੈਠਾ ਉਹਦਾ ਵੀ ਇਹਨਾਂ ਦਾ ਹਸ਼ਰ ਦੇਖ ਕੇ ਦਿਲ ਟੁੱਟ ਗਿਆ ਪਰ ਫੇਰ ਵੀ ਇਹਨਾਂ ਦਾ ਦਿਲ ਪਿਗਲਿਆ ਨਹੀਂ ਔਰ ਇਹ ਆਪਣੀ ਗਲਤੀ ਨੂੰ ਮੰਨਣ ਦੇ ਵਾਸਤੇ ਤਿਆਰ ਨਹੀਂ ਹੋਏ ਕਿ ਉਸ ਮਸੀਹਾ ਨੂੰ ਜਿਹੜਾ ਸਾਡੇ ਛੁਟਕਾਰੇ ਲਈ ਆਇਆ ਸੀ ਅਸੀਂ ਉਹਦੇ ਲਈ ਸਲੀਬੀ ਮੌਤ ਮੰਗੀ ਸੀ ਔਰ ਆਪਣੇ ਲਈ ਆਪਣੇ ਮੂੰਹੋਂ ਸ਼ਰਾਪ ਮੰਗਿਆ ਕਿ ਇਹਦਾ ਲਹੂ ਸਾਡੇ ਤੇ ਸਾਡੀ ਸੰਤਾਨ ਦੇ ਉੱਤੇ ਆਵੇ। ਸੋ ਵਾਧਦੇ ਅਗੇ ਰੋਮੀਆਂ ਨੂੰ ਬਾਹਰੋਂ ਪੱਥਰ ਸੁੱਟਣ ਜਿਹੜੇ ਰੋਮੀਆਂ ਨੇ ਬਾਹਰੋਂ ਘੇਰਾ ਪਾਇਆ ਸੀ ਉਹ ਹੁਣ ਕੀ ਕਰਦੇ ਸੀਗੇ ਕਿ ਰੋਮੀ ਬਾਹਰੋਂ ਪੱਥਰ ਸੁੱਟਣ ਦਾ ਜਿਹੜਾ ਸਿਸਟਮ ਸੀ ਉਹਨਾਂ ਦਾ ਬਾਹਰੋਂ ਮਾਰਦੇ ਹੁੰਦੇ ਸੀ ਚੱਕ ਚੱਕ ਕੇ ਵੀ ਅੰਦਰ ਜਿਹੜੇ ਕੋ ਤੁਰਦੇ ਫਿਰਦੇ ਉਹਨਾਂ ਦੇ ਵੱਜਣਗੇ ਜ਼ਖਮੀ ਹੋਣਗੇ ਮਰ ਜਾਣਗੇ। ਸੋ ਬਾਇਰੋ ਪੱਥਰੇ ਦੇ ਦਿਨ ਰਾਤ ਉਹ ਸੁੱਟਦੇ ਰਹਿੰਦੇ ਸਾਰ ਚਾਰ ਮਹੀਨੇ ਬਾਅਦ ਆਖਰਕਾਰ ਰੋਮੀਆਂ ਨੇ ਦੀਵਾਰ ਤੋੜ ਦਿੱਤੀ ਤੇ ਖੂਨ ਦੇ ਪਿਆਸੇ ਰੋਮੀਆਂ ਨੇ ਯਰੋਸ਼ਲਮ ਦੀ ਹੱਦ ਦੇ ਅੰਦਰ ਉਸ ਚਾਰ ਦੀਵਾਰ ਦੇ ਅੰਦਰ ਜਿਹੜਾ ਆ ਉਹ ਪਹੁੰਚਣ ਦਾ ਸਿਸਟਮ ਉਹਨਾਂ ਨੇ ਬਣਾ ਲਿਆ ਦੀਵਾਰ ਤੋੜ ਦਿੱਤੀ ਗਈ ਤੇ ਖੂਨ ਦੇ ਪਿਆਸੇ ਰੋਮੀਆਂ ਨੇ ਹਮਲਾ ਕਰ ਦਿੱਤਾ ਔਰ ਜਦੋਂ ਇਹਨਾਂ ਨੇ ਹਮਲਾ ਕੀਤਾ ਆ ਹੁਣ ਇੱਥੇ ਆ ਕੇ ਜਿਹੜਾ ਨਾ ਪੱਥਰ ਦੇ ਲੇ ਇਨਸਾਨ ਵੀ ਟੁੱਟ ਜਾਂਦਾ ਆ ਔਰ ਦੇਖੀਏ ਕਿ ਉਹ ਬੱਟੇ ਵਿੱਚ ਇੱਕ ਗੱਲ ਤੇ ਲਿਖੀ ਆ ਵੀ ਇਹਨਾਂ ਦਾ ਇਹਦਾ ਇਨਕਾਰ ਕਰਨਾ ਨੇ ਸਾਡੇ ਦੇ ਆਸ਼ੀਸ਼ ਦਾ ਕਾਰਨ ਬਣਿਆ। ਔਰ ਪਰਮੇਸ਼ਵਰ ਨੇ ਯਹੂਦੀ ਕੌਮ ਨੂੰ ਕੋਮਾ ਦੀ ਆਸ਼ੀਸ਼ ਦੇ ਲਈ ਹੀ ਚੁਣਿਆ ਸੀ। ਔਰ ਜਿੰਨੂੰ ਵੀ ਪਰਮੇਸ਼ਵਰ ਚੁੰਦਾ ਆ ਉਹ ਉਹਦੇ ਲਈ ਨਹੀਂ ਚੁੰਦਾ। ਕਿ ਅਗਰ ਮਿੰਨੂ ਚੁਣਿਆ ਤਾਂ ਉਹ ਸਿਰਫ ਮੇਰੀ ਆਸ਼ਿਸ਼ ਦੇ ਲਈ ਹੈ ਮਿੰਨੂ ਇਸਰਕੇ ਚੁਣਿਆ ਮੈਂ ਬਹੁਤਿਆਂ ਦੀ ਆਸ਼ਿਸ਼ ਦਾ ਕਾਰਨ ਬਣਾ ਲੇਕਿਨ ਅੱਜ مسیਹੀ ਲੋਕ ਮੈਂ ਐਸੇ ਐਸੇ مسیਹੀ ਲੋਕਾਂ ਨੂੰ ਮਿਲਦਾ ਆਂ ਔਰ ਐਸੇ ਐਸੇ مسیਹੀ ਲੋਕਾਂ ਨਾਲ ਗੱਲਾਂ ਹੁੰਦੀਆਂ ਆਂ ਬਹਿਸ ਕਰਨ ਦੇ ਵਿੱਚ ਤੇ ਉਹਨਾਂ ਦਾ ਕੋਈ ਜਵਾਬ ਨਹੀਂ ਹੁੰਦਾ ਲੇਕਿਨ ਜਦੋਂ ਉਹਨਾਂ ਨੇ ਇੱਕ ਸਵਾਲ ਕਰੀਦਾ ਤਾਂ ਫਿਰ ਕੋਈ ਉਹਨਾਂ ਦੇ ਕੋਲ ਜਵਾਬ ਨਹੀਂ ਹੁੰਦਾ ਜਦੋਂ ਉਹਨਾਂ ਨੇ ਪੁੱਛੇ ਦਾ ਆ ਕਿ ਤੁਸੀਂ ਕਦੋਂ ਦੇ ਮਸੀਹ ਹੋ ਕੋਈ ਕਹਿੰਦਾ 30 ਸਾਲ ਤੋਂ ਕੋਈ ਕਹਿੰਦਾ 40 ਸਾਲ ਤੋਂ ਕੋਈ ਕਹਿੰਦਾ ਖਾਨਦਾਨ ਕੋਈ ਕਹਿੰਦਾ ਸਾਡੀ ਚੌਥੀ ਪੀੜੀ ਹੋਗੀ ਸ਼ੁਰੂ ਕੋਈ ਕਹਿੰਦਾ ਪੰਜਵੀਂ ਹੋਗੀ ਕੋਈ ਕਹਿੰਦਾ ਦਸਵੀਂ ਹੋਗੀ ਜਦੋਂ ਉਹਨਾਂ ਨੇ ਪੁੱਛੇ ਦਾ ਵੀ ਤੁਸੀਂ ਜਦੋਂ ਦੇ ਹੋਸ਼ ਸੰਭਾਲ ਲਿਆ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਕਿਸੇ ਦੀ ਮੁਕਤੀ ਦੇ ਲਈ ਕੋਈ ਕੰਮ ਕੀਤਾ ਆ ਤੁਸੀਂ ਕਿਸੇ ਨੂੰ ਪ੍ਰਭੂ ਨਾਲ ਜੋੜਨ ਦਾ ਕੋਈ ਕੰਮ ਕੀਤਾ ਆ ਤੁਸੀਂ ਕਿਸੇ ਨੂੰ ਪ੍ਰਭੂ ਦੇ ਕੋਲ ਕੋਈ ਲਿਆਉਣ ਦਾ ਕੰਮ ਕੀਤਾ ਆ ਤੁਸੀਂ ਕੋਈ ਐਸਾ ਕਰਮ ਕੀਤਾ ਜਿਹਦੇ ਵਿੱਚ ਪਰਮੇਸ਼ਵਰ ਕੋਚ ਹੋਵੇ ਜਾ ਪ੍ਰਭੂ ਨੇ ਤੁਹਾਨੂੰ ਏਸ ਲਈ ਚੁਣਿਆ ਕਿ ਤੁਸੀਂ ਦੂਸਰਿਆਂ ਦੇ ਆਸ਼ੀਸ਼ ਦਾ ਕਾਰਨ ਬਣੋ ਤੁਸੀਂ ਆਪਣੇ ਜੀਵਨ ਦੇ ਵਿੱਚ ਕੋਈ ਐਸਾ ਕੰਮ ਕੀਤਾ ਹੋਵੇ ਜਿਹਦੇ ਨਾਲ ਤੁਸੀਂ ਕਿਸੇ ਦੂਸਰੇ ਦੀ ਆਸ਼ੀਸ਼ ਦਾ ਕਾਰਨ ਬਣੇ ਹੋ ਉਹਦੋਂ ਉਹਨਾਂ ਦੇ ਮੂੰਹ ਤੇ ਤਾਲਾ ਲੱਗ ਜਾਂਦਾ ਹੈ ਕਹਿੰਦੇ ਨਾ ਜੀ ਅਸੀਂ ਤੇ ਜੋ ਕੁਝ ਕਰਦੇ ਆ ਆਪਣੇ ਲਈ ਤੇ ਆਪਣੇ ਪਰਿਵਾਰ ਦੇ ਲਈ ਕਰਦੇ ਆ ਸੋ ਯਾਦ ਰੱਖਿਓ ਜਿਹਨੂੰ ਦੁਨੀਆ ਦੀ ਆਸ਼ੀਸ਼ ਦੇ ਲਈ ਚੁਣਿਆ ਅਗਰ ਉਹ ਸਿਰਫ ਆਪਣੇ ਤੱਕ ਹੀ ਸੀਮਤ ਰਹਿ ਜਾਵੇਗਾ ਤੇ ਉਹ ਵੀ ਦੁਨੀਆ ਦਾ ਸਭ ਤੋਂ ਵੱਡਾ ਲਾਨਤੀ ਠਹਿਰੇਗਾ ਅੱਜ ਕਲਿਸਿਆ ਦੇ ਵਿੱਚ ਲੋਕਾਂ ਨੂੰ ਇਹ ਹੀ ਆ ਵੀ ਖੜੇ ਅਸੀਂ ਸਾਡਾ ਕੋਈ ਕੰਮ ਨਹੀਂ ਕਰਾ ਅਸੀਂ ਤੇ ਸਿਰਫ ਸੰਡੇ ਨੂੰ ਚਰਚੇ ਵਿੱਚ ਜਾਣਾ ਆ ਤੇ ਜਾ ਕੇ ਉੱਥੇ ਬੰਦਗੀ ਵਿੱਚ ਬਹਿਣਾ ਆ ਗਾਣੇ ਵਗੈਰਾ ਗਾਉਣੇ ਹੈਗੇ ਆ ਖੜੇ ਹੋ ਕੇ ਪ੍ਰਾਰਥਨਾ ਕਰਵਾ ਲੈਣੀ ਆ ਤੇ ਇਹ ਸਾਡਾ ਕੰਮ ਹੈ ਬਸ ਉੱਥੇ ਵਤ ਵਤ ਕੀ ਆ ਵੀ ਸੇਵਕਾਂ ਨੂੰ ਖੁਸ਼ ਕਰਨ ਦੇ ਲਈ ਥੋੜਾ ਬੋੜਾ ਦਾਨ ਦੇਵਾਂਗੇ ਵਤ ਵਤ ਦਸ ਵਤ ਦੇਵਾਂਗੇ ਸੇਵਕ ਇੰਨੇ ਚ ਖੁਸ਼ ਹੋਊਗਾ ਇੰਨੀ ਇੱਕ ਚੀਜ਼ ਦੇ ਵਿੱਚ ਜਿਹੜੀ ਕਲਿਸੇ ਆ ਨਾ ਉਹ ਸਮਝੌਤਾ ਕਰਕੇ ਬੈਠ ਗਈ ਆ ਕਲਿਸਿਆ ਵਾਲੇ ਸਾਫਦਾਨ ਹੋ ਜਾਓ ਅੰਤਿਮ ਦਿਨਾਂ ਦੇ ਉਨਾ ਅੰਤਿਮ ਚਰਨਾਂ ਦੇ ਵਿੱਚ ਅਸੀਂ ਹੁਣ ਪਹੁੰਚ ਚੁੱਕੇ ਹਾਂ ਜਿੱਥੇ ਦੁਲਹਾ ਕਿਸੇ ਟਾਈਮ ਵੀ ਆਉਣ ਵਾਲਾ ਆ ਜੇ ਤੁਸੀਂ ਕਿਸੇ ਦੀ ਬਰਕਤ ਦਾ ਕਾਰਨ ਅਜੇ ਤੱਕ ਨਹੀਂ ਬਣੇ ਜੇ ਤੁਸੀਂ ਕਿਸੇ ਦੀ ਨਜਾਤ ਦਾ ਕਾਰਨ ਅਜੇ ਤੱਕ ਨਹੀਂ ਬਣੇ ਤੇ ਫਿਰ ਪੱਲੇ ਬੰਨ ਲਓ ਜੇ ਤੁਸੀਂ ਦੂਜੇ ਲਈ ਆਸ਼ੀਰਵਾਦ ਕਰਨ ਨਾ ਬਣੇ ਤੇ ਪਰਮੇਸ਼ਰ ਨੂੰ ਤੁਹਾਡੇ ਉੱਤੇ ਵੀ ਕੋਈ ਆਸ਼ੀਸ਼ ਆਉਣ ਵਾਲੀ ਨਹੀਂ ਆ ਇਹਨੂੰ ਸਿਰਫ ਸੇਵਕਾਂ ਦਾ ਕੰਮ ਸਮਝ ਕੇ ਨਾ ਚੱਲੋ ਕਿ ਸੇਵਕ ਦਾ ਕੰਮ ਹੀ ਆ ਬੰਦਗੀ ਚੜਾਉਣਾ ਸੇਵਕ ਦਾ ਕੰਮ ਹੀ ਆ ਚਰਚ ਚੜਾਉਣਾ ਸੇਵਕ ਦਾ ਕੰਮ ਹੀ ਆ ਲੋਕਾਂ ਨੂੰ ਇਕੱਠੇ ਕਰਨਾ ਇਹ ਇਕੱਲਾ ਸੇਵਕ ਦਾ ਕੰਮ ਨਹੀਂ ਹਰੇਕ ਇਨਸਾਨ ਜਿਹੜਾ ਆਪਣੇ ਆਨੂੰ ਕਹਿੰਦਾ ਮੈਂ ਮਸੀਹ ਹਾਂ ਉਹਦੀ ਜ਼ਿੰਮੇਵਾਰੀ ਆ ਉਹ ਦੂਸਰੀਆਂ ਕੌਮਾਂ ਦੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਠਹਰੇ ਉਹਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਮਸੀਹ ਦੇ ਕੋਲ ਲੈ ਕੇ ਆਵੇ ਉਹਦੀ ਜ਼ਿੰਮੇਵਾਰੀ ਆ ਉਹ ਰੂਹਾਂ ਨੂੰ ਬਚਾਵੇ ਉਹ ਕਿਸੇ ਵੀ ਤਰੀਕੇ ਨਾਲ ਬਚਾਵੇ ਆਪਣੀ ਜ਼ਿੰਦਗੀ ਨੂੰ ਦਿਖਾ ਕੇ ਬਚਾਵੇ ਅਗਰ ਉਹ ਕੋ ਵਚਨ ਦਾ ਤੋੜਾ ਨਹੀਂ ਆ ਉਹ ਚੰਗੇ ਕਰਮਾਂ ਦੇ ਦੁਆਰਾ ਲੋਕਾਂ ਤੇ ਆਪਣੇ ਭਰਾ ਨੂੰ ਛੱਡੇ ਆਪਣੀ ਜ਼ਿੰਦਗੀ ਤੋਂ ਦੂਸਰੀਆਂ ਦੇ ਭਰਾ ਨੂੰ ਛੱਡੇ ਤਾਂ ਕਿ ਉਹਦੀ ਜ਼ਿੰਦਗੀ ਵੱਲ ਦੇਖ ਕੇ ਕੋਈ ਮਸੀਹ ਦੇ ਉੱਤੇ ਈਮਾਨ ਲਿਆ ਸਕੇ ਪਰ ਜੇ ਤੁਸੀਂ ਘਰੇ ਬੈਠੇ ਰਹੇ ਔਰ ਤੁਸੀਂ ਕਿ ਦੇਲੇ ਛੜਾਉ ਦਾ ਕਾਰਨ ਨਾ ਬਣੇ ਕਿਸੇ ਦੀ ਨਜ਼ਾਤ ਦਾ ਕਾਰਨ ਨਾ ਬਣੇ ਯਾਦ ਰੱਖਿਓ ਦੁਲਹਨ ਤੋਤੇ ਬਾਹਰ ਨਿਕਲੋਗੇ ਨਿਕਲੋਗੇ ਲੇਕਿਨ ਤੁਹਾਡੇ ਲਈ ਜਿਹੜੀ ਸਜ਼ਾ ਹੋਵੇਗੀ ਔਰ ਉਹਦੀ ਭੈੜੀ ਹੋਵੇਗੀ ਜਿਹਦੇ ਬਾਰੇ ਅਸੀਂ ਹੁਣ ਸਿੱਖ ਰਹੇ ਆਂ ਜਿਸਮ ਦੇ ਵਿੱਚ ਜਿਹਨਾਂ ਨੂੰ ਆਸ਼ਿਸ਼ ਦਾ ਕਾਰਨ ਠਹਿਰਾਇਆ ਸੀ ਜਦੋਂ ਉਹ ਆਗਿਆ ਦੇ ਵਿੱਚ ਨਾ ਬਣੇ ਰਹੇ ਤੇ ਜੇ ਪਰਮੇਸ਼ਵਰ ਨੇ ਉਹਨਾਂ ਦੇ ਨਾਲ ਇੰਨੀ ਸਖਤਾਈ ਕੀਤੀ ਆ ਤੇ ਭੇ ਸਮਝ ਨਿਓ ਜੇ ਤੁਸੀਂ ਅੱਜ ਤੱਕ ਕਿਸੇ ਦੀ ਆਸ਼ਿਸ਼ ਦਾ ਕਾਰਨ ਨਹੀਂ ਬਣੇ ਤੇ ਤੁਸੀਂ ਮਸੀਹੀ ਨਹੀਂ ਬਲਕਿ ਲਾਣਤੀ ਲੋਕ ਹੋ ਔਰ ਪਰਮੇਸ਼ਵਰ ਦੀ ਲਾਣਤ ਤੁਹਾਡੇ ਉੱਤੇ ਬਣੀ ਹੋਈ ਆ ਔਰ ਇਹ ਲਾਣਤ ਤੁਹਾਨੂੰ ਤੇ ਤੁਹਾਡੇ ਖਾਨਦਾਨ ਨੂੰ ਬਰਬਾਦ ਕਰੇਗੀ ਔਰ ਤੁਸੀਂ ਦੁਨੀਆ ਦੇ ਲਈ ਇੱਕ ਤਮਾਸ਼ਾ ਬਣੋਗੇ ਸ਼ਰਮਿੰਦਗੀ ਦੀ ਜਗ੍ਹਾ ਦੇ ਉੱਤੇ ਅਗਰ ਚਲੇਗੇ ਤੇ ਤਾਂ ਵੀ ਤੁਹਾਡੇ ਲਈ ਬੜੀ ਇੱਕ ਦਰਦਨਾਕ ਗੱਲ ਹੋਵੇਗੀ ਔਰ ਅਗਰ ਤੁਸੀਂ ਤਰਫਨ ਜਾਂ ਨਰਕ ਦੀ ਜਗ੍ਹਾ ਵਿੱਚ ਜਾਓਗੇ ਤੇ ਫਿਰ ਤੇ ਸਮਝ ਲਓ ਕਿ ਹਮੇਸ਼ਾ ਦੇ ਲਈ ਦੰਦਾਂ ਦਾ ਪੀਸਣਾ ਚਿਕਣਾ ਹੋਵੇਗਾ ਇਸ ਤੋਂ ਜ਼ਿਆਦਾ ਕੁਝ ਨਹੀਂ ਆ ਤੋ ਇਹ ਨਾ ਸਮਝੋ ਕਿ ਮੈਂ ਮਸੀਹੀ ਹਾਂ ਤੇ ਬਸ ਠੀਕ ਆ ਓਕੇ ਮੈਨੂੰ ਕੁਛ ਕਰਨ ਦੀ ਜਰੂਰਤ ਨਹੀਂ ਹਰੇਕ ਮਸੀਹੀ ਦੀ ਜ਼ਿੰਮੇਵਾਰੀ ਆ ਉਹਨੇ ਦੂਸਰਿਆਂ ਦੇ ਲਈ ਮੁਕਤੀ ਦੇ ਕੰਮ ਨੂੰ ਪੂਰਾ ਕਰਨਾ ਆ ਉਹਨੇ ਆਪਣੇ ਵੀ ਮੁਕਤੀ ਦੇ ਕੰਮ ਨੂੰ ਪੂਰਾ ਕਰਨਾ ਆ ਔਰ ਦੂਸਰਿਆਂ ਨੂੰ ਮੁਕਤੀ ਦਾ ਸੰਦੇਸ਼ ਦੇਣਾ ਆ ਏ ਵਿਸ਼ਵਾਸੀ ਦਾ ਕੰਮ ਵੀ ਆ ਇਹ ਇਕੱਲੇ ਸੇਵਕ ਦਾ ਕੰਮ ਨਹੀਂ ਵਿਸ਼ਵਾਸੀ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿਸ਼ਵਾਸੀ ਨੂੰ ਇਸਰਗੇ ਨੇ ਬੁਲਾਇਆ ਕੋ ਸਿਰਫ ਆਪਣੇ ਘਰ ਦੀ ਚਿੰਤਾ ਕਰੇ ਵਿਸ਼ਵਾਸੀ ਨੂੰ ਇਸਰਗੇ ਨੇ ਬੁਲਾਇਆ ਕਿ ਆਪਣੇ ਬੱਚਿਆਂ ਦੀ ਚਿੰਤਾ ਕਰੇ ਵਿਸ਼ਵਾਸੀ ਇਸਰਗੇ ਨੇ ਬੁਲਾਇਆ ਆਪਣੀਆਂ ਮਸਤੀਆਂ ਦੇ ਵਿੱਚ ਮਸਤ ਰਵੇ ਵਿਸ਼ਵਾਸੀ ਇਸੇ ਲਈ ਵਿਸ਼ਵਾਸੀ ਆ ਕਿ ਉਹ ਦੂਸਰਿਆਂ ਦੇ ਲਈ ਬਰਕਤ ਦਾ ਕਾਰਨ ਬਣੇ ਮੈਂ ਇੱਕ ਵਾਰਸ ਪੜ੍ਹਦੇ ਨਾ ਲਿਖਿਆ ਉਹਦੇ ਵਿੱਚ ਰੈਵਿਲੇਸ਼ਨ ਦੀ ਕਿਤਾਬ ਦੇ ਵਿੱਚ ਉਹ ਦਰਖਤ ਜਿਹੜਾ ਜੀਵਨ ਦਾ ਦਰਖਤ ਆ ਉਹਦੇ ਜਿਹੜੇ ਪੱਤੇ ਆ ਕੋਮਾ ਦੇ ਇਲਾਜ ਦੇ ਲਈ ਆ ਉਹ ਪੱਤੇ ਤੁਸੀਂ ਹੋ ਵਿਸ਼ਵਾਸੀਓ ਤੁਹਾਨੂੰ ਪਰਮੇਸ਼ਵਰ ਨੇ ਚੁਣਿਆ ਕੋਮਾ ਦੇ ਇਲਾਜਾਂ ਦੇ ਵਾਸਤੇ ਤੇ ਜੇ ਤੁਸੀਂ ਘਰ ਬੈਠੇ ਰਹੇ ਤੁਹਾਡੇ ਉੱਤੇ 101% ਸਜ਼ਾ ਆ ਅਗਰ ਤੁਸੀਂ ਕਿਸੇ ਨੂੰ ਆਪਣੇ ਜੀਵਨ ਤੋਂ ਪ੍ਰਭਾਵਿਤ ਕਰਕੇ ਲੈ ਆਉਂਦੇ ਹੋ ਮਸੀਹ ਦੇ ਕੋਲ ਸਮਝ ਲਓ ਤੁਸੀਂ ਇੱਕ ਕੰਮ ਨੂੰ ਪੂਰਾ ਕਰ ਲਿਆ ਆ ਅਗਰ ਤੁਸੀਂ ਕਿਸੇ ਨੂੰ ਮਸੀਹ ਦੇ ਵਿੱਚ ਲੈ ਆਉਂਦੇ ਹੋ ਸਮਝ ਲਓ ਤੁਸੀਂ ਆਪਣੀ ਤੌਰ ਦੇ ਵਿੱਚ ਕਾਇਮ ਅਗਰ ਤੁਸੀਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਕਰਕੇ ਅਗਰ ਤੁਸੀਂ ਆਪਣਾ ਨਮੂਨਾ ਕਿਸੇ ਦੇ ਅੱਗੇ ਚੰਗਾ ਪੇਸ਼ ਕਰ ਦਿੰਦੇ ਹੋ ਤੇ ਸਮਝ ਲਓ ਤੁਹਾਨੂੰ ਮਸੀਹਿਕ ਆਉਂਦਾ ਹੱਕਿਆ ਨਹੀਂ ਤੇ ਫਿਰ ਯਿਸੂ ਮਸੀਹ ਨੂੰ ਛੱਡ ਦਿਓ ਕਿਉਂਕਿ ਲਹਾਂਤੀ ਜ਼ਿੰਦਗੀ ਜੀਣ ਦੇ ਨਾਲ ਉਹਦਾ ਇਨਕਾਰ ਕਰ ਦੇਣਾ ਚੰਗੀ ਗੱਲ ਹੈ ਸੋ ਯਾਦ ਰੱਖਣਾ ਜੇ ਤੁਸੀਂ ਕਿਸੇ ਦੀ ਮੁਕਤੀ ਦੇ ਲਈ ਕੋਈ ਸਾਧਨ ਨਾ ਬਣੇ ਤੇ ਤੁਸੀਂ ਬਿਲਕੁਲ ਵੀ ਮਸੀਹੀ ਲੋਕ ਨਹੀਂ ਹੋ ਕਿਉਂਕਿ ਵਚਨ ਦੱਸਦਾ ਆ ਉਹਦੇ ਪੱਤੇ ਕੋਮਾ ਦੇ ਇਲਾਜਾਂ ਦੇ ਵਾਸਤੇ ਆ ਸੋ ਯਾਦ ਰੱਖਿਓ ਇਹ ਸਿਰਫ ਸੇਵਕਾਂ ਦਾ ਕੰਮ ਨਹੀਂ ਬਲਕਿ ਸਾਡਾ ਸਾਰਿਆਂ ਦਾ ਕੰਮ ਆ ਸਾਨੂੰ ਸਾਰਿਆਂ ਨੂੰ ਕੰਮ ਦਿੱਤਾ ਆ ਪਰਮੇਸ਼ਰ ਕਿਸੇ ਨੂੰ ਬੁਲਾ ਕੇ ਵੇਲੇ ਨਹੀਂ ਰੱਖਦਾ ਆਦਮ ਨੂੰ ਰੱਖਿਆ ਬਾਗਿਆਦਨ ਚ ਕਹਿੰਦਾ ਕੰਮ ਕਰ ਤੇ ਇਹਦੀ ਰਾਖੀ ਕਰ ਕਿਸੇ ਨੂੰ ਵੇਲਾ ਨਹੀਂ ਰੱਖਦਾ 40 ਸਾਲ ਉਹਨਾਂ ਨੂੰ ਜੰਗਲ ਦੇ ਵਿੱਚ ਰੱਖਿਆ ਵੇਲੇ ਨਹੀਂ ਰਹਿਣ ਦਿੱਤਾ ਬਿਲਕੁਲ ਵੇਲੇ ਨਹੀਂ ਰਹਿਣ ਤੱਕ ਕੰਮ ਤੇ ਲਾਈ ਰੱਖਿਆ ਤਾਂ ਕਿ ਇਹਨਾਂ ਦਾ ਧਿਆਨ ਇੱਧਰ ਉੱਧਰ ਨਾ ਜਾਵੇ ਇਸ ਇੱਧਰ ਨੂੰ ਸੋਚੇ ਸਕੇ ਪਰ ਫਿਰ ਵੀ ਇਦਾਂ ਦੇ ਸੀਗੇ ਠੀਠ ਕਿ ਪਰਮੇਸ਼ਰ ਕੰਮ ਤੇ ਲਾਈ ਵੀ ਰੱਖਦਾ ਸੀ ਤਾਂ ਵੀ ਆਪਣਾ ਕੰਮ ਵਿੱਚੋਂ ਕੱਢ ਲੈਂਦੇ ਸੀਗੇ ਅੱਜ ਵੀ ਲੋਕੀ ਪਰਮੇਸ਼ਰ ਨੂੰ ਸਿਰਫ ਆਪਣਾ ਕੰਮ ਕੱਢਣ ਦੇ ਲਈ ਇਸਤੇਮਾਲ ਕਰ ਰਹੇ ਆਂ ਔਰ ਯਾਦ ਰੱਖਿਓ ਅੰਤਿਮ ਦਿਨਾਂ ਦੇ ਅੰਤਿਮ ਚਰਨਾਂ ਦੇ ਵਿੱਚ ਪਹੁੰਚ ਗਏ ਆਂ ਸੀ ਔਰ ਅੰਤਿਮ ਚਰਨਾਂ ਦੇ ਵਿੱਚ ਜੇ ਪਹੁੰਚੇ ਆਂ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਂ ਸੋ ਆਓ ਅਸੀਂ ਅੱਗੇ ਵਧਦੇ ਆਂ ਕਿ 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 ਤਾ ਉਹ ਦੀਵਾਰ ਤੋੜ ਦਿੱਤੀ ਤੇ ਉਹਨਾਂ ਦੇ ਖੂਨ ਦੇ ਪਿਆਸੇ ਜਿਹੜੇ ਆ ਰومی ਅੰਦਰ ਦਾਖਲ ਹੋ ਗਏ 유ਹੂਦੀਆਂ ਦੀ ਹਾਲਤ 4 ਮਹੀਨੇ ਦੇ ਵਿੱਚ ਕਿਹੋ ਜਿਹੀ ਬਣ ਚੁੱਕੀ ਸੀ ਨੰਬਰ 1 ਤੇ ਬਾਹਰ ਜਾਣੇ ਸੀ ਸਕਦੇ ਜਿਹੜਾ ਅੰਦਰ ਅਨਾਜ ਸੀ ਖਤਮ ਹੋ ਗਿਆ ਸੀ ਆਖਰਕਾਰ ਆਪਣੇ ਬੱਚਿਆਂ ਨੂੰ ਮਾਰ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਦੀ ਹਾਲਤ ਕੀ ਆ ਪਰਮੇਸ਼ਵਰ ਨੇ ਅਕਾਲ ਪਾ ਦਿੱਤਾ ਮਹਾਮਾਰੀ ਆ ਗਈ ਔਰ ਉਸ ਮਹਾਮਾਰੀ ਔਰ ਉਸ ਕਾਲ ਦੇ ਵਿੱਚ ਉਹਨਾਂ ਦਾ ਹਸ਼ਰ ਇਹਨਾਂ ਬੁਰਾ 4 ਮਹੀਨੇ ਵਿੱਚ ਹੋ ਚੁੱਕਿਆ ਸੀਗਾ ਕਿ ਜਦੋਂ ਰومی ਅੰਦਰ ਆਵੜਿਆ ਦੀਵਾਰ ਤੋੜ ਕੇ ਇਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਇੰਨੇ ਕੁ ਕਮਜ਼ੋਰ ਹੋ ਚੁੱਕੇ ਸੀਗੇ ਕਿ ਆਪਣੀ ਮਦਦ ਆਪਣੀ ਸਹਾਇਤਾ ਦੇ ਲਈ ਕੁਝ ਵੀ ਕਰਨ ਦੇ ਲਾਇਕ ਨਹੀਂ ਸੀ ਇਹ ਆਗਿਆ ਤੋੜਨ ਵਾਲਿਆਂ ਦੇ ਹਸ਼ਰ ਨੂੰ ਮੈਂ ਦੱਸ ਰਿਹਾ ਇਸ ਅੱਜ ਜਿਹੜੇ ਕਹਿੰਦੇ ਨਾ ਅਸੀਂ ਅਨੁਗ੍ਰਹਿ ਦੇ ਵਿੱਚ ਆ ਤੇ ਸਾਡੇ ਨਾਲ ਇਦਾਂ ਦਾ ਬੁਰਾ ਭਲਾ ਕੁਛ ਨਹੀਂ ਨਾਲ ਯਾਦ ਰੱਖਿਓ ਜਿਹੜਾ ਆਗਿਆ ਦੇ ਵਿੱਚ ਆ ਉਹੋ ਹੀ ਅਨੁਗ੍ਰਹਿ ਦੇ ਵਿੱਚ ਆ ਜਿਹੜਾ ਆਗਿਆ ਦੇ ਵਿੱਚ ਨਹੀਂ ਉਹਦੇ ਤੋਂ ਅਨੁਗ੍ਰਹਿ ਜਾ ਚੁੱਕਾ ਹੈ ਉਹ ਸ਼ਰਾਪ ਦੇ ਹੇਠ ਆ ਚੁੱਕਾ ਹੈ ਔਰ ਹਸ਼ਰ ਫਿਰ ਇਦਾਦਾ ਹੋਣ ਵਾਲਾ ਆ ਯਾਦ ਰੱਖਿਓ ਸੋ ਵਧਦੇ ਆ ਅੱਗੇ ਬਿਨਾ ਤਰਸ ਰੋਮੀਆਂ ਨੇ ਮਰਦਾਂ ਨੂੰ ਔਰਤਾਂ ਨੂੰ ਤੇ ਬੱਚਿਆਂ ਨੂੰ ਮਾਰਨਾ ਸ਼ੁਰੂ ਕੀਤਾ ਅੰਦਰ ਵੱੜ ਕੇ ਔਰ ਮੌਤਾਂ ਕਿਸ ਤਰ੍ਹਾਂ ਹੋਈਆਂ ਜੋ ਇਤਿਹਾਸ ਦੱਸਦਾ ਹੈ ਬੱਚਿਆਂ ਨੂੰ ਪੈਰਾਂ ਤੋਂ ਫੜ ਫੜ ਕੇ ਤੁਸੀਂ ਜਾਣਦੇ ਹੋ ਕਿ ਸਾਰਾ ਜਿਹੜਾ ਉਹ ਸ਼ਹਿਰ ਸੀਗਾ ਪੱਥਰ ਦੀਆਂ ਦੀਵਾਰਾਂ ਦੇ ਨਾਲ ਬਣਾਇਆ ਗਿਆ ਸੀ ਖੱਲੇ ਵੀ ਜਿਹੜੀਆਂ ਸੜਕਾਂ ਸੀ ਉਹ ਵੀ ਪੱਥਰਾਂ ਦੇ ਨਾਲ ਤਿਆਰ ਕੀਤੀਆਂ ਹੋਈਆਂ ਸੀ ਔਰ ਹਸ਼ਰ ਹੁਣ ਦੇਖੋ ਕੀ ਕੀਤਾ ਗਿਆ ਹੈ ਬੱਚਿਆਂ ਨੂੰ ਪੈਰਾ ਤੋਂ ਫੜ-ਫੜ ਕੇ ਤੇ ਕੰਦਾਂ ਦੇ ਵਿੱਚ ਉਹਨਾਂ ਦੇ ਸਿਰ ਮਾਰਦੇ ਸੀ ਜਿੰਨੀ ਦੇਰ ਤੱਕ ਮਾਰ ਨਹੀਂ ਸੀ ਜਾਂਦਾ ਉਨੀ ਦੇਰ ਤੱਕ ਉਹਨੂੰ ਛੱਡਦੇ ਨਹੀਂ ਸੀ ਕੰਦਾਂ ਦੇ ਵਿੱਚ ਚੱਕ-ਚੱਕ ਕੇ ਮਾਰਦੇ ਸੀ ਉਹਨਾਂ ਨੂੰ ਸਿਰਾਂ ਵਾਲੇ ਪਾਸਿਓਂ ਜ਼ਮੀਨ ਦੇ ਉੱਤੇ ਪਏ ਪੱਥਰਾਂ ਦੇ ਉੱਤੇ ਉਹਨਾਂ ਦੇ ਸਿਰਾਂ ਨੂੰ ਮਾਰਦੇ ਸੀ ਇਹ ਚੁਣੀ ਹੋਈ ਕੌਮ ਦੀ ਮੈਂ ਗੱਲ ਦੱਸਦਾ ਪਿਆ ਆ ਇਹ ਜਿਨ੍ਹਾਂ ਦੇ ਵੰਸ਼ ਦੇ ਨਾਲ ਵਾਅਦਾ ਮੈਂ ਉਹਨਾਂ ਦੀ ਗੱਲ ਦੱਸਦਾ ਪਿਆ ਆ ਤਾਨੂੰ ਅਨੁਗ੍ਰਹਿ ਦੇ ਸਿਸਟਮ ਦਾ ਪਤਾ ਨਹੀਂ ਆ ਬਾਰ ਬਾਰ ਰਿਪੀਟ ਕਰਦਾ ਪੁਲਿਸ ਕਹਿੰਦਾ ਉਹ ਪਪੀਆਂ ਨੂੰ ਬਚਾਉਣਾ ਹੈ ਇਹਦਾ ਮਤਲਬ ਇਹ ਨਹੀਂ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਔਰ ਜੇ ਅਸੀਂ ਉਹਦੀ ਆਗਿਆ ਨੂੰ ਨਾ ਸਮਝੇ ਅਨੁਗ੍ਰਹਿ ਦੀ ਕਦਰ ਨਾ ਕੀਤੀ ਤੇ ਫਿਰ ਸਾਡੇ ਨਾਲ ਵੀ ਇਹ ਕੁਝ ਸਭ ਹੋਣ ਵਾਲਾ ਕਿਉਂਕਿ ਨਿਆਂ ਹੀ ਕਿਸੇ ਦਾ ਪੱਖਪਾਤ ਕਰਦਾ ਨਹੀਂ ਆ ਇਸੇ ਲਈ ਉਹਨੂੰ ਧਰਮੀ ਪਰਮੇਸ਼ਰ ਕਿਹਾ ਜਾਂਦਾ ਆ ਸੋ ਸਮਝਾਂਗੇ ਅੱਗੇ ਬੱਚਿਆਂ ਨੂੰ ਫੜ ਫੜ ਕੇ ਕੰਧਾਂ 'ਚ ਮਾਰਦੇ ਸੀ ਬੱਚਿਆਂ ਨੂੰ ਫੜ ਫੜ ਕੇ ਸੜਕਾਂ ਦੇ ਵਿੱਚ ਮਾਰਦੇ ਸੀ ਜਿੰਨੀ ਦੇਰ ਤੱਕ ਮਰਨੇ ਸੀ ਜਾਂਦੇ ਓਨੀ ਦੇਰ ਤੱਕ ਛੱਡਦੇ ਛੱਡਦੇ ਨਹੀਂ ਸੀ ਇਹ ਹਸ਼ਰ ਕੀਤਾ ਗਿਆ ਉਹਨਾਂ ਦਾ ਔਰ ਐਸੀ ਹਾਲਤ ਸੀ ਉਹਨਾਂ ਦੀ ਕਿ ਜਿੰਨੀ ਦੇ ਤੱਕ ਉਹ ਮਾਰਨੇ ਸੀ ਜਾਂਦੇ 19 ਦੇ ਤੱਕ ਇਸੇ ਤਰ੍ਹਾਂ ਦੁਹਰਾਇਆ ਜਾਂਦਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਪ੍ਰਭੂ ਨੇ ਲੂਕਾ ਦੀ ਅੰਜੀਲ ਉਹਦਾ 19 ਅਧਿਆਇ ਉਹਦੀ 44 ਵਰਸ ਵਿੱਚ ਆਖਿਆ ਜਿੱਦਾਂ ਕਿਹਾ ਸੀ ਉਸੇ ਤਰ੍ਹਾਂ ਹੋਇਆ ਜੇ ਵਰਸ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਪੜ ਲੈਨੇ ਆ ਲੂਕਾ ਦੀ ਅੰਜੀਲ 19 ਅਧਿਆਇ ਉਹਦੀ 44 ਆਏ ਸੌਰੀ ਆਈ ਥਿੰਕ ਮੈਂ ਵਾਸਤੇ ਇਹ ਗਲਤ ਭੁੱਲ ਗਿਆ ਜਿੱਥੇ ਲਿਖਿਆ ਕਿ ਪੱਥਰੋ ਤੇ ਪੱਥਰ ਛੱਡਿਆ ਜਾਵੇਗਾ ਆਪਣੇ ਲਈ ਮੇਰੇ ਲਈ ਨਾ ਰੋ ਆਪਣੇ ਬੱਚਿਆਂ ਵਾਸਤੇ ਰੋ ਉਹ ਵਰਸਿਆ ਸ਼ਾਇਦ ਮੈਂ ਗਲਤੀ ਨਾਲ ਉਹਨੂੰ ਲਿਖਣ ਵਿੱਚ ਉਹਦੀ ਮਿਸਟੇਕ ਕਰ ਗਿਆ ਸੋ ਨਗਰ ਵਿੱਚ ਕੋਈ ਦੀਵਾਰ ਜਾਂ ਫਰਚ ਇਹੋ ਜਿਹਾ ਨਹੀਂ ਸੀ ਜਿਹੜਾ ਖੂਨ ਨਾਲ ਲੱਥਪੱਥ ਨਾ ਹੋਇਆ ਹੋਵੇ ਇਹ ਕਿਉਂ ਬੱਚਿਆਂ ਦੇ ਨਾਲ ਹੋ ਰਿਹਾ ਯਸਮ ਸਿੰਘ ਨੇ ਕਿਹਾ ਸੀ ਮੇਰੇ ਲਈ ਨਾ ਰੋ ਆਪਣੇ ਲਈ ਤੇ ਆਪਣੇ ਬੱਚਿਆਂ ਦੇ ਲਈ ਰੋ ਕਿਉਂਕਿ ਉਹ ਦਿਨ ਆਉਂਦੇ ਆ ਜੋ ਜਨੀਆ ਬਾਜਾ ਉਹ ਰੱਬ ਦਾ ਧੰਨਵਾਦ ਕਰਨ ਗਿਆ ਕਿ ਅਸੀਂ ਬੱਚੇ ਨੂੰ ਪੈਦਾ ਨਹੀਂ ਕੀਤਾ ਸਾਨੂੰ ਬੱਚਿਆਂ ਨੂੰ ਦੁੱਧ ਪਰੋਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਹ ਦਿਨ ਐਸਾ ਖਤਰਨਾਕ ਹੋਵੇਗਾ ਔਰ ਇਹ ਦੇਨਿਡਾ 70 ਈਸਵੀ ਦੇ ਵਿੱਚ ਇਹਨਾਂ ਦੇ ਉੱਤੇ ਉਹ ਆਉਂਦਾ ਹੈ ਇਸ ਦਿਨ ਤੋਂ ਅੰਤਿਮ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਨਾ ਕਹੋ ਕਿ ਅੰਤਿਮ ਦਿਨਾਂ ਦੇ ਵਿੱਚ ਔਰ ਅੱਗੇ ਬਦਾਂਗੇ ਅਸੀਂ ਵਿੱਚ ਕਾਲ ਆ ਗਈ ਸੀਗੀ ਨਗਰ ਵਿੱਚ ਕੋਈ ਦੀਵਾਰ ਜਾਂ ਫਰਸ਼ ਇਹੋ ਜਿਹਾ ਨਹੀਂ ਸੀ ਜਿਹੜਾ ਖੂਨ ਨਾਲ ਲਤਪਤ ਨਾ ਹੋਇਆ ਹੋਵੇ ਐਸਾ ਹਰਸ਼ੇ ਸੀ ਤੁਸੀਂ ਥੋੜੀ ਜਿਹੀ ਕਲਪਨਾ ਕਰੋ ਦੀਵਾਰਾਂ ਦੇ ਉੱਤੇ ਸਿਰਫ ਔਰ ਸਿਰਫ ਖੂਨ ਹੀ ਖੂਨ ਨਜ਼ਰ ਆ ਰਿਹਾ ਹੈ ਫਰਸ਼ਾਂ ਦੇ ਉੱਤੇ ਜਰੂਸ਼ਲਮ ਦੀਆਂ ਸੜਕਾਂ ਦੇ ਉੱਤੇ ਸਿਰਫ ਔਰ ਸਿਰਫ ਖੂਨ ਹੀ ਖੂਨ ਨਜ਼ਰ ਆ ਰਿਹਾ ਹੈ ਨਗਰ ਵਿੱਚ ਕੋਈ ਦੀਵਾਰ ਜਾਂ ਫਰਸ਼ ਇਹੋ ਜਿਹਾ ਨਹੀਂ ਸੀ ਜਿਹੜਾ ਖੂਨ ਦੇ ਨਾਲ ਲਤਪਤ ਨਾ ਹੋਇਆ ਹੋਵੇ ਯਹੂਦੀਆਂ ਦਾ ਖੂਨ ਨਾਲੀਆਂ ਰਾਹੀਂ ਨਗਰ ਦੇ ਸਭ ਤੋਂ ਨਿਚਲੇ ਫਾਟਕ ਦੀ ਵੱਲ ਬਹਿ ਕੇ ਨਗਰ ਤੋਂ ਬਾਹਰ ਜਾ ਰਿਹਾ ਸੀ ਕਲਪਨਾ ਤੁਸੀਂ ਕਰੀ ਜਾਈਓ ਕਿ ਹਾਲਾਤ ਕਿਹੜੇ ਸੀ ਜੀ ਔਰ ਇਹ ਹਾਲਾਤ ਅਗਰ ਅਸੀਂ ਦੁਲਹਨ ਦੇ ਵਿੱਚ ਰੈਪਚਰ ਦੇ ਸਮੇਂ ਨਾ ਉਠਾਏਗੇ ਤੇ ਸਾਡੇ ਨਾਲ ਹੋਣ ਵਾਲੇ ਹਨ ਇਹਨਾਂ ਹਾਲਾਤਾਂ ਨੂੰ ਦਿਲ ਦੀ ਤਕਦੀ ਉਤੇ ਲਿਖ ਲੋ ਅਗਰ ਅਸੀਂ ਪਵਿੱਤਰਤਾ ਨੂੰ ਕਾਇਮ ਨਾ ਕਰ ਰੱਖ ਸਕੇ ਅਗਰ ਅਸੀਂ ਦੁਲਹੇ ਦੀ ਦੁਲਹਨ ਵਾਂਗੂ ਨਾ ਬਣ ਸਕੇ ਅਗਰ ਅੱਜ ਰਾਤ ਦੁਲਹਾ ਆ ਜਾਂਦਾ ਤੇ ਅਸੀਂ ਆਪਣੀ ਤਿਆਰੀ ਦੇ ਵਿੱਚ ਨਹੀਂ ਹੈ ਜੋ ਕੁਛ ਇਹਨਾਂ ਦੇ ਨਾਲ ਹੋਇਆ ਆ ਉਹ ਸਾਰਾ ਕੁਛ ਸਾਡੇ ਨਾਲ ਹੋਣ ਵਾਲਾ ਆ ਔਰ ਉਹ ਸਾਡੇ ਲਈ ਜਿੱਥੇ ਮਰਨ ਦਾ ਇੱਕ ਵੇਲਾ ਹੋਵੇਗਾ ਉਥੇ ਸਭ ਤੋਂ ਵੱਡਾ ਹੈਗਾ ਸ਼ਰਮ ਦਾ ਵੇਲਾ ਹੋਵੇਗਾ ਮਰਨ ਦੇ ਨਾਲੋਂ ਸ਼ਰਮ ਹੋਰ ਜ਼ਿਆਦਾ ਭੈੜੀ ਆ ਮਾਰ ਕੇ ਤੇ ਬੰਦੇ ਦੀ ਜਾਨ ਛੁੱਟ ਜਾਂਦੀ ਆ ਪਰ ਜਿਹੜੀ ਸ਼ਰਮ ਆ ਨਾ ਇਹ ਤੇ ਹੋਰ ਜ਼ਿਆਦਾ ਭੈੜੀ ਆ ਸੋ ਇਸ ਚੀਜ਼ ਨੂੰ ਅਸੀਂ ਦਿਮਾਗ 'ਚ ਰੱਖੀਏ ਕਿ ਸਿਸਟਮ ਜਿਹੜਾ ਪਰਮੇਸ਼ਵਰ ਦਾ ਉਹ ਸਾਨੂੰ ਬਹੁਤ ਕੁਝ ਸਮਝਾਉਂਦਾ ਹੈ ਲੇਕਿਨ ਸੋ ਆਓ ਅਸੀਂ ਵੱਧਦੇ ਆ ਕੋਈ ਸਿਸਟਰ ਹੈ ਵਿੱਚ ਬਾਰ-ਬਾਰ ਫੋਨ ਕਰ ਰਹੀ ਹੈ ਸ਼ਾਇਦ ਉਹਨਾਂ ਪਤਾ ਨਹੀਂ ਹੈ ਕਿ ਅਸੀਂ ਮੈਸੇਜ ਦੇ ਵਿੱਚ ਸੋ ਅਗਰ ਉਹ ਸੁਣ ਰਹੇ ਆ ਤੇ ਫਿਰ ਜੇ ਫੋਨ ਨਾ ਕਰਨ ਅਸੀਂ ਪ੍ਰੋਗਰਾਮ ਚੱਲਦੇ ਦੇ ਵਿੱਚ ਫੋਨ ਨਹੀਂ ਲੈ ਸਕਦੇ ਸੋ ਰੱਬ ਤੁਹਾਨੂੰ ਆਸ਼ੀਸ਼ ਦੇਵੇ ਸਵਾਦਿਆ ਯਹੂਦੀਆਂ ਦਾ ਖੂਨ ਨਾਲੀਆਂ ਰਾਹੀਂ ਨਗਰ ਦੇ ਸਭ ਤੋਂ ਨਿਚਲੇ ਫਟਕਦੀ ਵੱਲ ਬਹਿ ਕੇ ਨਗਰ ਤੋਂ ਬਾਹਰ ਜਾ ਰਿਹਾ ਸੀ ਇਸ ਖੂਨੀ ਨਦੀ ਨੂੰ ਦੇਖ ਕੇ ਸੈਨਾਪਤੀ ਟਾਈਟਸ ਨੇ ਆਪਣੇ ਹੱਥ ਚੁੱਕ ਕੇ ਹਵਾ ਵਿੱਚ ਲਹਿਰਾਇ ਮਾਰਨ ਵਾਲੇ ਦੇ ਦਿਲ ਜਿਹੜੇ ਆ ਨਾ ਉਹ ਨਰਮ ਹੋ ਰਹੇ ਆ ਮਾਰਨ ਵਾਲਾ ਆਪਣੀ ਡਿਊਟੀ ਵੀ ਪੂਰੀ ਕਰ ਰਿਹਾ ਹੈ ਤੇ ਨਾਲ ਉਹਦੇ ਮਨ ਦੇ ਵਿੱਚ ਇਹਨਾਂ ਦੀ ਇਸ ਹਾਲਤ ਨੂੰ ਔਰ ਇਹਨਾਂ ਦੀ ਇਹਨਾਂ ਦਰਦਨਾਕ ਮੌਤਾਂ ਨੂੰ ਦੇਖ ਕੇ ਤਰਸ ਵੀ ਆ ਰਿਹਾ ਹੈ। ਔਰ ਇਹਨਾਂ ਦੇ ਇਸ ਬੰਦੇ ਹੋਏ ਲਹੂ ਨੂੰ ਲਹੂ ਲਹਾਨ ਹੋਏ ਯਰੂਸ਼ਲਮ ਨੂੰ ਦੇਖ ਕੇ ਉਹ ਟਾਈਟਸ ਜਿਹਦੀ ਰਹਿਨਮਾਈ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਉਹਨੇ ਉਸ ਨਗਰ ਦੇ ਔਰ ਉਸ ਨਗਰ ਨੂੰ ਲਹੂ ਲਹਾਨ ਹੋਏ ਨੂੰ ਦੇਖ ਕੇ ਆਪਣੇ ਹੱਥ ਉਹਨੇ ਆਕਾਸ਼ ਵੱਲ ਚੁੱਕੇ ਔਰ ਆਪਣੇ ਹੱਥ ਆਕਾਸ਼ ਵੱਲ ਚੁੱਕ ਕੇ ਇਤਿਹਾਸ ਦੱਸਦਾ ਆ ਉਹਨੇ ਲਫ਼ਜ਼ ਇਸਤੇਮਾਲ ਕੀਤਾ ਉਹਨਾਂ ਦਾ ਲਹੂ ਉਹਨਾਂ ਦੇ ਉੱਤੇ ਹੀ ਪਵੇ ਅਗਰ ਅੱਜ ਇਹਨਾਂ ਦੇ ਨਾਲ ਇਹ ਹੋ ਰਿਹਾ ਆ ਅਸੀਂ ਤੇ ਇੱਕ ਜਰੀਆ ਹੀ ਆ ਜੋ ਕੁਝ ਇਹਨਾਂ ਨਾਲ ਹੋ ਰਿਹਾ ਹੈ ਇਹ ਇਸੇ ਦੇ लायक ਸੀਗੇ ਇਹਨਾਂ ਦੇ ਨਾਲ ਇਹ ਹੋਣਾ ਇਸੇ ਤਰ੍ਹਾਂ ਬਣਦਾ ਸੀਗਾ ਤੇ ਯਾਦ ਰੱਖਿਓ ਆਗਿਆ ਵਿੱਚ ਜੇ ਨਾ ਰਹੇ ਤੇ ਅਸੀਂ ਵੀ ਬਿਨਾਂ ਰਹਿਮ ਕੀਤੇ ਉਹ ਮਾਰੇ ਜਾਵਾਂਗੇ ਰਹਿਮ ਨਹੀਂ ਹੋਵੇਗਾ ਬਲਕਿ ਮਾਰਨ ਵਾਲਾ ਇਹ ਸੋਚ ਕੇ ਸਾਨੂੰ ਮਾਰੇਗਾ ਕਿ ਪਰਮੇਸ਼ਵਰ ਨੇ ਮੈਨੂੰ ਤੈਨੂੰ ਮਾਰਨ ਵਾਸਤੇ ਬਣਾਇਆ ਸੀਗਾ ਔਰ ਇਹ ਉਹਨਾਂ ਦੇ ਲਈ ਹੈ ਜਿਹੜੇ ਆਗਿਆ ਨੂੰ ਮਨਨ ਦੇ ਵਾਸਤੇ ਤੇ ਅਗਿਆ ਵਿੱਚ ਬਣੇ ਰਹਿਣ ਦੇ ਵਾਸਤੇ ਤਿਆਰ ਨਹੀਂ ਆ ਅੱਗੇ ਵੱਧਦੇ ਹੌਨਿਕ ਇਹ ਇਹ ਲਫਜ਼ ਆਪਣੇ ਹੱਥ ਚੁੱਕ ਕੇ ਕਹੇ ਉਸ ਦੇ ਮੂੰਹੋਂ ਇਸ ਗੱਲ ਦਾ ਨਿਕਲਣਾ ਵੀ ਵਚਨ ਨੂੰ ਪੂਰਾ ਕਰਦਾ ਆ ਇਹ ਉਸ ਸੈਨਾਪਤੀ ਦੇ ਮੂੰਹ ਚੋਂ ਅਚਾਨਕ ਨਹੀਂ ਨਿਕਲਦੇ ਇਹ ਜਿਹੜਾ ਯਿਸੂ ਮਸੀਹ ਨੇ ਅੰਤਮ ਦਿਨਾਂ ਦੇ ਨਿਸ਼ਾਨਾਂ ਦੀ ਗੱਲ ਦੱਸੀ ਔਰ ਜਿੱਥੋਂ ਇਹ ਅੰਤਮ ਦਿਨਾਂ ਦੇ ਨਿਸ਼ਾਨੇ ਸ਼ੁਰੂ ਹੁੰਦੇ ਆ ਔਰ ਚੀਜ਼ ਨੂੰ ਜਦੋਂ ਅਸੀਂ ਧਿਆਨ ਦੇ ਵਿੱਚ ਰੱਖਦੇ ਹਾਂ ਤੇ ਸਾਡੇ ਸਾਹਮਣੇ ਇਹ ਗੱਲ ਆਉਂਦੀ ਹੈ ਉਹਦੇ ਮੂੰਹ ਚੋਂ ਇਹ ਸ਼ਬਦ ਜਿਹੜੇ ਨਿਕਲਨੇ ਇਹ ਵੀ ਕੁਦਰਤ ਹੀ ਕਢਾ ਰਹੀ ਹੈ ਤਾਂ ਕਿ ਇੱਕ ਸ਼ਬਦ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਪੂਰਾ ਹੋ ਚੁੱਕੇ ਜਿਹਨੂੰ ਅਸੀਂ ਪਹਿਲਾਂ ਵੀ ਰਿਪੀਟ ਕਰਦੇ ਹਾਂ ਹੁਣ ਉਹਨੂੰ ਹੋਰ ਖੋਲਾਂਗੇ ਉਸਦੇ ਮੂੰਹੋਂ ਇਹ ਗੱਲ ਦਾ ਨਿਕਲਣਾ ਵੀ ਵਚਨ ਨੂੰ ਪੂਰਾ ਕਰਦਾ ਹੈ ਯਰੋਸ਼ਲਮ ਦੀ ਹਾਰ ਤੋਂ ਬਾਅਦ 1 ਲੱਖ ਯਹੂਦੀਆਂ ਨੂੰ ਗਲੇ ਵਿੱਚ ਰस्सियां ਪਾ ਕੇ ਬੰਦੀ ਬਣਾਇਆ ਗਿਆ ਕੀ ਕੀਤਾ ਗਿਆ ਉਹਨਾਂ ਨੂੰ ਦਸੀਆਂ ਪਾ ਕੇ ਗਲਾਂ ਦੇ ਵਿੱਚ ਜਿੱਦਾਂ ਡੰਗਰਾਂ ਨੂੰ ਨਹੀਂ ਖਿੱਚ ਕੇ ਲੈ ਜਾਂਦੇ ਇਦਾਂ ਇਹਨਾਂ ਨੂੰ ਬੰਦੀ ਬਣਾ ਕੇ ਜਰੂਸ਼ਲਮ ਦੇ ਵਿੱਚੋਂ ਖਿੱਚ ਕੇ ਲਜਾਇਆ ਗਿਆ ਔਰ ਜਿਹੜਾ ਮੈਂ ਉੱਪਰ ਸ਼ਬਦ ਦੱਸਿਆ ਵੀ ਉਹਨੇ ਕਿਹਾ ਇਹਨਾਂ ਦਾ ਲਹੂ ਇਹਨਾਂ ਦੇ ਉੱਤੇ ਹੋਵੇ ਇਹ ਜਿਹਨਾਂ ਦਾ ਲਹੂ ਕਹਿੰਦਾ ਨੇ ਇਹਨਾਂ ਉੱਤੇ ਹੋਵੇ ਇਹ ਸ਼ਬਦ ਉਹਦੇ ਮੂੰਹ ਚੋਂ ਕਿਉਂ ਨਿਕਲਿਆ ਕਿਉਂਕਿ ਉਹਨਾਂ ਨੇ ਆਪਣੇ ਮੂੰਹੋਂ ਕਿਹਾ ਸੀ ਕਿ ਯਿਸੂ ਮਸੀਹ ਦਾ ਲਹੂ ਸਾਡੇ ਤੇ ਸਾਡੀ ਸੰਤਾਨ ਦੇ ਉੱਤੇ ਹੋਵੇ ਪਰ ਇਹਨੂੰ ਸਰੀਬ ਦਿਓ ਦਿਓ ਇਹਨਾਂ ਨੇ ਆਪਣੇ ਤੇ ਆਪਣੇ ਸੰਤਾਨ ਦੇ ਲਈ ਇਹਨਾਂ ਦਿਨਾਂ ਨੂੰ ਆਪ ਮੰਗਿਆ ਸੀ ਸੋ ਯਾਦ ਰੱਖੋ ਅਜੀਜੋ ਰਾਤੀ ਜਦੋਂ ਮੈਂ ਇਸ ਸ਼ਬਦ ਦੇ ਉੱਤੇ ਗੌਰ ਕਰ ਰਿਹਾ ਸੀਗਾ ਤੇ ਮੈਂ ਵਿਚਾਰ ਕਰ ਰਿਹਾ ਸੀ ਕਈ ਵਾਰੀ ਗੁੱਸੇ ਵਿੱਚ ਆ ਕੇ ਕਈ ਵਾਰੀ ਨਾ ਸਮਝਦਿਆਂ ਹੋਇਆਂ ਅਣਜਾਣੇ ਦੇ ਵਿੱਚ ਸਾਡੇ ਕੋਲ ਕਈ ਵਾਰ ਕੁਝ ਐਸੇ ਸ਼ਬਦ ਨਿਕਲ ਜਾਂਦੇ ਆ ਜਿਹੜੇ ਨਿਕਲਨੇ ਵਾਜਿਬ ਨਹੀਂ ਆ ਜਿਨ੍ਹਾਂ ਦਾ ਨਿਕਲਣਾ ਠੀਕ ਨਹੀਂ ਆ ਸੋ ਸਾਡੇ ਸਾਰਿਆਂ ਦੇ ਵਿੱਚ ਵੀ ਇਹਦਾ ਖਿਆਲ ਇਦਾਂ ਦਾ ਸਿਸਟਮ ਹੁੰਦਾ ਹੋਇਆ ਹੋਵੇਗਾ ਲੇਕਿਨ ਅੱਜ ਇਸ ਗੱਲ ਨੂੰ ਸਮਝੀਏ ਅਚਾਨਕ ਵੀ ਅਸੀਂ ਆਪਣੇ ਮੂੰਹ ਤੋਂ ਇਦਾਂ ਦਾ ਕੋਈ ਸ਼ਬਦ ਨਾ ਕੱਢੀਏ ਕਿਉਂਕਿ ਪਰਮੇਸ਼ਰ ਬੜਾ ਨੇੜਿਓਂ ਹੋ ਕੇ ਸੁਣਦਾ ਹੈ ਔਰ ਸਾਡੇ ਮੂੰਹ ਚੋਂ ਨਿਕਲਿਆ ਸ਼ਬਦ ਹੀ ਸਾਡੀ ਬਰਬਾਦੀ ਦਾ ਕਾਰਨ ਨਾ ਬਣ ਜਾਵੇ ਕਈਆਂ ਨੂੰ ਕਹੀਦਾ ਨਾ ਜਦੋਂ ਵੀ ਸਾਵਧਾਨ ਹੋ ਜਾਓ ਸਮਾਂ ਨੇੜੇ ਉਹ ਜੋ ਹੋਗਾ ਦੇਖੀ ਜਾਊਗਾ ਜੀ ਕੋਈ ਗੱਲ ਨਹੀਂ ਜਿੱਥੇ ਸਾਰੀ ਦੁਨੀਆ ਉੱਥੇ ਅਸੀਂ ਹੋਵਾਂਗੇ ਅਸੀਂ ਆਪਣੇ ਮੂੰਹ ਆਪਣੇ ਦੀ ਨਰਕ ਮੰਗ ਰਹੇ ਹਾਂ ਔਰ ਜਿਹੜਾ ਆਪਣੇ ਮੂੰਹ ਮੰਗਦਾ ਹੈ ਨਾ ਪਰਮੇਸ਼ਰ ਉਹਨੂੰ ਉਹਦੀ ਇੱਛਾ ਦੇ ਉੱਤੇ ਛੱਡਦਾ ਆ ਜਦੋਂ ਕਹੀਦਾ ਨਾ ਕਿਸੇ ਨੂੰ ਬਣੇ ਰੋ ਪਾਪ ਨਾ ਕਰੋ ਆਗਿਆ ਨੂੰ ਮੰਨੋ ਤੁਹਾਡੇ ਉੱਤੇ ਕੋਈ ਬੁਰਾ ਸਮਾ ਕੋਈ ਕੋਈ ਗੱਲ ਨਹੀਂ ਜਦੋਂ ਆਊਗਾ ਦੇਖੀ ਜਾਊਗੀ ਇਹਦਾ ਕਹਿ ਇਹ ਦਿੰਨੇ ਆਸੀਂ ਯਾਦ ਰੱਖਿਓ ਉਹਨੇ ਸੁਣ ਲਿਆ ਤੇ ਜਦੋਂ ਉਹਨੇ ਸੁਣ ਲਿਆ ਤੇ ਫਿਰ ਆਉਣਾ ਹੀ ਆਉਣਾ ਆ ਇਹਨਾਂ ਨੇ ਕਿਹਾ ਸੀ ਇਹਦਾ ਖੂਨ ਸਾਡੇ ਜੁਮੇ ਇਹਦਾ ਖੂਨ ਸਾਡੇ ਤੇ ਸਾਡੀ ਸੰਤਾਨ ਉੱਤੇ ਹੋਵੇ ਇਹਨੂੰ ਮਾਰ ਦਿਓ ਸਾਡੇ ਦੇ ਬਰਬਾ ਨੂੰ ਛੱਡ ਦਿਓ ਯਾਨੀ ਕਿ ਬਰਬਾਦ ਕਰਨ ਵਾਲੇ ਨੂੰ ਛੱਡ ਦਿਓ ਲੁੱਟਣ ਵਾਲੇ ਛੱਡ ਦਿਓ ਸਾਨੂੰ ਬਰਬਾਦ ਕਰਨ ਵਾਲਾ ਮਨਜ਼ੂਰ ਆ ਸਾਨੂੰ ਲੁੱਟ ਖੋ ਕਰਨ ਵਾਲਾ ਮਨਜ਼ੂਰ ਆ ਜ਼ਿੰਦਗੀ ਦੇਣ ਵਾਲਾ ਮਨਜ਼ੂਰ ਨਹੀਂ ਇਹਨਾਂ ਨੇ ਜ਼ਿੰਦਗੀ ਦਾ ਹੀ ਇਨਕਾਰ ਕੀਤਾ ਸੀ ਇਹਨਾਂ ਨੇ ਜ਼ਿੰਦਗੀ ਦੇਣ ਵਾਲੇ ਦਾ ਇਨਕਾਰ ਕੀਤਾ ਸੀ ਇਸ ਲਈ ਇਹਨਾਂ ਦਾ ਇਹ ਹਸ਼ਰ ਹੋ ਰਿਹਾ ਆ ਔਰ ਉਹਨਾਂ ਅੰਤਿਮ ਦਿਨਾਂ ਦੇ ਉਤੇ ਗੌਰ ਕਰਦੇ ਕਰਦੇ ਹੁਣ ਇਹ ਦੇਖੋ ਅੰਤਿਮ ਦਿਨਾਂ ਦੇ ਅੰਤਿਮ ਚਰਨਾਂ ਦੇ ਵਿੱਚ ਅਸੀਂ ਜਦੋਂ ਪਹੁੰਚੇ ਆ ਤੇ ਫਿਰ ਹੁਣ ਸਮਾਂ ਬਹੁਤ ਜ਼ਿਆਦਾ ਖਤਰਨਾਕ ਆ ਇਸ ਲਈ ਸਾਨੂੰ ਬੜਾ ਸੰਭਲ ਕੇ ਤੇ ਬੜੇ ਹੀ ਇੱਕ ਪਵਿੱਤਰ ਤਰੀਕੇ ਦੇ ਨਾਲ ਜੀਵਨ ਜੀਣ ਦੀ ਜ਼ਰੂਰਤ ਆ ਸੋ ਪੜਦੇ ਆ ਅੱਗੇ ਯੂਰੋਪੀਆਂ ਦੇ ਹਾਰ ਤੋਂ ਬਾਅਦ 1 ਲੱਖ ਯਹੂਦੀਆਂ ਨੂੰ ਗਲੇ ਵਿੱਚ ਰस्सियां ਪਾ ਕੇ ਬੰਦੀ ਬਣਾਇਆ ਗਿਆ। ਇਟਲੀ, ਸਪੇਨ, ਰੋਮ, ਮਿਸਰ ਵਿੱਚ ਭੇਜਿਆ ਗਿਆ ਤੇ ਉੱਥੇ ਉਹਨਾਂ ਨੂੰ ਗੁਲਾਮਾਂ ਦੇ ਰੂਪ ਦੇ ਵਿੱਚ ਵੇਚਿਆ ਗਿਆ। ਇਹ ਕੌਣ ਹੈ ਭਲਾ? ਅਬਰਾਹਮ ਦਾ ਵੰਸ਼। ਇਹ ਕੀ ਕਹੇ ਕਿ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਸੀਗੇ। ਐ ਸਾਡੇ ਖੁਦਾ। ਅਬਰਾਹਮ, ਇਸਹਾਕ ਤੇ ਯਾਕੂਬ ਦੇ ਖੁਦਾ। ਇਹ ਉਹ ਵੰਸ਼ ਜਿਹਦੇ ਨਾਲ ਵਾਅਦਾ ਆਇਆ ਇਹ ਉਹ ਚੁਣਿਆ ਹੋਇਆ ਵੰਸ਼ ਜਿਹਦੇ ਵਿੱਚ ਉਹਨੇ ਆਪਣੀ ਸਾਰੀ ਯੋਜਨਾ ਨੂੰ ਪੂਰਾ ਕਰਨਾ ਆ ਇਸ ਚੁਣੇ ਹੋਏ ਵੰਸ਼ ਨੂੰ ਉਦੋਂ ਤੋਂ ਲੈ ਕੇ ਸਾਫਦਾਨ ਕਰਦਾ ਆਇਆ ਇਹਨਾਂ ਨੇ ਸਿਰਫ ਉਹਦੀਆਂ ਪ੍ਰਤੀਗਿਆ ਦੇ ਉੱਤੇ ਧਿਆਨ ਦਿੱਤਾ ਉਹ ਸਾਨੂੰ ਛੱਡੂਗਾ ਨਹੀਂ ਉਹ ਸਾਨੂੰ त्याਗੂਗਾ ਨਹੀਂ ਉਹ ਪਹੁੰਚ ਆਇਆ ਉਹ ਰਹਿਮ ਕਰਨ ਵਾਲਾ ਆ ਉਹਨੇ ਅਬਰਾਹਮ ਨੂੰ ਵੀ ਬਖਸ਼ ਦਿੱਤਾ ਸੀ ਉਹਨੇ ਯਕੂਬ ਨੂੰ ਵੀ ਬਖਸ਼ ਦਿੱਤਾ ਸੀ ਉਹਨੇ ਇਸਹਾਕ ਨੂੰ ਵੀ ਬਖਸ਼ ਦਿੱਤਾ ਸੀ ਉਹਨੇ ਦੌਦ ਨੂੰ ਵੀ ਬਖਸ਼ ਦਿੱਤਾ ਸੀ ਉਹ ਤੇ ਬਖਸ਼ਣਹਾਰ ਆ ਇਸ ਕਰਕੇ ਉਹਨੇ ਸਾਨੂੰ ਵੀ ਬਖਸ਼ ਦੇਣਾ ਆ ਇਹ ਸਿਰਫ ਉਹਦੀ ਇੱਕ ਰਹਿਮਤ ਨੂੰ ਧਿਆਨ ਚ ਰੱਖਦੇ ਹੋਏ ਸੁਦਰਨ ਦੇ ਵਾਲੇ ਪਾਸੇ ਨਹੀਂ ਗਏ ਅੱਜ ਵੀ ਜਿਹੜੇ ਅਨੁਗ੍ਰਹਿ ਦੇ ਜਮਾਨੇ ਚ ਜੀ ਰਹੇ ਨਾ ਇਹਨਾਂ ਦੇ ਵਿੱਚ ਇਹ ਹੀ ਭਰੇ ਖਾਇਆ ਇਹਨਾਂ ਨੂੰ ਇੱਕੋ ਗੱਲ ਦਾ ਪਤਾ ਵੀ ਉਹ ਅਨੁਗ੍ਰਹਿਕਾਰੀ ਆ ਇਹ ਦਇਆ ਦਾ ਯੋਗ ਆ ਇਹ ਮਾਫੀ ਦਾ ਯੋਗ ਆ ਦਇਆ ਦਾ ਯੋਗ ਹੋਵੇ ਮਾਫੀ ਦਾ ਯੋਗ ਹੋਵੇ ਅਨੁਗ੍ਰਹਿ ਦਾ ਯੋਗ ਹੋਵੇ ਦੋ ਚੀਜ਼ਾਂ ਕਦੇ ਨਾ ਕੋਲਿਓ ਯੋਗ ਜਿਹੜਾ ਮਰਜੀ ਹੋਵੇ ਪਰਮੇਸ਼ਵਰ ਨਿਆਈ ਹੈ ਪਰਮੇਸ਼ਵਰ ਧਰਮੀ ਹੈ ਇਹ ਦੋ ਚੀਜ਼ਾਂ ਉਹ ਆਪਣੇ ਤੋਂ ਕਿਸੇ ਵੀ ਯੋਗ ਦੇ ਵਿੱਚ ਅਲੱਗ ਨਹੀਂ ਕਰਦਾ ਤੇ ਜੇ ਉਹ ਇਹ ਦੋ ਚੀਜ਼ਾਂ ਨੂੰ ਆਪਣੇ ਤੋਂ ਅਲੱਗ ਕਰੇ ਫਿਰ ਪਰਮੇਸ਼ਵਰ ਹੀ ਨਹੀਂ ਆ ਉਹ ਪਰਮੇਸ਼ਵਰ ਹੀ ਇਸੇ ਕਰਕੇ ਆ ਕਿਉਂਕਿ ਉਹ ਧਰਮੀ ਆ ਤੇ ਨਿਆਈ ਆ ਪੱਖਪਾਤ ਨਹੀਂ ਕਰਦਾ ਪੱਖਪਾਤ ਨਹੀਂ ਕਰਦਾ ਪਾਪ ਦੇ ਨਾਲ ਨਫ਼ਰਤ ਕਰਦਾ ਹੈ ਪਾਪੀ ਨਾਲ ਮੁਹੱਬਤ ਕਰਦਾ ਹੈ ਤੇ ਪਾਪੀ ਨੂੰ ਪਾਪ ਤੋਂ ਛੁਡਾਇਆ ਆਪਣੇ ਲਹੂ ਦੀ ਕੀਮਤ ਦੇ ਕੇ ਤੇ ਜਿਹਨੂੰ ਛੁਡਾਇਆ ਹੈ ਆਪਣੇ ਲਹੂ ਦੀ ਕੀਮਤ ਦੇ ਕੇ ਅਗਰ ਉਹ ਉਹਦੇ ਲਹੂ ਨੂੰ ਆਪਣੇ ਪੈਰਾਂ ਹੇਠ ਲਿਟਾੜੇਗਾ ਜਿਵੇਂ ਇਬਰਾਨੀਓ ਦੇ ਖੱਤ ਵਿੱਚ ਲਿਖਿਆ ਆ ਫਿਰ ਉਹਦੇ ਲਈ ਨਵੇਂ ਸਿਰਿਓ ਤੋਬਾ ਕਰਾਉਣੀ ਜਿਹੜੀ ਬੜੀ ਅਣਹੋਣੀ ਆ ਫਿਰ ਤੇ ਉਹਦੇ ਲਈ ਇੱਕ ਹੋਈ ਆ ਬਸ ਸਜ਼ਾ ਤੇ ਹਮੇਸ਼ਾ ਦੀ ਮੌਤ ਤੇ ਉਹ ਤਰਫਣ ਵਾਲੀ ਜਗਾ ਜਾਂ ਫਿਰ ਉਹਦੇ ਲਈ ਉਸ ਤੋਂ ਅੱਗੇ ਕੁਛ ਨਹੀਂਗਾ ਇਹ ਸਰ ਕੇ ਅਨੁਗ੍ਰਹਿ ਨੂੰ ਸਮਝੋ ਅਗਰ ਅੱਜ ਮੇਰੇ ਉੱਤੇ ਕੋਈ ਬੰਦਾ ਰਹਿਮ ਕਰਦਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਮੈਂ ਉਹਦੇ ਰਹਿਮ ਦੀ ਕਦਰ ਕਰਾਂ ਇਹ ਨਾ ਕਿ ਮੈਂ ਉਹਦੇ ਰਹਿਮ ਨੂੰ ਪੈਰਾਂ ਹੇਠ ਨੂੰ ਤਾੜਾਂ ਰਹਿਮ ਨੂੰ ਸਮਝੋ ਅਨੁਗ੍ਰਹਿ ਨੂੰ ਸਮਝੀਏ अनुग्रह ਨੂੰ ਜਦੋਂ ਸਮਝਾਂਗੇ ਤੇ ਫਿਰ ਉਹਦੀ ਕਿਰਪਾ ਸਾਡੇ ਉੱਤੇ ਬਣੀ ਰਹੇਗੀ। ਅਨੁਗ੍ਰਹਿ ਨੂੰ ਨਾ ਸਮਝਣਾ, ਆਗਿਆ ਨੂੰ ਤੋੜਨਾ, ਆਗਿਆ ਨੂੰ ਨਾ ਆਗਿਆ ਨੂੰ ਤੋੜਨ ਦਾ ਮਤਲਬ ਹੈਗਾ ਆ ਕਿ ਪਰਮੇਸ਼ਵਰ ਦੇ ਵਿੱਚ ਨਹੀਂ ਆ। ਸਜ਼ਾ ਦਾ ਹੁਕਮ ਉਹਦੇ ਉੱਤੇ ਨਹੀਂ ਆ ਜਿਹੜਾ ਪਰਮੇਸ਼ਵਰ ਦੇ ਵਿੱਚ ਨਹੀਂ ਆ। ਸਜ਼ਾ ਦਾ ਸੌਰੀ ਮੈਂ ਰਿਪੀਟ ਕਰਦਾ ਸ਼ਬਦ ਸ਼ਾਇਦ ਗਲਤ ਹੋ ਗਿਆ। ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਆ ਜਿਹੜਾ ਪਰਮੇਸ਼ਵਰ ਦੇ ਵਿੱਚ ਆ। ਤੇ ਪਰਮੇਸ਼ਵਰ ਦੇ ਵਿੱਚ ਉਹ ਆ ਜਿਹੜਾ ਆਗਿਆ ਦੇ ਵਿੱਚ ਆ। ਤੇ ਜਿਹੜਾ ਆਗਿਆ ਦੇ ਵਿੱਚ ਆ ਉਹਦੀ ਜ਼ਿੰਮੇਵਾਰੀ ਹੈ ਪਰਮੇਸ਼ਵਰ ਦੀ ਤੇ ਜਿਹੜਾ ਆਗਿਆ ਦੇ ਵਿੱਚ ਨਹੀਂ ਆ ਉਹ ਪਰਮੇਸ਼ਵਰ ਤੋਂ ਬਾਹਰ ਚਲੇ ਗਿਆ ਤੇ ਜਿਹੜਾ ਬਾਹਰ ਚਲੇ ਗਿਆ ਉਹਦਾ ਉਹ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਉਹ ਆਪਣਾ ਜ਼ਿੰਮੇਵਾਰ ਆਪ ਹੋਵੇਗਾ ਜਿੱਦਾਂ ਇਹਨਾਂ ਨੇ ਕਿਹਾ ਇਹਦਾ ਲਹੂ ਸਾਡੇ ਤੇ ਸਾਡੀ ਸੰਤਾਨ 'ਚ ਆਪ ਹੀ ਮੰਗਿਆ ਆ ਇਹਨਾਂ ਨੇ ਪਰਮੇਸ਼ਵਰ ਨਹੀਂ ਸੀ ਚਾਹੁੰਦਾ ਇਹਨਾਂ ਉੱਤੇ ਸਜਾ ਆਵੇ ਯਾਦ ਰੱਖਿਓ ਸੀ ਪਹਿਲਾਂ ਪਰਧਸੀ ਵਸ ਪੜ੍ਹੀ ਆ ਉਹਦੇ ਧੀਰੇ ਜਨਾ ਸਬਰ ਦੇ ਨਾਲ ਬੈਠਾ ਉਹ ਕਿਸੇ ਦਾ ਨਾਸ਼ ਨਹੀਂ ਚਾਹੁੰਦਾ ਹੋ ਨਹੀਂ ਚਾਹਦਾ ਪਰ ਜੇ ਅਸੀਂ ਨਾਸ਼ ਨੂੰ ਮੰਗਾਂਗੇ ਤੇ ਸਾਨੂੰ ਬੜੇ ਵਧੀਆ ਢੰਗ ਦੇ ਨਾਲ ਦਵੇਗਾ ਜਿੱਦਾਂ ਇਹਨਾਂ ਨੂੰ ਦਿੱਤਾ ਹੈ ਇਹਨਾਂ ਦਾ ਇਹ ਹਸ਼ਰ ਪੜ ਪੜ ਕੇ ਸਾਡਾ ਦਿਲ ਕੰਬਦਾ ਹੈ ਇਹਨਾਂ ਦੀ ਇਸ ਹਾਲਤ ਨੂੰ ਦੇਖ ਕੇ ਸਾਡੇ ਅੰਦਰ ਡਰ ਦਾ ਇੱਕ ਮਾਹੌਲ ਬਣਦਾ ਹੈ ਇਹਨਾਂ ਨੂੰ ਦੇਖ ਕੇ ਗੋਡੇ ਟੇਕਣ ਦੇ ਲਈ ਮਜਬੂਰ ਹੋ ਜਾਂਦੇ ਆ ਕਿ ਪਰਮੇਸ਼ਵਰ ਜੇ ਨਿਆਂ ਦੇ ਵਿੱਚ ਐਡਾ ਜਬਰਦਸਤ ਹੈ ਤੇ ਫਿਰ ਜੇ ਇਹਨਾਂ ਦੇ ਨਾਲ ਇਦਾਂ ਸੀ ਤੇ ਮੇਰੇ ਨਾਲ ਇਸ ਤੋਂ ਵੱਧ ਹੋਊਗਾ ਕਿਉਂਕਿ ਮੇਰੇ ਨਾਲ ਸਿਸਟਮ ਹੀ ਅਲੱਗ ਕੀਤਾ ਹੈ ਇਸ ਲਈ ਮੇਰੇ ਲਈ ਸਜ਼ਾ ਵੀ ਫਿਰ ਓਨੀ ਜ਼ਿਆਦਾ ਤੇ ਵਧੇਕ ਹੋਵੇਗੀ ਸੋ ਇਹਨਾਂ ਨੂੰ ਗਲੇ ਦੇ ਵਿੱਚ ਰस्सियां ਪਾ ਕੇ ਜਿੱਦਾਂ ਜਾਨਵਰਾਂ ਨੂੰ ਨੇ ਖਿੱਚ ਕੇ ਲਿਜਾਈਦਾ ਤੁਸੀਂ ਕਦੀ ਦੇਖਿਆ ਹੋਵੇਗਾ ਜਿਹੜੀ ਡੰਗਰਾਂ ਦੀ ਮੰਡੀ ਲੱਗਦੀ ਹੈ ਉਦਾਂ ਇਹਨਾਂ ਨੂੰ ਲਿਜਾਇਆ ਗਿਆ ਇਹਨਾਂ ਦੀਆਂ ਧੌਣਾਂ ਦੇ ਵਿੱਚ ਰस्सियां ਪਾ ਕੇ 1 ਲੱਖ ਯਹੂਦੀਆਂ ਨੂੰ 1 ਲੱਖ ਯਹੂਦੀਆਂ ਨੂੰ ਵੇਚਣ ਦੇ ਲਈ ਜਾਂ ਲਿਜਾਇਆ ਗਿਆ ਗੁਲਾਮ ਕਰਕੇ ਵੇਚਣ ਦੇ ਲਈ ਐਜੇ ਗੁਲਾਮ ਦੀ ਤੌਰ ਤੇ ਇਹਨਾਂ ਦੀਆਂ ਬੋਨੀਆਂ ਲਗੀਆਂ ਔਰ ਹਾਏ ਨਿਕਲਦੀ ਆ ਇੱਕ ਚੀਜ਼ ਨੂੰ ਦੇਖ ਕੇ ਕਿ ਇਹਨਾਂ ਦਾ ਖਰੀਦਦਾਰ ਕੋਈ ਨਹੀਂ ਸੀ ਲੱਭਦਾ ਹਾਲਤ ਕਿਦਾਂ ਦੇ ਆ ਗੁਲਾਮ ਬਣਾ ਕੇ ਲਜਾਇਆ ਗਿਆ ਰੋਮ ਦੇ ਵਿੱਚ ਇਟਲੀ ਦੇ ਵਿੱਚ ਸਪੇਨ ਦੇ ਵਿੱਚ ਮਿਸਰ ਦੇ ਵਿੱਚ ਔਰ ਹਾਲਤ ਕੈਸੀ ਹੈ ਪਰਮੇਸ਼ਾ ਕਹਿਆ ਨਾ ਦੁਬਾਰਾ ਤੁਸੀਂ ਕਿਤੇ ਮਿਸਰ ਚ ਐ ਚਲ ਜਾਈਓ ਇਹਨਾਂ ਦੀ ਆਗਿਆ ਨਾ ਮੰਨਣ ਦੀ ਵਜ੍ਹਾ ਸੀ ਦੁਬਾਰਾ ਇਹਨਾਂ ਨੂੰ ਮਿਸਰ ਦੇ ਵਿੱਚ ਵਿਕਣ ਦੇ ਲਈ ਲਜਾਇਆ ਗਿਆ ਔਰ ਉਸ ਜਗ੍ਹਾ ਤੇ ਪਹੁੰਚ ਕੇ ਇਹਨਾਂ ਦੇ ਨਾਲ ਵਾਪਰਦਾ ਕੀ ਆ ਕੋਈ ਇਹਨਾਂ ਦੀ ਬੋਲੀ ਲਾਉਣ ਦੇ ਲਈ ਤਿਆਰ ਨਹੀਂ ਕੋਈ ਇਹਨਾਂ ਨੂੰ ਖਰੀਦਣ ਦੇ ਲਈ ਤਿਆਰ ਨਹੀਂ ਕਿਉਂਕਿ ਇਹਨੇ ਕੁ ਕਮਜ਼ੋਰ ਹੋ ਚੁੱਕੇ ਸੀਗੇ ਕਿ ਖਰੀਦਣ ਵਾਲਾ ਕਹਿੰਦਾ ਸੀ ਇਹਨਾਂ ਦਾ ਕਿ ਇਹਨਾਂ ਨੂੰ ਕੰਮ ਕਿਹੜਾ ਕਰਾਵਾਂਗੇ ਇਹਨਾਂ ਨੂੰ ਤੇ ਪਹਿਲਾਂ ਪਾਲਣਾ ਪਊਗਾ ਇਹਨਾਂ ਨੂੰ ਤੇ ਪਹਿਲਾਂ ਖਿਲਾਉਣਾ ਪਊਗਾ ਇਹਨਾਂ ਨੂੰ ਤੇ ਪਹਿਲਾਂ ਇਸ ਲਾਇਕ ਬਣਾਉਣਾ ਪਊਗਾ ਕਿ ਕੰਮ ਕਰਨ ਇਹਨਾਂ ਦਾ ਖਰੀਦਦਾਰ ਨੇ ਸੀ ਲੱਭਦਾ ਇਹਨਾਂ ਦਾ ਇਹ ਹਸ਼ਰ ਹੋਇਆ ਇੱਕ ਲੱਖ ਲੋਕਾਂ ਨੂੰ ਵੇਚਣ ਲਈ ਲਜਾਇਆ ਗਿਆ ਖਰੀਦਦਾਰ ਨੇ ਸੀ ਲੱਭਦਾ ਔਰ ਇਹ ਖਰੀਦਦਾਰ ਕਿਉਂ ਨਹੀਂ ਸੀ ਲੱਭਦਾ ਉਹ ਵੀ ਵਚਨ ਹੀ ਪੂਰਾ ਹੁੰਦਾ ਆ ਐਵੇਂ ਨਹੀਂ ਕੋਈ ਗੱਲ ਲਿਖੀ ਗਈ ਇਹ ਕਮਜ਼ੋਰ ਹੋਗੇ ਸੀ ਔਰ ਵਿਵਸਥਾ ਦੇ ਵਿੱਚ ਲਿਖਿਆ ਪੜਾਂਗੇ ਵਿਵਸਥਾ ਦੀ ਕਿਤਾਬ ਬਾਈਬਲ ਦੀ ਪੰਜਵੀਂ ਕਿਤਾਬ ਉਹਦਾ 28 ਅਧਿਆਇ ਉਹਦੀ 68 ਵਰਸ ਬਾਈਬਲ ਦੀ ਮੂਸਾ ਦੁਆਰਾ ਲਿਖੀ ਗਈ 올ਡ ਟੈਸਟਮੈਂਟ ਦੀ ਪੰਜਵੀਂ ਕਿਤਾਬ ਉਹਦਾ 28 ਚੈਪਟਰ 68 ਵਰਸ ਇਹ ਪਹਿਲਾਂ ਤੋਂ ਪਰਮੇਸ਼ਵਰ ਨੇ ਦੱਸਿਆ ਸੀ ਇੱਕ ਭੁਸ਼ਵਾਨੀ ਦੇ ਰੂਪ ਚ ਇਹ ਵਚਨ ਕਹੇ ਸੀ ਅਗੰਮ ਗਿਆਨ ਦੇ ਵਿੱਚ ਅਗੰਮ ਗਿਆਨੀ ਹੋਣ ਦਾ ਕਰਕੇ ਪਰਮੇਸ਼ਵਰ ਸ਼ੁਰੂ ਤੋਂ ਜਾਣਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕੀ ਕਰਨਾ ਹੈ ਔਰ ਇਹਨਾਂ ਦਾ ਕੀ ਹੋਣਾ ਹੈ ਔਰ ਉਹਦੀ ਝਾਤ ਜਿਹੜੀ ਪਹਿਲਾਂ ਹੀ ਲਿਖ ਦਿੱਤੀ ਗਈ ਸੀ ਕੀ ਲਿਖਿਆ ਆ ਔਰ ਯਹੋਵਾ ਤੁਜ ਕੋ ਨਾਓ ਉਪਰ ਚੜਾ ਕੇ ਕਿਸ਼ਤੀਆਂ ਦੇ ਉੱਤੇ ਚੜਾ ਕੇ ਮਿਸਰ ਮੇ ਉਸ ਮਾਰਗ ਸੇ ਲਟਾ ਦੇਗਾ ਕਾਦੇ ਤੇ ਚੜਾ ਕੇ ਕਿਸ਼ਤੀਆਂ ਤੇ ਚੜਾ ਕੇ ਸੁੱਕੇ ਪਾਣੀ ਪਾਣੀਆਂ ਨੂੰ ਹਟਾ ਕੇ ਤੇ ਸੁੱਕੀ ਧਰਤੀ ਦੇ ਵਿੱਚੋਂ ਦੇ ਕੱਢਿਆ ਸੀ ਨਾ ਜਿਹੜੇ ਪਾਣੀਆਂ ਨੇ ਇਹਨਾਂ ਦਾ ਰਸਤਾ ਰੋਕਿਆ ਸੀ ਉਹਨਾਂ ਪਾਣੀਆਂ ਨੂੰ ਹੀ ਪਰਮੇਸ਼ਵਰ ਨੇ ਹਟਾ ਦਿੱਤਾ ਸੀ ਹੁਣ ਉਹਨਾਂ ਪਾਣੀਆਂ ਦੇ ਵਿੱਚੋਂ ਦੀ ਕਿਸ਼ਤੀਆਂ 'ਚ ਬਿਠਾ ਕੇ ਉਸੇ ਮਿਸਰ ਦੇ ਵਿੱਚ ਇਨ ਵੇਚ ਨਹੀਂ ਲਿਜਾਇਆ ਜਾ ਰਿਹਾ ਹੈ ਅਨੁਗ੍ਰਹਿ ਦੀ ਕਦਰ ਕਰੋ ਅਨੁਗ੍ਰਹਿ ਦੀ ਬੇਕਦਰੀ ਕਰਨ ਵਾਲਾ ਇਨਾ ਤੋਂ ਵੀ ਕਿਤੇ ਜ਼ਿਆਦਾ ਸਜਾ ਦਾ ਭਾਗੀ ਹੋਵੇਗਾ ਅਨੁਗ੍ਰਹਿ ਦੀ ਬੇਕਦਰੀ ਕਰਨ ਵਾਲੇ ਦੇ ਨਾਲ ਇਸ ਤੋਂ ਵੀ ਭੈੜਾ ਸਲੋਕ ਕੀਤਾ ਜਾਵੇਗਾ ਔਰ ਉਸ ਸਲੋਕ ਨੂੰ ਅਸੀਂ ਦੇਖਦੇ ਹਾਂ ਜਿਹੜੇ ਬਾਅਦ ਵਿੱਚ ਆਇਆ ਉਹ ਇਸ ਮੈਸੇਜ ਨੂੰ ਸ਼ੁਰੂ ਤੋਂ ਸੁਣ ਲੈ ਤਾਂ ਕਿ ਉਹਨਾਂ ਨੂੰ ਸਮਝ ਆਵੇ ਕਿ ਅਸੀਂ ਕੀ ਸਿੱਖ ਰਹੇ ਹਾਂ ਔਰ ਯਹੋਵਾ ਤੈਨੂੰ ਨਾਓ ਉੱਪਰ ਚੜਾ ਕੇ ਮਿਸਰ ਮੇ ਉਸ ਮਾਰਗ ਸੇ ਲੁਟਾ ਦੇਗਾ ਜਿਸਕੇ ਵਿਸ਼ੇ ਮੈਂਨੇ ਤੁਝ ਸੇ ਕਹਾ ਥਾ ਇਹਨਾਂ ਨੂੰ ਕਹਾ ਸੀ ਅਚਾਨਕ ਨਹੀਂ ਹੋ ਰਿਹਾ ਇਹ ਨਜ਼ਰ ਸਨ ਇਸ 70 ਈਸਵੀ ਦੇ ਵਿੱਚ ਵਿਕਣਾ ਇਹਨਾਂ ਦਾ ਇਹ ਹਸ਼ਿਰ ਹੋਣਾ ਇਹ ਪਹਿਲਾਂ ਤੋਂ ਲਿਖਿਆ ਗਿਆ ਔਰ ਪਰਮੇਸ਼ਰ ਨੂੰ ਪਤਾ ਸੀ ਇਹਨਾਂ ਨੇ ਇਹ ਕੰਮ ਜਿਹੜੇ ਆ ਉਹ ਕਰਨੇ ਆ ਕਿ ਵੈ ਫਿਰ ਤੇਰੇ ਦੇਖਣੇ ਮੇ ਨਾ ਆਏਗਾ ਕਿੱਥੇ ਵਾਪਸ ਭੇਜੂਗਾ ਤੈਨੂੰ ਮੈਂ ਜਿਸ ਮਿਸੇ ਦੇ ਬਾਰੇ ਦੇਖਿਆ ਨਾ ਤੁਹਾਡੇ ਮਨ ਵਿੱਚ ਕਦੀ ਉੱਚ ਵਾਪਸ ਜਾਣ ਦੀ ਵੀ ਧਿਆਨ ਨਾ ਕਰਿਓ ਉੱਥੇ ਫਿਰ ਵਿਵਸਥਾ ਆ ਸਮ ਨੂੰ ਜਦ ਤੁਸੀਂ ਪੜਦੇ ਹੋ ਦੇ ਦੋ ਪਾਰਟ ਆ ਇੱਕੋ ਚੈਪਟਰ ਦੇ ਦੋ ਪਾਰਟ ਆ ਪਰਮੇਸ਼ਵਰ ਉੱਥੇ ਇੱਕ ਖਾਸ ਗੱਲ ਸਾਨੂੰ ਸਮਝਾਉਂਦਾ ਆ ਉਹ ਕਿਸੇ ਦਾ ਨਾਸ਼ ਨਹੀਂ ਚਾਹੁੰਦਾ ਸਾਡੇ ਅੱਗੇ ਉਹਨੇ ਦੋ ਆਪਸ਼ਨ ਰੱਖੇ ਆ ਸਾਡੇ ਅੱਗੇ ਦੋ ਚੁਆਇਸ ਰੱਖ ਦਿੱਤੀ ਆ ਸਾਡੇ ਅੱਗੇ ਦੋ ਨਿਰਨੇ ਰੱਖੇ ਕਿੰਨੇ ਆ ਅਗਰ ਤੁਸੀਂ ਮੇਰੇ ਹੁਕਮਾਂ ਤੇ ਵਿਧੀਆਂ ਉੱਤੇ ਰਹੋਗੇ ਤੇ ਤੁਹਾਡੇ ਨਾਲ ਆ ਸਭ ਕੁਝ ਬਣਿਆ ਰਹੇਗਾ ਅਗਰ ਤੁਸੀਂ ਮੇਰੀ ਆਗਿਆ ਨੂੰ ਤੋੜੋਗੇ ਤੇ ਤੁਹਾਡੇ ਨਾਲ ਆ ਸਭ ਕੁਝ ਹੋਵੇਗਾ ਤੇ ਚਨਾਉ ਕਿਹੜਾ ਹੈ ਭਲਾ ਚਨਾਉ ਕਰਨ ਦੇ ਲਈ ਪਰਮੇਸ਼ਵਰ ਨੇ ਮਜਬੂਰ ਨਹੀਂ ਕਰਨਾ ਚਨਾਉ ਮੇਰਾ ਮੈਂ ਆਗਿਆ ਦੇ ਵਿੱਚ ਬਣੇ ਰਹਿਣਾ ਹੈ ਕਿ ਆਗਿਆ ਤੋਂ ਬਾਹਰ ਜਾਣਾ ਹੈ ਜੋ ਮਸੀਮੇ ਹਨ ਉਨ ਪਰ ਜਾਣੇ ਕੀ ਆਗਿਆ ਨਹੀਂ ਚਨਾਉ ਮੇਰੇ ਜੀ ਜੇ ਆਗਿਆ ਦੇ ਵਿੱਚ ਹੈ ਪਰਮੇਸ਼ਵਰ ਦੇ ਵਿੱਚ ਹੈ ਜੇ ਆਗਿਆ ਤੋਂ ਬਾਹਰ ਆ ਪਰਮੇਸ਼ਵਰ ਦੇ ਘੇਰੇ ਤੋਂ ਬਾਹਰ ਹੈ ਤੇ ਜਿਹੜਾ ਪਰਮੇਸ਼ਵਰ ਦੇ ਘੇਰੇ ਤੋਂ ਬਾਹਰ ਉਹਦੇ ਬਾਰੇ ਲਿਖਿਆ ਆ ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ ਯਰੂਸ਼ਲਮ ਮਤਨ ਪਰਮੇਸ਼ਰ ਦਾ ਘਰ ਯਰੀਹੋ ਮਤਲਬ ਲਾਂਤੀ ਜਗਾ ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਉਹਨੂੰ ਡਾਕੂਆਂ ਨੇ ਘੇਰ ਲਿਆ ਜਿਹੜਾ ਪਰਮੇਸ਼ਰ ਦੇ ਘੇਰੇ ਤੋਂ ਬਾਹਰ ਜਾਵੇਗਾ ਯਾਦ ਰੱਖੋ ਡਾਕੂ ਬਾਹਰ ਉਹਦਾ ਇੰਤਜ਼ਾਰ ਕਰ ਰਹੇ ਆ ਜੇ ਉਹ ਚੌਂਦਾ ਡਾਕੂਆਂ ਦੇ ਹੱਥ ਨਾ ਆਵੇ ਜਰੂਸ਼ਲਮ ਦੇ ਵਿੱਚ ਰਹੇ ਅੱਜ ਦਾ ਜਰੂਸ਼ਲਮ ਉਹਦੀ ਕਲੀਸਿਆ ਨੂੰ ਦਿਖਾਉਂਦਾ ਹੈ ਪ੍ਰਭੂ ਯਿਸੂ ਮਸੀਹ ਨੇ ਵੀ ਜਾਂਦੇ ਵਕਤ ਕਿਹਾ ਸੀ ਜਿੰਨੀ ਦੇਰ ਤੱਕ ਉਪਰੋਂ ਸ਼ਕਤੀ ਨਾ ਪਾਵੋ ਜਰੂਸ਼ਲਮ ਦੇ ਵਿੱਚ ਠਹਿਰੇ ਰਹਿਓ ਜਰੂਸ਼ਲਮ ਦੇ ਵਿੱਚ ਬਣੇ ਰਹਿਓ ਉਪਰੋਂ ਆਉਣ ਵਾਲੀ ਆਸ਼ੀਸ਼ ਜਰੂਸ਼ਲਮ ਦੇ ਵਿੱਚ ਹੀ ਮਿਲੇਗੀ ਉਹ ਜਦੋਂ ਆਸ਼ੀਸ਼ ਪਾ ਲਓਗੇ ਫਿਰ ਜਰੂਸ਼ਲਮ ਤੋਂ ਬਾਹਰ ਜਾਈਓ ਤੇ ਜਦੋਂ ਆਸ਼ੀਸ਼ પાਕੇ ਯਰੂਸ਼ਲਮ ਤੋਂ ਬਾਹਰ ਜਾਓਗੇ ਡਾਕੂਆਂ ਦੀ ਜੁਰਤ ਨਹੀਂ ਤੁਹਾਡੇ ਲੱਗੇ ਆ ਜਣ ਡਾਕੂ ਕਿਹਨਾਂ ਨੂੰ ਪਹਿਣਗੇ ਡਾਕੂ ਕਿਹਨਾਂ ਨੂੰ ਲੁੱਟਣ ਆਉਣਗੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਆਪ ਚਨਾਉ ਕਰਕੇ ਯਰੂਸ਼ਲਮ ਦੇ ਘੇਰੇ ਤੋਂ ਆਪ ਬਾਹਰ ਜਾਣ ਦਾ ਪ੍ਰਯਤਨ ਕਰਨਗੇ ਜਿਹੜੇ ਆਪ ਫੈਸਲਾ ਲੈਣਗੇ ਅਸੀਂ ਚੱਲਦੇ ਆ ਤੇ ਫਿਰ ਉਹਨਾਂ ਦਾ ਹਸ਼ਰ ਇਹ ਹੋਵੇਗਾ ਡਾਕੂ ਰਾਹ ਦੇ ਵਿੱਚ ਇੰਤਜ਼ਾਰ ਕਰ ਰਹੇ ਆ ਉਸੇ ਤਰ੍ਹਾਂ ਵਿਵਸਥਾ ਦੇ ਵਿੱਚ ਸਾਡਾ ਸਬਜੈਕਟ ਇਹ ਨਹੀਂ ਹੈ ਫਿਰ ਕਿਤੇ ਖੋਲਾਂਗੇ ਇਹਨੂੰ ਕਿ ਡਾਕੂ ਕੌਣ ਸੀਗੇ ਜਾਂਚਕ ਕੌਣ ਸੀਗੇ ਲੇਵੀ ਕੌਣ ਸੀਗੇ ਜਿਹੜਾ ਬਾਅਦ ਵਿੱਚ ਉਹਨੂੰ ਲੈ ਕੇ ਗਿਆ ਸਰਾਂ ਦੇ ਵਿੱਚ ਉਹ ਕੌਣ ਸੀਗੇ ਜਿਹੜੇ ਉਹਨੇ ਸਿੱਕੇ ਦਿੱਤੇ ਉਹ ਕਿਸ ਚੀਜ਼ ਨੂੰ ਦਿਖਾਉਂਦੇ ਆ ਉਹ ਸਾਰਾ ਕੁਝ ਕਿਤੇ ਸਮਾਂ ਮਿਲਣ ਤੇ ਬਾਅਦ ਦੱਸਾਂਗੇ ਲੇਕਿਨ ਅਸੀਂ ਹੁਣ ਇਸ ਪਾਸੇ ਨੂੰ ਵਾਧਦੇ ਆ ਕਿ ਚਨਾਉ ਸਾਡੇ ਅਗੇ ਰੱਖਿਆ ਉਹਨੇ 28 ਦੇ ਇਹਦੇ ਵਿੱਚ ਆਸ਼ਿਸ਼ ਬਰਕਤਾਂ ਅਗਰ ਆਗਿਆ ਦੇ ਵਿੱਚ ਬਣਿਆ ਰਹੇਗਾ ਲਹਨਤਾ ਅਗਰ ਆਗਿਆ ਤੋਂ ਬਾਹਰ ਜਾਵੇਂਗਾ <coughs> लानत आज्ञा ਤੋਂ ਬਾਹਰ ਜਾਣ ਵਾਲੇ ਦੇ ਉੱਤੇ ਆਉਣਗੀਆਂ ਇਟ ਮੀਨਜ਼ ਪਰਮੇਸ਼ਰ ਚਾਹੁੰਦਾ ਨਹੀਂ ਕਿਸੇ ਦਾ ਨਾਸ਼ ਹੋਵੇ ਉਹ ਨਹੀਂ ਚਾਹੁੰਦਾ ਕੋਈ ਬਰਬਾਦ ਹੋਵੇ ਹੁਣ ਸੁਣੋ ਲਾਨਤ ਜਿਹੜੀ ਨਾ ਪਰਮੇਸ਼ਰ ਨਹੀਂ ਲੈ ਕੇ ਆ ਰਿਹਾ ਇਹ ਵੀ ਯਾਦ ਰੱਖਣੀ ਆਗਿਆ ਨੂੰ ਨਾ ਮੰਨਣ ਦੇ ਕਾਰਨ ਲਾਨਤ ਨੂੰ ਨਿਮੰਤਰਣ ਦੇ ਰਹੇ ਆ ਜਿੱਦਾਂ ਆਸ਼ੀਸ਼ ਤੇ ਬਰਕਤ ਨੂੰ ਪਾਉਣ ਲਈ ਆਗਿਆ ਨੂੰ ਮੰਨ ਰੇ ਨਾ ਆਗਿਆ ਮੰਨਣ ਵਾਲੇ ਦੇ ਉੱਤੇ ਆਸ਼ੀਸ਼ ਤੇ ਬਰਕਤ ਬਣੀ ਰਹੇਗੀ ਹੁਣ ਆਸ਼ੀਸ਼ ਤੇ ਬਰਕਤ ਨੂੰ ਅਸੀਂ ਕਿੱਦਾਂ ਹਥਿਆ ਸਕਦੇ ਆ ਭਲਾ ਜੇ ਅਸੀਂ ਆਗਿਆ ਦੇ ਵਿੱਚ ਬਣੇ ਦੂਸਰੇ ਪਾਸੇ ਅਗਰ ਅਸੀਂ ਆਗਿਆ ਦੇ ਵਿੱਚ ਨਹੀਂ ਬਣੇ ਰਹਿੰਦੇ ਆ ਤੇ ਫਿਰ ਲਾਹਨਤ ਸਾਡਾ ਇੰਤਜ਼ਾਰ ਕਰ ਰਹੀ ਆ ਬੈਠੀ ਆ ਜਿੱਦਾਂ ਡਾਕੂ ਬੈਠੇ ਸੀ ਨਾ ਬਾਹਰ ਉਦਾਂ ਹੀ ਲਾਹਨਤ ਵੀ ਵੇਟ ਕਰਦੀ ਪਈ ਕਦੋਂ ਇਹ ਆਗਿਆ ਦੇ ਘੇਰੇ ਤੋਂ ਬਾਹਰ ਆਵੇ ਤੇ ਕਦੋਂ ਮੈਂ ਇਹਦਾ ਸਤਿਆਨਾਸ਼ ਕਰਾਂ ਕਦੋਂ ਮੈਂ ਇਹਨੂੰ ਲੁੱਟਾਂ ਕਦੋਂ ਮੈਂ ਇਹਨੂੰ ਬਰਬਾਦ ਕਰਾਂ ਸੋ ਉਸੇ ਤਰ੍ਹਾਂ ਸੀ ਦੇਖਦੇ ਆ ਕਿ ਇਹ ਲੋਕ ਜਿਹੜੇ ਸੀਗੇ ਇਹ ਆਗਿਆ ਤੋਂ ਬਾਹਰ ਹੋਏ ਆ ਪਰਮੇਸ਼ਰ ਨੂੰ ਪਤਾ ਸੀ ਅਗੰਗਿਆਨ ਦੇ ਵਿੱਚ ਕਿ ਇਹਨਾਂ ਨੇ ਇਹ ਸਭ ਕੁਝ ਕਰਨਾ ਹੈ ਇਸ ਲਈ ਲਿਖਿਆ ਯਹੋਵਾ ਤੂਜ ਕੋ ਨਾਵਾਂ ਉਪਰ ਚੜਾ ਕੇ ਮਿਸਰ ਮੇ ਉਸ ਮਾਰਗ ਸੇ ਡੋਟਾ ਦੇਗਾ ਜਿਸ ਕੇ ਵਿਸ਼ੇ ਮੈਂਨੇ ਤੂਸੇ ਕਹਾ ਥਾ ਕਿ ਵੈ ਫਿਰ ਤੇਰੇ ਦੇਖਣੇ ਮੇ ਨਾ ਆਏਗਾ ਕਿਆ ਸੀ ਪਰਮੇਸ਼ਰ ਨੇ ਜੇ ਤਮਾ ਕੱਢ ਲੈ ਚੱਨਾ ਉਹ ਤੁਹਾਡੇ ਦੇਖਣ ਵਿੱਚ ਫਿਰ ਦੁਬਾਰਾ ਨਹੀਂ ਆਊਗਾ ਲੇਕਿਨ ਹੁਣ ਪਰਮੇਸ਼ਵਰ ਨਹੀਂ ਲੈ ਕੇ ਆਏ ਇਹਨਾਂ ਨੂੰ ਯਾਦ ਰੱਖੋ ਇਹਨਾਂ ਦਾ ਆਗਿਆ ਦੇ ਵਿੱਚ ਨਾਮ ਬਣੇ ਰਹਿਣਾ ਇਹਨਾਂ ਨੂੰ ਦੁਬਾਰਾ ਮਿਸਰ ਦੇ ਵਿੱਚ ਲਿਜਾ ਰਿਆ ਸਾਨੂੰ ਪਾਪ ਦੀ ਗੁਲਾਮੀ ਤੋਂ ਪਰਮੇਸ਼ਵਰ ਨੇ ਛੁਡਾਇਆ ਹੈ ਇਸ ਲਈ ਛੁਡਾਇਆ ਕਿ ਅਸੀਂ ਆਗਿਆ ਦੇ ਵਿੱਚ ਬਣੇ ਰਹੀਏ ਆਗਿਆ ਦੇ ਵਿੱਚ ਨਹੀਂ ਬਣੇ ਰਵਾਂਗੇ ਦੁਬਾਰਾ ਉਸੇ ਹੀ ਗੁਲਾਮੀ ਦੇ ਵਿੱਚ ਜਾਵਾਂਗੇ ਉਸੇ ਹੀ ਪਾਪ ਦੇ ਵਿੱਚ ਜਾਵਾਂਗੇ ਉਸੇ ਹੀ ਪਾਪ ਦੇ ਬੰਦਰਾ ਵਿੱਚ ਹੋ ਜਾਵਾਂਗੇ ਉਸੇ ਹੀ ਪਾਪ ਦੇ ਗੁਲਾਮ ਫਿਰ ਬਣ ਜਾਵਾਂਗੇ ਔਰ ਸਾਡੀ ਆਗਿਆ ਨਾ ਮੰਨਣਾ ਸਾਨੂੰ ਉਹਦਾ ਗੁਲਾਮ ਬਣਾਵੇਗੀ ਸੋ ਇਹਨਾਂ ਨੂੰ ਲਜਾਇਆ ਗਿਆ ਉੱਥੇ ਗਲਾਂ ਦੇ ਵਿੱਚ ਜਾਨਵਾਂ ਵਾਂਗੂ ਰਸੀਆਂ ਪਾ ਕੇ ਇਹਨਾਂ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਲਿਜਾ ਕੇ ਗੁਲਾਮਾਂ ਦੀ ਤਰ੍ਹਾਂ ਵੇਚਿਆ ਗਿਆ ਖਰੀਦਦਾਰ ਨੇ ਸੀ ਲੱਭਦਾ ਪਰਮੇਸ਼ਵਰ ਦੀ ਉੱਤਮ ਕੌਮ ਪਰਮੇਸ਼ਵਰ ਦੀ ਚੁਣੀ ਹੋਈ ਕੌਮ ਪਰਮੇਸ਼ਵਰ ਦੀ ਉਹ ਕੌਮ ਜਦੋਂ ਮਿਸ ਦੀ ਗੁਲਾਮੀ ਚੋਂ ਨਿਕਲਦੀ ਹੋਈ ਆ ਰਹੀ ਸੀ ਕੋਮਾ ਦੇ ਉੱਤੇ ਖੌਫ ਪੈ ਰਿਆ ਸੀ ਇਹਨਾਂ ਦੇ ਨਾਲ ਇੱਕ ਪਰਮੇਸ਼ਵਰ ਆ ਜਿਹੜਾ ਸਰਵ ਸ਼ਕਤੀਮਾਨ ਆ ਜਿਹਦਾ ਕੋਈ ਮੁਕਾਬਲਾ ਕੀਤਾ ਜਾ ਸਕਦਾ ਨਹੀਂ ਕੋਮਾ ਦੇ ਵਿੱਚ ਭੈ ਆ ਜਾਂਦਾ ਸੀ ਕੋਮਾ ਦੇ ਵਿੱਚ ਡਰ ਆ ਜਾਂਦਾ ਸੀ ਇਹਨਾਂ ਦਾ ਇੱਕ ਨਾਮ ਹੋ ਗਿਆ ਸੀ ਲੋਕਾਂ ਦੇ ਵਿੱਚ ਇਹਨਾਂ ਦਾ ਇੱਕ ਖੌਫ ਸੀਗਾ ਉਹ ਲੋਕ ਜਿਨ੍ਹਾਂ ਦਾ ਐਡਾ ਨਾਮ ਸੀਗਾ ਯੋਨਾਹ ਦੇ ਪਰਮੇਸ਼ਵਰ ਦਾ ਐਡਾ ਉੱਚਾ ਨਾਮ ਸੀ ਉਹ ਕੋਮ ਅੱਜ ਗੁਲਾਮ ਬਣਾ ਕੇ ਵੇਚਣ ਦੇ ਲਈ ਲਿਜਾਏ ਜਾ ਰਹੀ ਹੈ ਤੇ ਖਰੀਦਦਾਰ ਕੋਈ ਨਹੀਂ ਲੱਭਦਾ ਤੇ ਯਾਦ ਰੱਖਿਓ ਜੇ ਆ ਗਿਆ ਦੁਬਾਰ ਅਸੀਂਗੇ ਤੇ ਖਰੀਦਦਾਰ ਸਾਡਾ ਵੀ ਕੋਈ ਨਹੀਂ ਹੋਣਾ ਸਾਨੂੰ ਹੀ ਖੇਦਣ ਵਾਲਾ ਕੋਈ ਨਹੀਂ ਹੋਣਾ ਐਸੀ ਜਗ੍ਹਾ ਤੇ ਪਹੁੰਚੇ ਉਸ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਉੱਤੇ ਧਿਆਨ ਕਰੀਏ ਮੈਂ ਕਿੱਥੇ ਹਾਂ ਮੈਂ ਕਿਤੇ ਜਰੂਸ਼ਲਮ ਤੋਂ ਬਾਹਰ ਤੇ ਨਹੀਂ ਆ ਗਿਆ ਮੈਂ ਕਿਤੇ ਆ ਗਿਆ ਤੋਂ ਬਾਹਰ ਤੇ ਨਹੀਂ ਆ ਗਿਆ ਮੈਂ ਕਿਤੇ ਜਿਹੜੇ ਉਹਦਾ ਰਸਤਾ ਤੇ ਨਹੀਂ ਬਣਾ ਲਿਆ ਜੇ ਬਣਾ ਲਿਆ ਤੇ ਨਾਸ਼ ਕਰਨ ਵਾਲੇ ਇੰਤਜ਼ਾਰ ਕਰ ਰਹੇ ਆ ਲੇਕਿਨ ਪਰਮੇਸ਼ਵਰ ਕਿਸੇ ਦਾ ਨਾਸ਼ ਚਾਹੁੰਦਾ ਨਹੀਂ ਹੈ ਤੇ ਆਜ਼ਾਦ ਮਰਜੀ ਸਾਡੀ ਹੈ ਅਸੀਂ ਨਾਸ਼ ਹੋਣ ਵਾਲੇ ਦੇ ਹੱਥਾਂ ਵਿੱਚ ਜਾਣਾ ਹੈ ਜਾਂ ਆਪਣੇ ਆਪ ਨੂੰ ਸੇਫ ਕਰਨਾ ਹੈ ਅੱਗੇ ਵਧਦੇ ਹਾਂ ਵੇਅ ਫਿਰ ਤੇਰੇ ਦੇਖਣੇ ਮੇ ਨਾ ਆਏਗਾ ਜਿਸ ਦੇਸ਼ ਦੇ ਬਾਰੇ ਨੇ ਕਿਹਾ ਸੀ ਨਾ ਉਸ ਦੇਸ਼ ਦੇ ਵਿੱਚ ਇਹਨਾਂ ਨੂੰ ਗੁਲਾਮ ਹੋ ਕੇ ਵੇਚਣ ਦੇ ਲਈ ਲਜਾਇਆ ਗਿਆ ਔਰ ਵਹਾਂ ਤੂੰ ਆਪਣੇ ਸ਼ਤਰੂਆਂ ਕੇ ਹਾਥ ਦਾਸ ਦਾਸੀ ਹੋਣੇ ਕੇ ਲਈ ਬਿਕਾਉ ਤੋ ਰਹੋਗੇ ਯਾਦ ਰੱਖੋ ਵਚਨ ਆਪਣੀ ਥਾਂ ਤੇ ਸੱਚਾ ਲਿਖਿਆ ਇੱਕ ਬਿੰਦੀ ਵੀ ਟਲ ਸਕਦੀ ਇੱਕ ਬਿੰਦੀ ਨੇ ਜ਼ਮੀਨ ਅਸਮਾਨ ਟਲ ਜਾਣਗੇ ਪਰ ਵਚਨ ਦੀ ਇੱਕ ਬਿੰਦੀ ਵੀ ਟਲੇਗੀ ਨਹੀਂ ਉਹ ਹਸ਼ਰ ਕੀ ਹੋ ਰਿਹਾ ਇਹਨਾਂ ਦਾ ਪਹਿਲਾਂ ਤੋਂ ਅਗੰਮ ਗਿਆਨ ਦੇ ਵਿੱਚ ਪਰਮੇਸ਼ਰ ਨੂੰ ਪਤਾ ਸੀਗਾ ਵਾਪਸ ਆਏ ਉਸੇ ਮਿਸਰ ਦੇ ਵਿੱਚ ਦੁਨੀਆ ਵਿੱਚ ਬਖੇਰ ਦਵਾਂਗਾ ਉਹ ਵੀ ਬਚਨ ਪੂਰਾ ਹੋਇਆ ਰੋਮ ਚ ਵੇਚੇਗੇ ਹਿਟਰੀ ਚ ਵੇਚੇਗੇ ਸਪੇਨ ਚ ਵੇਚੇਗੇ ਵਾਪਸ ਉਸ ਲਾਂਤੀ ਜਗ੍ਹਾ ਦੇ ਉੱਤੇ ਹੋਣਾ ਪਿਆ ਅਗਿਆਨ ਤੋੜਨ ਦਾ ਕਰਕੇ ਜਿਹਦੇ ਬਾਰੇ ਪਰਮੇਸ਼ਰ ਕਹਿੰਦੇ ਦਿਮਾਗ ਦੇ ਇਹਦਾ ਭ੍ਰੇਖੇ ਵਿੱਚ ਸੋਚਿਓ ਵੀ ਨਾ ਇਸੇ ਲਈ ਸਮੁੰਦਰ ਦੇ ਵਿੱਚੋਂ ਦੀ ਕੱਢ ਕੇ ਬਾਅਦ ਸਮੁੰਦਰ ਨੂੰ ਫੇਰ ਇਕੱਠਾ ਕਰਕੇ ਇਹਨਾਂ ਦੇ ਵਾਪਸ ਜਾਣ ਦਾ ਰਸਤਾ ਹੀ ਬੰਦ ਕਰ ਦਿੱਤਾ ਸੀ ਕਿਤੇ ਇਹਨਾਂ ਦਾ ਧਿਆਨ ਹੀ ਨਾ ਜਾਵੇ ਆਗਿਆ ਤੋੜਨਾ ਇਹਨਾਂ ਨੂੰ ਦੁਬਾਰਾ ਮਿਸਰ ਦੇ ਵਿੱਚ ਲੈ ਕੇ ਜਾਂਦਾ ਹੈ ਅੱਜ ਅਸੀਂ ਵੀ ਅਗਿਆ ਤੋੜਾਂਗੇ ਜਿਸ ਪਾਪ ਦੀ ਗੁਲਾਮੀ ਤੋਂ ਉਹਨੇ ਆਪਣਾ ਲਹੂ ਦੇ ਕੇ ਛੁਡਾਇਆ ਆ ਦੁਬਾਰਾ ਸਾਡਾ ਪਾਪ ਸਾਨੂੰ ਫਿਰ ਉਸੇ ਹੀ ਗੁਲਾਮੀ ਦੇ ਵਿੱਚ ਲੈ ਕੇ ਜਾਵੇਗਾ ਜਿਵੇਂ ਇਹਨਾਂ ਨੂੰ ਮਿਸਰ ਦੇ ਵਿੱਚ ਲੈ ਕੇ ਜਾਂਦਾ ਆ ਸੋ ਅੱਗੇ ਬਾਤ ਹੈ ਸ਼ਤਰੂਆਂ ਕੇ ਸਾਥ ਹਾਥ ਦਾਸੀ ਦਾਸੀ ਹੋਣੇ ਕੇ ਲਿਏ ਬਿਕਾਉ ਤੋ ਰਹੋਗੇ ਪ੍ਰੰਤੂ ਤੁਮਾਰਾ ਕੋਈ ਗ੍ਰਾਹਕ ਨਾ ਹੋ ਇਹ ਨਹੀਂ ਹੋਗਾ ਭਲਾ ਗ੍ਰਾਹਕ ਨਹੀਂ ਹੋਗਾ ਇੰਨੇ ਕਮਜ਼ੋਰ ਇੰਨੇ ਅਸਹਾਇ ਹੋਗੇ ਸਗੇ ਗੁਲਾਮ ਬਣਾ ਕੇ ਜਿਨ੍ਹਾਂ ਦੇ ਕੋਲ ਵੇਚਣ ਲਈ ਲਿਜਾ ਰਿਆ ਵੀ ਆ ਲੋ ਇਹੇ ਤੁਹਾਡੀ ਗੁਲਾਮੀ ਕਰਨਗੇ ਇਹਨਾਂ ਰੱਖ ਲੋ ਕਹਿੰਦੇ ਇਹਨਾਂ ਨੂੰ ਕਦਾ ਰਖੀ ਅਸੀਂ ਇਹਨਾਂ ਦੇ ਤੇ ਵਿੱਚ ਹੈ ਕੁਝ ਨਹੀਂ ਜਾਣਦੇ ਇਹਨਾਂ ਵਿੱਚ ਹੈ ਕੋਈ ਨਹੀਂ ਤਾਕਤ ਇਹਨਾਂ ਵਿੱਚ ਹੈ ਕੋਈ ਨਹੀਂ ਗੁਲਾਮ ਤੇ ਇਸ ਕਰਕੇ ਰੱਖੀਦਾ ਕਿ ਆਪਣੀ ਮਰਜ਼ੀ ਦੇ ਨਾਲ ਉਹਦੇ ਕੋਲ ਕੰਮ ਕਰਾਵਾਂਗੇ ਇਹਨਾਂ ਨੂੰ ਰੱਖ ਕੇ ਤੇ ਇਹਨਾਂ ਨੂੰ ਖਿਲਾਉਣਾ ਪਊਗਾ ਇਹਨਾਂ ਨੂੰ ਪਹਿਲਾਂ ਤਾਕਤਵਾਰ ਬਣਾਵਾਂਗੇ ਫਿਰ ਇਹਨਾਂ ਨੂੰ ਕਮਜੋਗ ਬਣਾਵਾਂਗੇ ਪਰਮੇਸ਼ਵਰ ਇਹਨਾਂ ਦੀ ਹਾਲਤ ਨੂੰ ਪਹਿਨੋਂ ਤੋਂ ਅਗੰਮ ਗਿਆਨ 'ਚ ਦੇਖਦਾ ਸੀ ਇਸ ਲਈ ਕਹਿੰਦਾ ਤੁਹਾਨੂੰ ਵੇਚਣ ਵਾਸਤੇ ਉਹ ਲੈ ਜਾਣਗੇ ਤੁਸੀਂ ਬੋਲੀਆਂ ਤੁਹਾਡੀਆਂ ਲੱਗਣਗੀਆਂ ਹਾਏ ਤੁਹਾਡੇ ਉੱਤੇ ਤੁਹਾਡਾ ਖਰੀਦਦਾਰ ਨਹੀਂ ਲੱਭੂਗਾ ਸੋ ਪਰਮੇਸ਼ਵਰ ਤੋਂ ਡਰੋ ਨਿਆਈ ਪਰਮੇਸ਼ਵਰ ਨਿਆਂ ਕਰਨ ਦੇ ਲਈ ਤਿਆਰ ਖੜਾ ਹੈ ਬੂਹੇ ਦੇ ਉੱਤੇ ਆ ਹੁੰਦੇ ਅੰਤ ਦਿਨਾਂ ਦੇ ਨਿਸ਼ਾਨ 70 ਇਸਵੀ ਤੋਂ ਸ਼ੁਰੂ ਹੁੰਦੇ ਆ ਸਾਡੇ ਲਈ 2000 ਸਾਲ ਆ ਪਰਮੇਸ਼ਵਰ ਲਈ ਦੂਜਾ ਦਿਨ ਆ ਸਾਨੂੰ ਲੱਗਦਾ ਬੜਾ ਲੰਬਾ ਸਮਾਂ ਆ ਪਰਮੇਸ਼ਵਰ ਦੇ ਲਈ ਕੋਈ ਲੰਬਾ ਸਮਾਂ ਨਹੀਂ ਆ ਧੀਰਜ ਦੇ ਨਾਲ ਬੈਠਾ ਆ ਸਬਰ ਦੇ ਨਾਲ ਬੈਠਾ ਆ ਇਸ ਲਈ ਸਬਰ ਕਰ ਰਿਹਾ ਕਿਸੇ ਦਾ ਨਾਸ਼ ਨਾ ਹੋਵੇ ਤੇ ਜੇ ਫਿਰ ਵੀ ਨਾ ਸੁਧਰੇ ਤੇ ਫਿਰ ਨਾਸ਼ ਦਵਾਰ ਤੇ ਖੜਾ ਹੈ ਦੋ ਹੀ ਆ ਦਵਾਰ ਤੇ ਖੜੇ ਹੋਣੇ ਜੇ ਆਗਿਆ ਦੇ ਵਿੱਚ ਹੈ ਤੇ ਪ੍ਰਭੂ ਯਿਸੂ ਮਸੀਹ ਖੜਕਾਊਗਾ ਤੇ ਅਗਿਆਤ ਬਾਹਰ ਆ ਤੇ ਫਿਰ ਇੱਕ ਹੋਰ ਆ ਏਡਾ ਲੈਣ ਵਾਸਤੇ ਆ ਰਿਹਾ ਆ ਚਨਾਉ ਸਾਡਾ ਕਿਹਨੂੰ ਅਸੀਂ ਪ੍ਰਾਪਤ ਕਰਨਾ ਹੈ ਕਿਉਂਕਿ ਚਨਾਉ ਦੇ ਵਿੱਚ ਉਹ ਕੋਈ ਦਖਲ ਅੰਦਾਜ਼ੀ ਕਰਦਾ ਕਰਦਾ ਨਹੀਂ ਆ ਮੱਤੀ ਦੀ ਅੰਜੀਲ ਉਹਦਾ ਸਤਾਏ ਦਾ 24 ਤੋਂ 25 ਬੱਚੇ ਪੜਦੇ ਆ ਅਸੀਂ ਦੇਖਦੇ ਆ ਕਿ ਇਨ੍ਹਾਂ ਯਹੂਦੀਆਂ ਨੇ ਚਿਲਾ-ਚਿਲਾ ਕੇ ਕਿਹਾ ਸੀ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਰੀਰ ਤੇ ਚੜਾਇਆ ਜਾਣਾ ਸੀ ਕਿ ਇਹਦਾ ਲਹੂ ਸਾਡੇ ਤੇ ਸਾਡੀ ਸੰਤਾਨ ਉੱਤੇ ਪਵੇ ਤੇ ਉਹਨਾਂ ਦੇ ਇਹ ਸ਼ਬਦ ਟਾਈਟਸ ਦੇ ਨਾਲ ਯੁੱਧ ਦੇ ਸਮੇਂ ਪੂਰੇ ਹੋਏ ਇਹਨਾਂ ਨੇ ਪ੍ਰਭੂ ਯਸੂਮਸੀ ਦੀ ਮੌਤ ਨੂੰ ਯਕੀਨੀ ਬਣਾਉਣ ਲਈ ਆਪ ਇਹਨਾਂ ਨੇ ਇਹਨਾਂ ਦਿਨਾਂ ਨੂੰ ਅਤੇ ਆਪਣੀ ਸੰਤਾਨ ਦੇ ਲਈ ਇਸ ਮੁਸੀਬਤ ਨੂੰ ਮੰਗਿਆ ਸੀ ਔਰ ਉਹ ਮੁਸੀਬਤ ਜਦੋਂ ਆਉਂਦੀ ਦੇਖਦਾ ਆ ਤੇ ਟਾਈਟਸ ਨੇ ਕਹਿ ਦਿੱਤਾ ਇਹਨਾਂ ਦਾ ਖੂਨ ਇਹਨਾਂ ਦੇ ਜੁਮੇ ਮਾਰਨ ਵਾਲਾ ਨਾਸ਼ ਕਰਨ ਵਾਲਾ ਵੀ ਕਹਿ ਰਿਹਾ ਇਹਨਾਂ ਦਾ ਖੂਨ ਇਹਨਾਂ ਦੇ ਜੋ ਇਹ ਆਪਣੇ ਹੀ ਪਾਪਾਂ ਦੀ ਸਜ਼ਾ ਪਾ ਰਹੇ ਆ ਇਹਨਾਂ ਨੇ ਜੋ ਮੰਗਿਆ ਸੀ ਉਹੋ ਹੀ ਇਹਨਾਂ ਨੂੰ ਨਸੀਬ ਹੋਇਆ ਆ ਅੱਜ ਵੀ ਧਿਆਨ ਰੱਖੋ ਕਿਤੇ ਗਲਤੀ ਦੇ ਨਾ ਨਾ ਕਹਿ ਦੇ ਕੋ ਜੋ ਹੋਊਗਾ ਦੇਖ ਹੀ ਜਾਊਗਾ ਕੋਈ ਗੱਲ ਨਹੀਂ ਜਿੱਥੇ ਦੁਨੀਆ ਸਾਰੀ ਉੱਥੇ ਅਸੀਂ ਵੀ ਹੋਵਾਂਗੇ ਇਹ ਕਿਆਨੇ ਸ਼ਬਦ ਸੌਖੇ ਆ ਇਹਨਾਂ ਦੇ ਨਾਲ ਜੋ ਵਾਪਰਿਆ ਇਹਨਾਂ ਦੇ ਇਹਨਾਂ ਦਾ ਇਤਿਹਾਸ ਦੱਸਦਾ ਆ ਇਹਨਾਂ ਦਿਨਾਂ ਨੂੰ ਯਾਦ ਕਰਕੇ ਇਹਨਾਂ ਦਾ ਅੰਦਰ ਆਤਮਾ ਹਿੱਲ ਜਾਂਦਾ ਹਾਲਾਂਕਿ ਇਹ ਜਿਹੜੇ ਯੋਧੇ ਹੁਣ ਹੈਗੇ ਆ ਇਹਨਾਂ ਦੇ ਨਾਲ ਵਾਪਰਿਆ ਨਹੀਂ ਇਹਨਾਂ ਦੇ ਪੁਰਖ ਇਹਨਾਂ ਨੂੰ ਦੱਸਦੇ ਆ ਰਹੇ 70 ਇਸਵੀ ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀ ਉਹਨੂੰ ਸੋਚ-ਸੋਚ ਕੇ ਉਹਨੂੰ ਪੜ-ਪੜ ਕੇ 유ਹੂਦੀ ਅਥਰੂ ਬਹਾਉਂਦੇ ਆ ਰੋਂਦੇ ਆ ਕਰਲਾਉਂਦੇ ਆ ਕਿ ਪਰਮੇਸ਼ਵਰ ਦਾ ਇਹ ਕਰੋਧ ਸਾਡੇ ਉੱਤੇ ਕਿਉਂ ਆਇਆ ਸੀ ਲੇਕਿਨ ਬੁੱਧ ਅਜੇ ਵੀ ਪਰਮੇਸ਼ਵਰ ਨੇ ਖੁੱਲਨ ਨਹੀਂ ਦਿੱਤੀ ਕਿ ਸਮਝ ਜਾਣ ਕਿ ਉਹ ਹੀ ਮਸੀਹਾ ਦੇ ਕਾਰਨ ਆਇਆ ਸੀ ਜਿਹਨੂੰ ਚੜਾਉਣ ਦੇ ਲਈ ਤੁਸੀਂ ਇਸ ਮੁਸੀਬਤ ਨੂੰ ਆਪ ਮੰਗਿਆ ਸੀ ਸੋ ਖੁਦਾ ਦਾ ਵਚਨ ਆਪਣੇ ਆਪ ਚ ਸੱਚਾ ਠਹਿਰਦਾ ਆ ਔਰ ਅਸੀਂ ਦੇਖਦੇ ਆ ਅੱਗੇ ਵਧਦੇ ਆ ਇਸ ਚੀਜ਼ ਤੋਂ ਕਿ ਇੱਕ ਯਹੂਦੀ ਇਨਸਾਨ ਸੀ ਫਿਰ ਰਿਪੀਟ ਕਰਾਂਗਾ ਤਾਂ ਕਿ ਤੁਸੀਂ ਸਮਝ ਲੋ ਅੰਤ ਦਿਨਾਂ ਦੇ ਨਿਸ਼ਾਨਾਂ ਦੀ ਸ਼ੁਰੂਆਤ ਜਿਹੜੀ ਹੈ 70 ਇਸਵੀ ਵਿੱਚ ਹੋ ਚੁੱਕੀ ਸੀ ਜਦੋਂ ਯਰੂਸ਼ਲਮ ਬਰਬਾਦ ਕੀਤਾ ਗਿਆ ਔਰ ਉਤੋਂ ਲੈ ਕੇ ਅੱਜ ਤੱਕ ਇਹਦਾ ਸਿਸਟਮ ਚੱਲਿਆ ਆ ਰਿਹਾ ਅਸੀਂ ਪੁਆਇੰਟ ਬੁਆਇੰਟ ਹਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਅਸੀਂ ਇਹਨਾਂ ਦਾ ਉਜੜਨਾ ਦੇਖਿਆ ਉਹਦੇ ਵਿੱਚ ਦੇ ਪੀੜ ਨੂੰ ਅਸੀਂ ਖਲਤ ਸ਼ੁਰੂ ਕਰਾਂਗੇ ਲੇਕਿਨ ਹੁਣ ਮੈਂ ਉੱਥੇ ਚੁੱਕ ਕੇ ਤੁਹਾਨੂੰ ਇੱਕਦਮ ਉੱਥੇ ਰਹਿਣਾ ਚਾਹਣਾ ਜਿੱਥੋਂ ਜਾ ਕੇ ਅਸੀਂ ਥੋੜਾ ਜਿਹਾ ਇਸ ਪਾਸੇ ਨੂੰ ਸਮਝ ਸਕੀਏ ਸੋ ਇੱਕ ਯਹੂਦੀ ਇੰਗਲੈਂਡ ਦੇ ਵਿੱਚ ਬਿਖਰੇ ਹੋਏ ਯਹੂਦੀ ਹੈ ਦੁਨੀਆ ਭਰ ਦੇ ਵਿੱਚ ਉਹਨਾ ਵਿੱਚ ਇੱਕ ਜሁਦੀ ਇੰਗਲੈਂਡ ਦੇ ਵਿੱਚ ਹੈ ਜਿਹਦਾ ਨਾਮ ਥੀਓਡਰ ਹਰਟ ਜੇਲ ਨਾ ਹੈ ਇਸ ਜሁਦੀ ਦਾ ਇੱਕੋ ਮਿਸ਼ਨ ਸੀ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਹ ਸੋਇ ਸਵਿਟਜ਼ਰਲੈਂਡ ਦੇ ਵਿੱਚ ਇਸ ਜሁਦੀ ਦਾ ਇੱਕੋ ਮਿਸ਼ਨ ਸੀ ਇਸਰਾਈਲ ਜਾਤੀ ਨੂੰ ਦੁਬਾਰਾ ਆਪਣੇ ਦੇਸ਼ ਵਿੱਚ ਪਹੁੰਚਾਉਣ 'ਚ ਸਹਾਇਤਾ ਕਰੇ ਉਸਨੇ ਜਾਇਨ ਸਿਸਟ ਗਤੀ ਨੂੰ 10 ਅਗਸਤ 1897 ਵਿੱਚ ਸਵਿਟਜ਼ਰਲੈਂਡ ਦੇ ਬਾਸਰ ਵਿੱਚ ਸ਼ੁਰੂ ਕੀਤਾ डायनेस्ट नाम ਦੇ ਇੱਕ ਸਿਸਟਮ ਨੂੰ ਗਤੀ ਨੂੰ ਨੇ 10 ਅਗਸਤ 1897 ਦੇ ਵਿੱਚ ਉਹਨੇ ਇਹਨੂੰ ਸ਼ੁਰੂ ਕੀਤਾ ਔਰ ਉਹਦਾ ਸ਼ੁਰੂ ਕਰਨਾ ਜਿਹੜਾ ਆ ਉਹ वचन ਦੇ ਅਨੁਸਾਰ ਆ ਕਿਵੇਂ ਕਿਵੇਂ ਵਸਤਾਸਾਰ ਉਹਦੀ 3 ਅਧਾਇਏ ਦੀ 3 ਵਿੱਚ ਲਿਖਿਆ ਹੈ ਤਬ ਤੇਰਾ ਪਰਮੇਸ਼ਰ ਯਹੋਵਾ ਤੁਝ ਕੋ ਬੰਦਵਾਈ ਸੇ ਲੋਟਾ ਲੇਗਾ ਹੁਣ ਇਹਨਾਂ ਦੇ ਵਿੱਚ ਵਾਪਸ ਆਉਂਦੇ ਦੇ ਨਾ ਜਜਬੇ ਪੈਦਾ ਹੋ ਰਹੇ ਆ 1800 ਸਨਵੇ ਇਸ ਵਿੱਚ ਇਸ انسان ਨੇ ਇੱਕ ਮਿਸ਼ਨ ਬਣਾਇਆ ਔਰ ਤੁਜ ਪਰ ਦਇਆ ਕਰਕੇ ਉਹਨ ਸਭ ਦੇਸ਼ੋਂ ਕੇ ਲੋਗੋਂ ਮੇਂ ਸੇ ਜਿਨਕੇ ਮਦੇ ਮੇਂ ਵੈ ਤੁਜ ਕੋ ਤਿੱਤਰ ਬਿੱਤਰ ਕਰ ਦੇਗਾ ਇਕੱਠਾ ਕਰੇਗਾ ਚਾਰ ਵਰਸ ਚਾਹੇ ਧਰਤੀ ਕੇ ਸ਼ੋਰ ਤੱਕ ਤੇਰਾ ਬਰਬਸ ਪਹੁੰਚਾਇਆ ਜਾਣਾ ਹੋ ਤੋ ਵੀ ਤੇਰਾ ਪਰਮੇਸ਼ਵਰ ਤੁਜ ਕੋ ਵਹਾਂ ਸੇ ਲੈਕਰ ਲਿਆਕਰ ਇਕੱਠਾ ਕਰੇਗਾ ਹੁਣ ਇੱਕ ਤੀਨ ਨੂੰ ਤੁਸੀਂ ਦੇਖ ਲਿਆ ਕਿ ਜੋ ਵਿਵਸਥਾ ਵਿੱਚ ਆਗਿਆ ਤੋਂ ਬਾਹਰ ਜਾਣ ਦਾ ਸਿਸਟਮ ਸੀ ਉਹਨਾ ਉਹ ਕਿਦਾਂ ਉਹਨਾਂ ਲਈ ਲਾਣਤ ਬਣਿਆ ਔਰ ਨਾਲ ਨਾਲ ਪਰਮੇਸ਼ਰ ਨੇ ਇੱਕ ਹੋਰ ਵਾਅਦਾ ਕੀਤਾ ਜਿਹੜਾ ਉਹਦੇ ਪੁਰਖਾਂ ਦੇ ਨਾਲ ਕਿ ਮੈਂ ਇਹਨਾਂ ਦੇ ਉੱਤੇ ਫਿਰ ਦਇਆ ਕਰਾਂਗਾ ਔਰ ਇੱਕ ਦਿਨ ਨੂੰ ਵਾਪਸ ਲਿਆਉਣ ਦਾ ਵੀ ਮੈਂ ਨਿਰਣੇ ਕਰਾਂਗਾ ਔਰ ਕਦੋਂ ਆਪਸ ਨਾਲ ਜਦੋਂ ਇਹ ਆਪ ਵੀ ਉਹਦੇ ਲਈ ਉਪਰਾਲਾ ਕਰਨਗੇ ਕਿ ਸਾਡੇ ਨਾਲ ਕੀ ਵਾਪਰਿਆ ਸੀ ਕਿਉਂ ਵਾਪਰਿਆ ਸੀ ਉਸ ਸਮੇਂ ਨੂੰ ਧਿਆਨ ਚ ਰੱਖਦੇ ਇਸੇ ਇਹਨਾਂ ਵਰਸਨ ਪੜ੍ਹਦੇ ਆ ਚਾਹੇ ਦਰਤੀਕੇ ਸ਼ੋਰ ਤੱਕ ਤੇਰਾ ਬਰਬਸ ਪਹੁੰਚਾਇਆ ਜਾਣਾ ਹੋ ਤੋ ਵੀ ਤੇਰਾ ਪਰਮੇਸ਼ਰ ਜੋ ਵਾਅਦਾ ਤੁਝ ਕੋ ਵਾਹੋਂ ਸੇ ਲਿਆ ਕੇ ਇਕੱਠਾ ਕਰੇਗਾ ਔਰ ਇਸ ਯਹੂਦੀ ਦੇ ਮਨ ਦੇ ਵਿੱਚ ਉਸ ਮਿਸ਼ਨ ਨੂੰ ਪਰਮੇਸ਼ਰ ਪਾਉਂਦਾ ਹੈ ਹਿਸ਼ਕੀਲ ਦੀ ਕਿਤਾਬ 37 ਅਧਾਇਓ ਦੀ 21 ਵਰਸ ਤੂੰ उन लोगों से कह परमेश्वर ਯਹਵਾ یوں ਕਹਤਾ ਹੈ ਦੇਖੋ ਮੈਂ ਇਸਰਾਇਲੀਆਂ ਕੋ उन ਜਾਤੀਆਂ ਵਿੱਚੋਂ ਲੈ ਕੇ ਜਿਨ ਮੇ ਵਹਿ ਚਲੇ ਗਏ ਹਨ ਚਾਰੋਂ ਔਰ ਸੇ ਇਕੱਠਾ ਕਰੂੰਗਾ ਔਰ ਉਹਨਕੇ ਨਿਧ ਦੇਸ਼ ਮੇ ਪਹੁੰਚਾਉਂਗਾ ਇਹ ਪਰਮੇਸ਼ਰ ਦੀ ਹੀ ਯੋਜਨਾ ਹੈ ਔਰ ਪਰਮੇਸ਼ਰ ਦੀ ਯੋਜਨਾ ਹੀ ਇੱਕ ਇਨਸਾਨ ਦੇ ਮਨ ਦੇ ਵਿੱਚ ਪੈਂਦੀ ਹੈ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਰਹਿ ਰਿਹਾ ਜਰਮਾਇਆਤੀ ਅਧਾਇਓ ਦੀ 8 ਵਰਸ और सेनाओ के यहोवा की ये वाणी है कि उस दिन मैं उसका रखा हुआ जुआ तुम्हारी गर्दन पर से तोड़ दूंगा और तुम्हारे बंधनों को टुकड़े टुकड़े कर दूंगा और परदेशी फिर उनमें उनसे अपनी सेवा ना कराएंगे अपनी गलती ना गया लेकिन परमेश्वर फिर अपने वायदा दा सचाया जर्माया ती दास जी लिखा इसलिए हे मेरे दास जी तेरे बेरे लिए युवा की यह वाणी है मत डर हे इसराइल बेदल मत हो क्योंकि मैं दूर देश से तुझे ਔਰ ਤੇਰੇ ਵੰਚ ਕੋ ਬੰਦਵਾਏ ਕੇ ਦੇਸ਼ ਸੇ छुड़ा ਲਿਆਉਂਗਾ ਤਬ ਯਕੂਬ ਲੋਟ ਕਰ ਚੈਨ ਔਰ ਸੁਖ ਸੇ ਰਹੇਗਾ ਔਰ ਉਸ ਕੋ ਕੋਈ ਡਰਾਨੇ ਨਾ ਪਾਏਗਾ ਸੁਆਸੀ ਦੇਖ ਲੈਨੇ ਚ ਸੌਰੀ ਮਾਫ ਕਰਨਾ ਕਿ ਇਹਨਾਂ ਦਾ ਆਗਿਆ ਤੋੜਨ ਦਾ ਸਿਸਟਮ ਸਜ਼ਾ ਦਾ ਸਿਸਟਮ ਦੁਨੀਆ ਚ ਬਿਖਰ ਜਾਣ ਦਾ ਸਿਸਟਮ ਦੁਨੀਆ ਚ ਗੁਲਾਮ ਹੋਣ ਦਾ ਸਿਸਟਮ ਦੁਨੀਆ ਦੇ ਵਿੱਚ ਕੱਲ ਅਸੀਂ ਦੇਖਾਂਗੇ ਇਹ ਅਸੀਂ ਮੈਨ ਲਿਆਂਦਾ ਤੁਹਾਨੂੰ ਸਿੱਧਾ 70 ਇਸਵੀ ਦੇ ਚੁੱਕ ਕੇ ਤੇ ਲਗਭਗ 1900 ਇਸਵੀ ਦੇ ਵਿੱਚ ਵਿਚਨੀਆ ਇਸਵੀਆਂ ਦੇ ਵਿੱਚ ਜੋ ਕੁਝ ਇਹਨਾਂ ਦਾ ਹੋਇਆ ਨਾ ਉਹ ਤੁਸੀਂ ਕੱਲ ਜਦੋਂ ਸੁਣੋਗੇ ਨਾ ਤੇ ਥੋੜੀ ਦੇਰ ਦੇ ਲਈ ਤੇ ਤੁਸੀਂ ਘਬਰਾ ਹੀ ਜਾਓਗੇ ਕਿ ਇਹ ਕੈਸੀ ਜਤੀ ਹੈ ਔਰ ਪਰਮੇਸ਼ਵਰ ਫਿਰ ਵੀ ਇਹਨਾਂ ਦੇ ਨਾਲ ਕਿੱਦਾਂ ਚੱਲਿਆ ਹੈ ਕੱਲ ਅਸੀਂ ਉਹਦੇ ਤੇ ਵਿਚਾਰ ਕਰਾਂਗੇ 17 ਦਸੰਬਰ 1903 ਵਿਲਬਰ ਅਤੇ ਔਰਵਿਲ ਰਾਈਟ ਭਰਾਵਾਂ ਨੇ ਜਿਹੜੇ ਜਨ ਅਸੀਂ ਰਾਈਟਸ ਬ੍ਰਦਰ ਕਹਿੰਦੇ ਆ ਉਹਨਾਂ ਵੱਲੋਂ 100 ਫੁੱਟ ਉਚਾਈ ਤੇ ਉਡਣ ਵਾਲਾ ਇੱਕ ਜਹਾਜ਼ ਬਣਾਇਆ ਗਿਆ ਅੰਤਿਮ ਸਮੇਂ ਦੀਆਂ ਨਿਸ਼ਾਨੀਆਂ ਅਸੀਂ ਪੜਾਂਗੇ ਔਰ ਕਿਸ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਅਸੀਂ ਪੁਆਇੰਟ 바이 ਪੁਆਇੰਟ ਦੇਖਾਂਗੇ ਸਟੈਪ ਬਾਏ ਸਟੈਪ ਉਹਦੇ ਬਾਅਦ ਵਧਾਂਗੇ 1903 ਦੇ ਵਿੱਚ ਇਹ ਦੋ ਭਰਾ ਜਿਹੜੇ ਆ ਇਹਨਾਂ ਵੱਲੋਂ 100 ਫੁੱਟ ਉਚਾਈ ਤੇ ਉੱਡਣ ਵਾਲਾ ਜਹਾਜ਼ ਬਣਾਇਆ ਗਿਆ ਕੀ ਇਹ ਅਚਾਨਕ ਸੀ ਭਰਾਵਾਂ ਦੇ ਮਨ ਦੇ ਵਿੱਚ ਆਇਆ ਜਾਂ ਕਿ ਇਹਦਾ ਵਚਨ ਦੇ ਵਿੱਚੋਂ ਕੋਈ ਵੇਰਵਾ ਸਾਨੂੰ ਮਿਲਦਾ ਹੈ ਸੋ ਇਹ ਅੰਤਿਮ ਦਿਨਾਂ ਦੀਆਂ ਨਿਸ਼ਾਨੀਆਂ ਵਿੱਚ ਜੋ ਕੁਝ ਹੋਣਾ ਸੀ ਜਿੱਦਾਂ ਗਿਆਨ ਨੇ ਵਧਣਾ ਸੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਨਾਲ-ਨਾਲ ਦੇਖਾਂਗੇ ਇਹ ছায়ਾ ਸਾਟ ਅਠਾਰਡ ਜਿਨੇ ਹੈ ਇਹ ਕੌਣ ਹੈ ਜੋ ਬੱਦਲੋਂ ਕੀ ਨਾਈਂ ਔਰ ਦਰਬਾਉਂ ਕੀ ਔਰ ਉੱਡਤੇ ਹੋਏ ਕਬੂਤਰੋਂ ਕੀ ਨਾਈ ਚਲੇ ਆਤੇ ਹੈ ਇਹ ਕੌਣ ਹੈ ਇਸ ਦਿਸਤਾਂਤ ਦੇ ਵਿੱਚ ਵਚਨ ਚ ਲਿਖਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਹਾਜ਼ ਦੀ ਰਚਨਾ ਕੀਤੀ ਜਾਊਗੀ ਹਵਾ ਵਿੱਚ ਉੱਡਣ ਵਾਲੀ ਚੀਜ਼ ਦੀ ਰਚਨਾ ਹੋਵੇਗੀ 1900 ਤੋਂ ਲੈ ਕੇ 1903 ਤੱਕ ਇਸ ਸਮਾਂ ਉਸੇ ਤੋਂ ਜਿਹੜਾ ਯਾਤਰਾ ਦਾ ਸਾਧਨ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਾਧਾ ਹੋਇਆ 1900 ਤੋਂ ਲੈ ਕੇ 1903 ਤੱਕ ਜਮਿਨੀ ਯਾਤਰਾ ਬਾਜੂ ਯਾਤਰਾ ਵਿੱਚ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਜਿਹੜਾ ਕੰਮ ਸ਼ੁਰੂ ਹੋਇਆ ਡੈਨੀਅਲ ਲਵੀ ਦੀ ਕਿਤਾਬ ਦੇ ਵਿੱਚ ਲਿਖਿਆ ਹੈ 12 ਦੇ ਚਾਰੇ ਪਰੰਤੂ ਹੈ ਡਾਨੀਅਲ ਤੂੰ ਇਸ ਪੁਸਤਕ ਪਰ ਮੋਹਰ ਕਰਕੇ ਇਹਨਾਂ ਵਚਨੋ ਕੋ ਅੰਤ ਸਮੇਂ ਕੇ ਲਈ ਬੰਦ ਰੱਖ ਔਰ ਬਹੁਤ ਲੋਕ ਪੂਸ਼ਪਾਸ਼ ਕਰਕੇ ਔਰ ਢੂੰਡਾਂਡ ਕਰਨਗੇ ਔਰ ਇਸ ਸੇ ਗਿਆਨ بڑੇਗਾ ਇਹ ਹੁਣ ਗਿਆਨ ਜਿਹੜਾ ਵਦਨਾ ਸੀ ਨਾ ਜਿਹਨੂੰ ਡੈਨੀਅਲ ਨੂੰ ਦੱਸਿਆ ਗਿਆ ਸੀ ਇਹ ਹੁਣ ਗਿਆਨ ਦੇ ਵਦਨ ਦਾ ਸਮਾਂ ਜਿਹੜਾ ਆ ਗਿਆ ਕਿ ਲੋਕਾਂ ਨੇ ਕਿਵੇਂ ਯਾਤਰਾ ਦੇ ਵਿੱਚ ਭਾਵੇਂ ਜਮੀਨੀ ਹੋਵੇ ਤੇ ਭਾਵੇਂ ਸਮਾਨੀ ਹੋਵੇ ਕਿਵੇਂ ਉਹਦੇ ਵਿੱਚ ਵਾਅਦਾ ਕੀਤਾ ਔਰ ਕਿਹੜੇ ਦਿਨਾਂ ਵਿੱਚ ਵਾਅਦਾ ਕੀਤਾ ਆ ਇਹਦੇ ਨਾਲ ਨਾਲ ਸਿਰਫ ਉਹ ਹੀ ਨਿਕਾ ਬਾਈਬਲ ਦੇ ਵਿੱਚ ਲਿਖਿਆ ਹੈ ਜਿਹੜੇ ਅਸੀਂ ਟੈਂਕਾਂ ਨੂੰ ਬਣਿਆ ਦੇਖਦੇ ਆਂ ਬਖਤਰਬੰਦ ਗੱਡੀਆਂ ਨੂੰ ਬਣਿਆ ਦੇਖਦੇ ਆਂ ਇਹਨਾਂ ਦਾ ਸਿਸਟਮ ਜਿਹੜਾ ਆ ਉਹ ਕਿੱਦਾਂ-ਕਿੱਦਾਂ ਪਰਮੇਸ਼ਵਰ ਚਲਾਉਂਦਾ ਆ ਰਿਹਾ ਇਹ ਅੰਤਿਮ ਸਮੇਂ ਦੀਆਂ ਨਿਸ਼ਾਨੀਆਂ ਦੇ ਨਾਲ ਹਰ ਚੀਜ਼ ਦਾ ਵਾਸਤਾ ਹੈ ਤੇ ਜੁੜੀ ਹੋਈ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਯੀਐਸਐਮਸੀ ਦਾ ਆਗਮਨ ਹੁਣ ਕਿੰਨਾ ਨਜ਼ਦੀਕ ਆ ਚੁੱਕਾ ਹੈ ਯੋਇਲ ਨਬੀ ਦੀ ਕਿਤਾਬ 2 ਅਧਿਆਇ ਦੀ 7 ਤੋਂ 10 ਵਰਸ ਵਰਸ ਤੱਕ ਵਹਿ ਸ਼ੋਰ ਵੀਰੋ ਕੇ ਨਾਲ ਹੀ ਦੌੜਤੇ ਇਹ ਟੈਂਕਾਂ ਦੀ ਗੱਲ ਹੁਣ ਹੋ ਰਹੀ ਹੈ ਬਖਤਵੰਦ ਗੱਡੀਆਂ ਦੀ ਵਹਿ ਸ਼ੋਰ ਵੀਰੋ ਕੇ ਨਾਲ ਹੀ ਦੌੜਤੇ ਜੋਦਾਂ ਕੀ ਬਾਤੀ ਸ਼ਹਿਰ ਅੰਮ੍ਰਿਤਪਨਾ ਪਰ ਚੜਤੇ ਚੜ ਜਾਂਦੇ ਜਿੱਧਰ ਮਰ ਜੇ ਟੈਂਕ ਜਿਹੜੇ ਹੁੰਦੇ ਹਨ ਸ਼ਹਿਰ ਅੰਮ੍ਰਿਤਪਨਾ ਪਰ ਚੜਤੇ ਵਹਿ ਆਪਣੇ ਮਾਰਗ ਪਰ ਚੱਲਤੇ ਔਰ ਕੋਈ ਆਪਣੇ ਪਾਸ ਸੇ ਅਲੱਗ ਨਾ ਚਲੇਗਾ ਜਿੱਦਨ ਵੀ ਹੁੰਦੇ ਫਿਰ ਨਿਕਲਦੇ ਆ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਵਹਿ ਇੱਕ ਦੂਸਰੇ ਕੋ ਧੱਕਾ ਨਹੀਂ ਲਗਾਤੇ इन्होंने ये जरूरत नहीं है एक दूजे धक्का लगा वह अपनी अपनी राह पर चलते हैं शास्त्रों का सामना करने से भी उनकी कोई हानि नहीं होती अगो भावे जिदा ने मर्जी कोई गोलियां वगैरह चलाई जाए उन्होंने कोई हानि हानि नहीं हूँ वह नगर में इधर उधर दौड़ते हैं और शह बना पर चढ़ते हैं वह घरों में ऐसे घुसते हैं जैसे चोर खिड़कियों में से घुसते हैं उनके आगे पृथ्वी कांप उठती है और आकाश थरा, थर थरा थरथराता है ये तोपा ने गोले भी छठ देना फिर ਸੂਰਜ ਚੰ드ਰਮਾ ਕਾਲੇ ਹੋ ਜਾਂਦੇ ਹਨ ਔਰ ਤਾਰੇ ਨਹੀਂ জ্বলਕਤੇ ਇਨ੍ਹਾਂ ਦੇ ਨਾਲ ਧੂਆ ਇੰਨਾ ਫੈਲ ਜਾਂਦਾ ਆ ਸੋ ਇਹ ਬਖਤਰਬੰਦ ਗੱਡੀਆਂ ਤੇ ਟੈਂਕਾਂ ਦੀ ਜਿਹੜੀ ਭੁਸ਼ਵਾਨੀ ਆ ਇਹ ਖੁਦਾ ਦੇ ਦਾਸ ਜੋਯਲ ਨਬੀ ਦੇ ਦੁਆਰਾ ਪਰਮੇਸ਼ਵਰ ਨੇ ਪਹਿਲਾਂ ਤੋਂ ਕਰ ਦਿੱਤੀ ਸੀ ਔਰ ਅੰਤ ਸਮੇਂ ਦੇ ਵਿੱਚ ਇਹਦਾ ਡੈਨਿਅਲ ਨੂੰ ਕਹਿੰਦਾ ਕਿ ਮੋੜ ਲਾ ਦੇ ਕਿਉਂਕਿ ਗਿਆਨ ਵਧੂਗਾ ਉਹ ਗਿਆਨ ਵਧਨ ਦਾ ਸਮਾਂ ਜਿਹੜਾ ਆ 1903 1900 ਤੋਂ ਲੈ ਕੇ 1903 ਦੇ ਵਿੱਚ ਇਹ ਸ਼ੁਰੂ ਹੁੰਦਾ ਆ ਔਰ ਸਿਸਟਮ ਦੇ ਨਾਲ ਪਰਮੇਸ਼ਵਰ ਆਪਣੇ ਸਾਰੇ ਅੰਤਮ ਦਿਨਾਂ ਦੇ ਵਿੱਚ ਹੋਣ ਵਾਲੇ ਕੰਮਾਂ ਨੂੰ ਸਾਨੂੰ ਇਹਨਾਂ ਦੇ ਜਰੀਏ ਦਿਖਾਉਂਦਾ ਆ ਇੱਕ ਯਹੂਦੀ ਵਿਗਿਆਨੀਕ ਡਾਕਟਰ ਵਿਚਮੈਨ ਨੇ ਬ੍ਰਿਟਿਸ਼ ਸਰਕਾਰ ਨੂੰ ਇੱਕ ਫਿਸਪੋਟਿਕ ਪਦਾਰਥ ਜਿਹੜਾ ਸੀਗਾ ਉਹ ਬਣਾ ਕੇ ਦਿੱਤਾ ਜਿਸ ਨੂੰ TNT ਦੇ ਨਾਮ ਨਾਲ ਜਾਣਿਆ ਗਿਆ ਅੱਜ ਵੀ ਜਾਣਿਆ ਜਾਂਦਾ ਹੈ ਜਿਸ ਦੀ ਬਦੌਲਤ ਬ੍ਰਿਟਿਸ਼ ਸਰਕਾਰ ਨੂੰ ਪਹਿਲਾ ਵਿਸ਼ਵ ਯੁੱਧ ਜਿੱਤਣ ਦੇ ਵਿੱਚ ਸਹਾਇਤਾ ਮਿਲੀ ਔਰ ਇਹ ਜਿਹੜਾ ਫਿਸਪੋਟਿਕ ਬਣਾ ਕੇ ਦਿੱਤਾ ਸੀਗਾ ਇਹ ਇੱਕ ਯਹੂਦੀ ਇਨਸਾਨ ਦੀ ਦੇਣ ਸੀਗੀ ਜਿਹਦਾ ਨਾਮ ਡਾਕਟਰ ਚੇਮ ਵਿਜਮਨ ਸੀਗਾ। ਔਰ ਦੇਖੋ ਹੁਣ ਜੋ ਦੀਦੀ ਸੋਚ ਜਿਹੜੀ ਅੱਜ ਹਰੇਕ ਕ੍ਰਿਸਚੀਅਨ ਦੀ ਵੀ ਹੋਣੀ ਚਾਹੀਦੀ ਹੈ। ਜਦੋਂ ਉਹਨਾਂ ਨੇ ਯੁੱਧ ਜਿੱਤ ਲਿਆ ਪਹਿਲਾ ਵਿਸ਼ਵ ਯੁੱਧ ਜਿੱਤਣ ਦੇ ਵਿੱਚ ਉਹਨਾਂ ਦੇ ਲਈ ਸਭ ਤੋਂ ਸਹਾਇਕ ਬਣਿਆ ਉਹ ਜਿਹੜਾ ਫਿਸਫੋਟਕ ਸੀਗਾ। ਬ੍ਰਿਟਿਸ਼ ਕਮਰਾਨਾ ਨੇ ਉਸ ਯਹੂਦੀ ਨੂੰ ਸਨਮਾਨ ਅਤੇ ਇਨਾਮ ਦੇਣ ਦਾ ਫੈਸਲਾ ਕੀਤਾ। ਇਸ ਦੇ ਜਵਾਬ ਵਿੱਚ ਹੁਣ ਸਮਾਂ ਨਾਲ ਨਾਲ ਦੇਖੀਏ ਤਾਂ ਕਿ ਅਸੀਂ ਉਸ ਗੱਲ ਨੂੰ ਸਮਝ ਸਕੀਏ ਸਮਾਂ ਹੀ ਜ਼ਰੂਰੀ ਹੈ ਸਾਡੇ ਲਈ ਕਿਉਂਕਿ ਅਸੀਂ ਦੇਖਦੇ ਹਾਂ ਅੰਤਿਮ ਦਿਨਾਂ ਦੇ ਨਿਸ਼ਾਨਾ ਦੇ ਵਿੱਚ ਇਹ ਜਿਹੜਾ ਸਿਸਟਮ ਹੈ ਆ ਇਹ ਦੂਸਰੇ ਪਹਿਲੇ ਵਿਸ਼ਵ ਯੁੱਧ ਦੇ ਨਾਲ ਸੰਬੰਧ ਰੱਖਦਾ ਆ ਔਰ ਜਿਸ ਦੀ ਬਦੌਲਤ ਬ੍ਰਿਟਿਸ਼ ਸਰਕਾਰ ਨੂੰ ਪਹਿਲਾ ਵਿਸ਼ਵ ਯੁੱਧ ਜਿੱਤੇ ਵਿੱਚ ਸਹਾਇਤਾ ਮਿਲੀ ਬ੍ਰਿਟਿਸ਼ ਹਕੂਮਨਾਣਾ ਨੇ ਉਸ ਯਹੂਦੀ ਨੂੰ ਸਨਮਾਨ ਤੇ ਇਨਾਮ ਦੇਣ ਦਾ ਫੈਸਲਾ ਕੀਤਾ ਜਦੋਂ ਉਹਨੂੰ ਬੁਲਾਇਆ ਗਿਆ ਸਾਰੀ ਸਭਾ ਦੇ ਵਿੱਚ ਬੇ ਅਸੀਂ ਤੈਨੂੰ ਇਨਾਮ ਦੇਣਾ ਚਾਹੁੰਦੇ ਹਾਂ ਤੇ ਸਨਮਾਨਿਤ ਕਰਨਾ ਚਾਹੁੰਦੇ ਹਾਂ ਇਸ ਦੇ ਜਵਾਬ ਵਿੱਚ ਉਸ ਯਹੂਦੀ ਨੇ ਬ੍ਰਿਟਿਸ਼ ਸਰਕਾਰ ਨੂੰ ਆਖਿਆ ਕੀ ਕਹਿੰਦਾ ਹੈ ਕਿ ਮੈਨੂੰ ਸਨਮਾਨ ਤੇ ਇਨਾਮ ਦੀ ਜਗ੍ਹਾ ਤੇ ਮੈਨੂੰ ਨਾ ਸਨਮਾਨ ਦਿਓ ਤੇ ਨਾ ਮੈਨੂੰ ਇਨਾਮ ਦਿਓ ਇਸ ਦੀ ਜਗ੍ਹਾ ਤੇ ਮੇਰੀ ਇਸਰਾਈਲ ਜਾਤੀ ਨੂੰ ਫਲਸਤੀਨ ਉਹਨਾਂ ਦੀ ਮਾਤਰਪੂਮੀ ਹੋਣ ਲਈ ਦੇ ਦਿੱਤਾ ਜਾਵੇ ਜਿਹੜਾ ਫਲਸਤੀਨ ਫਿਰ ਉਹਨੂੰ ਫਲਸਤੀਨ ਲੋਕ ਜਾਣਨ ਲਾ ਪਏ ਸੀ ਕਿ ਕਹਿੰਦਾ ਉਹ ਜਿਹੜਾ ਸਾਡਾ ਇਸਰਾਈਲੀਆਂ ਦਾ ਦੇਸ਼ ਹੈ ਉਹ ਮੇਰੇ ਲੋਕਾਂ ਨੂੰ ਉਹਨਾਂ ਦੀ ਮਾਤਰਭੂਮੀ ਹੋਣ ਦੇ ਲਈ ਦੇ ਦਿੱਤਾ ਜਾਵੇ। ਅਗਰ ਤੁਸੀਂ ਮੇਰੇ ਲਈ ਇਹ ਕਰਦੇ ਹੋ ਤੇ ਮੇਰੇ ਲਈ ਇਸ ਤੋਂ ਵੱਡਾ ਇਨਾਮ ਤੇ ਮੇਰੇ ਲਈ ਇਸ ਤੋਂ ਵੱਡਾ ਸਨਮਾਨ ਕੋਈ ਵੀ ਹੋ ਸਕਦਾ ਨਹੀਂ। ਬਿਖਰੇ ਹੋਏ ਯਹੂਦੀ, ਉਜੜੇ ਹੋਏ ਯਹੂਦੀ, ਸੰਸਾਰਾਂ ਵਿੱਚ ਬਿਖਰ ਚੁੱਕੇ ਯਹੂਦੀ ਦੀ ਸੋਚ ਅੱਜ ਵੀ ਆਪਣੇ ਦੇਸ਼ ਦੇ ਪ੍ਰਤੀ ਤੇ ਆਪਣੇ ਕੌਮ ਦੇ ਪ੍ਰਤੀ ਆਪਣੇ ਖੁਦਾ ਦੇ ਪ੍ਰਤੀ ਕਿੱਡੀ ਗੈਰਤ ਰੱਖਦੇ ਆ। ਇਸਦੇ ਜਵਾਬ ਵਿੱਚ 유ਦੀ ਨੇ ਉਹਨਾਂ ਨੂੰ ਕਿਹਾ ਵੀ ਉਹ ਜਿਹੜਾ ਸਾਨੂੰ ਦੇ ਦਿੱਤਾ ਜਾਵੇ ਔਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਟੱਚ ਕਰਾਉਣੀ ਚਾਹੁੰਦਾ ਆ ਜੇਸ ਬ੍ਰਿਟਿਸ਼ ਸਰਕਾਰ ਦੇ ਕੋਲ ਉਹ ਇੱਕ ਕਰ ਰਿਹਾ ਨਾ ਉਹ ਬ੍ਰਿਟਿਸ਼ ਸਰਕਾਰ ਇੱਕ ਸਮੇਂ ਦੇ ਉੱਤੇ ਇਹਦਾ ਯਹੂਦੀਆਂ ਦੇ ਨਾਲ ਇਨੀ ਨਫ਼ਰਤ ਕਰਨ ਲੱਪੇ ਸੀ ਜਦੋਂ ਇਹ ਦੁਨੀਆ ਵਿੱਚ ਖਿੰਡੇ ਹੋਏ ਸਨ ਇੰਗਲੈਂਡ ਦੇ ਵਿੱਚ ਵੀ ਇਹ ਲੋਕ ਪਹੁੰਚੇ ਸਨ ਇਹਨਾਂ ਨੂੰ ਇੰਗਲੈਂਡ ਦੇ ਵਿੱਚੋਂ ਕੁਝ ਨੂੰ ਕਤਲ ਕਰ ਦਿੱਤਾ ਗਿਆ ਕੁਝ ਨੂੰ ਕੱਢ ਦਿੱਤਾ ਗਿਆ 1275 ਈਸਵੀ ਤੋਂ ਲੈ ਕੇ 1290 ਈਸਵੀ ਦੇ ਦੌਰਾਨ ਜਿਸ ਇੰਗਲੈਂਡ ਨੇ ਯਹੂਦੀਆਂ ਨੂੰ ਕੱਢ ਦਿੱਤਾ ਤੇ ਉਹਨਾਂ ਦੇ ਇੰਗਲੈਂਡ ਪ੍ਰਵੇਸ਼ ਤੇ ਵੀ ਪਾਬੰਦੀ ਸੀ ਯਹੂਦੀ ਕੋਈ ਇੰਗਲੈਂਡ ਦੇ ਵਿੱਚ ਵੜ ਵੀ ਨਹੀਂ ਸੀ ਸਕਦਾ ਸੀ ਉਸੇ ਦੇਸ਼ ਦੀ ਹਕੂਮਤ ਨੇ ਉਸ ਯਹੂਦੀ ਦੀ ਫਰਿਆਦ ਨੂੰ ਸੁਣ ਕੇ ਇਸਰਾਈਲ ਦੀ ਮਦਦ ਕਰਨ ਦਾ ਫੈਸਲਾ ਕੀਤਾ ਇਹ ਕਿਉਂ ਹੋ ਰਿਹਾ ਅੰਤ ਸਮੇਂ ਦੇ ਵਿੱਚ ਮੈਂ ਆਪਣੇ ਲੋਕਾਂ ਨੂੰ ਦੁਬਾਰਾ ਵਾਪਸ ਆਪਣੇ ਦੇਸ਼ ਇਸਰਾਈਲ ਦੇ ਵਿੱਚ ਲੈ ਕੇ ਆ ਆ ਇਹ ਪਰਮੇਸ਼ਰ ਦਾ ਵਾਅਦਾ ਸੀਗਾ ਜਿਸ ਵਾਅਦੇ ਨੂੰ ਪਰਮੇਸ਼ਰ ਪੂਰਾ ਕਰ ਰਿਹਾ ਔਰ ਉਹਦੇ ਲਈ ਐਸੇ ਐਸੇ ਲੋਕਾਂ ਨੂੰ ਜਨਮਦਵਾਰਿਆ ਧਰਤੀ ਉੱਤੇ ਜਿਹੜੇ ਉਸ ਮਿਸ਼ਨ ਨੂੰ ਲੈ ਕੇ ਅੱਗੇ ਜਾਣ ਸੋ ਇਸਰਾਈਲ ਦੀ ਮਦਦ ਕਰਨ ਦਾ ਫੈਸਲਾ ਕੀਤਾ 2 ਨਵੰਬਰ 1917 ਦੀ ਬਾਲਫੋਰ ਘੋਚਨਾ ਦੇ ਨੇ ਇਸਰਾਈਲ ਦੀ ਮਦਦ ਕੀਤੀ ਤੇ ਫਲਸਤੀਨ ਨੂੰ ਇਸਰਾਈਲ ਦੀ ਮਾਤਰ ਭੂਮੀ ਹੋਣ ਦਾ ਐਲਾਨ ਕੀਤਾ ਉਹਨਾਂ ਨੇ 2 ਨਵੰਬਰ 1917 ਨੂੰ ਇਹ ਐਲਾਨ ਕੀਤਾ ਔਰ ਇਸ ਦਾ ਜਿਹੜੇ ਹਰ ਚੀਜ਼ ਇੱਕ ਨਾਮ ਰੱਖਿਆ ਜਾਂਦਾ ਜਿੱਦਾਂ ਜਨੇਵਾ ਸਮਝੌਤੇ ਦੇ ਤਹਿਤ ਆ ਹੋਇਆ ਜਿੱਦਾਂ ਹੁੰਦੇ ਨਾ ਉਸੇ ਤਰ੍ਹਾਂ ਇਸ ਜਿਹੜਾ ਸਮਝੌਤੇ ਨੂੰ ਜਦੋਂ ਅਸੀਂ ਧਿਆਨ ਦੇ ਰੱਖਦੇ ਆਂ ਤੇ ਅਸੀਂ ਦੇਖਦੇ ਆਂ ਵੀ ਇਸ ਸਮਝੌਤੇ ਦੇ ਦੌਰਾਨ ਕੀ ਕੀ ਹੁੰਦਾ ਆ ਕਿ ਜਦੋਂ ਕਿ ਉਹਨਾਂ ਤੇ ਪਾਬੰਦੀ ਲਾਈ ਹੋਈ ਸੀਗੀ ਨਵੰਬਰ 2 1917 ਦੀ ਬਾਲਫੋਰ ਘੋਸ਼ਣਾ ਦੇ ਇਸ ਨੇ ਇਸਰਾਈਲ ਦੀ ਮਦਦ ਕੀਤੀ ਤੇ ਫਲਸਤੀਨ ਨੂੰ ਇਸਰਾਈਲ ਦੀ ਮਾਤਰ ਭੂਮੀ ਹੋਣ ਦਾ ਐਲਾਨ ਕੀਤਾ ਉਸੇ ਬੰਦੇ ਦੀ ਬਦੌਲਤ ਜਿਹੜੀ ਯਹੂਦੀ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਉਹਨਾਂ ਨੂੰ ਮਦਦ ਕੀਤੀ ਸੀਗੀ ਦਸੰਬਰ 9 1917 ਪਹਿਲਾਂ ਅਸੀਂ ਪੜਿਆ ਨਵੰਬਰ 2 1917 ਹੁਣ ਦਸੰਬਰ 9 1917 ਨੂੰ ਲਾਰਡ ਐਲਨ ਬਾਈ ਦੀ ਲੀਡਰਸ਼ਿਪ ਵਿੱਚ ਸੈਨਿਕਾਂ ਨੇ ਯਰੂਸ਼ਲਮ ਨੂੰ ਇੱਕ ਵਾਰ ਫਿਰ ਬਿਨਾ ਗੋਲੀ ਚਲਾਏ ਤੁਰਕੀਆਂ ਤੋਂ ਜਿੱਤ ਲਿਆ ਯਰੂਸ਼ਲਮ ਨੂੰ ਖਾਲੀ ਕਰਾਉਣ ਦੇ ਲਈ ਬ੍ਰਿਟਿਸ਼ ਸਰਕਾਰ ਨੂੰ ਕੋਈ ਵੀ ਉੱਥੇ ਗੋਲੀ ਨਹੀਂ ਚਲਾਉਣੀ ਪਈ ਔਰ ਇਹ ਵੀ ਬਾਈਬਲ ਦੇ ਅਨੁਸਾਰ ਪੂਰਾ ਹੋਇਆ ਇਹ ਵੀ ਇੱਕ ਭਵਿੱਖਬਾਣੀ ਸੀ ਜਿਹਨੂੰ ਅਸੀਂ ਪੂਰਾ ਹੁੰਦਿਆਂ ਹੁਣ ਦੇਖਾਂਗੇ ਕਿ ਕਿਉਂ ਨਹੀਂ ਗੋਲੀ ਚਲਾਉਣੀ ਪਈ ਤੁਰਕੀਆ ਤੋਂ ਜਿੱਤਨੇ ਆ ਉਸ ਸਮੇਂ ਤੁਰਕੀ ਯਰੂਸ਼ਲਮ ਵਿੱਚ ਹਕੂਮਤ ਕਰਦੇ ਸੀਗੇ। ਔਰ ਇਹਨਾਂ ਦੀ ਹਕੂਮਤ ਦੇ ਵਿੱਚ ਹੀ ਉੱਥੇ ਬਹੁਤ ਸਾਰਾ ਜਿਹੜਾ ਸੀਗਾ ਮੁਸਲਿਮ ਲੀਗ ਨੂੰ ਬਹੁਤ ਉੱਪਰ ਕੀਤਾ ਗਿਆ ਸੀਗਾ। ਲੇਕਿਨ ਇੱਕ ਸਮਾਂ ਆਇਆ ਜਦੋਂ ਬਿਨਾਂ ਗੋਲੀ ਚਲਾਏ ਤੋਂ ਉਹਨਾਂ ਦੇ ਕੋਲੋਂ ਯਰੂਸ਼ਲਮ ਨੂੰ ਖਾਲੀ ਚਲਾਇਆ ਕਿਹਾ ਗਿਆ। ਉਹਨਾਂ ਨੂੰ ਚੇਤਾਵਨੀ ਦੇ ਰੂਪ ਵਿੱਚ ਲਾਰਡ ਇਲਨ ਬਾਈ ਦੇ ਨਾਮ ਉੱਤੇ ਹਵਾਈ ਜਹਾਜ਼ ਦੇ ذریعے ਉਸ ਸਮੇਂ ਹਵਾਈ ਜਹਾਜ਼ ਜਿਹੜਾ ਸੀਗਾ ਘੱਟ ਉਚਾਈ ਦੇ ਤੇ ਚੱਲਣ ਵਾਲਾ ਤਿਆਰ ਹੋ ਚੁੱਕਾ ਸੀਗਾ ਲੇਕਿਨ ਉਹਦੇ ਬਾਰੇ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਉਸ ਜਹਾਜ਼ ਦੇ ذریعے ਪਰਚੇ ਸੁੱਟੇ ਗਏ ਉਸ ਨਗਰ ਦੇ ਵਿੱਚ ਜਰੂਸ਼ਲਮ ਦੇ ਵਿੱਚ ਔਰ ਉਹਨਾਂ ਨੂੰ ਕਿਹਾ ਗਿਆ ਨਾਮ ਤੇ ਜੋ ਆਈ ਜਾ ਜਿਹੜੀ ਪਰਚੇ ਵੰਡੇ ਗਏ ਕਿ ਨਗਰ ਉੱਤੇ ਹਮਲਾ ਕੀਤਾ ਜਾਵੇਗਾ ਨਹੀਂ ਤਾਂ ਨਗਰ ਖਾਲੀ ਕਰਕੇ ਭੱਜ ਜਾਓ ਤੁਰਕੀਆ ਨੇ ਪਹਿਲਾਂ ਕਦੀ ਹਵਾਈ ਜਹਾਜ਼ ਨਹੀਂ ਸੀ ਦੇਖਿਆ ਇਸ ਲਈ ਉਹਨਾਂ ਨੇ ਇਸ ਕਿਸ਼ਵੇਂ ਨੂੰ ਅੱਲਾ ਦਾ ਫਰਮਾਨ ਸਮਝ ਕੇ ਕਿ ਕਿਤੇ ਸਾਡੇ ਉੱਤੇ ਕੋਈ ਬੁਰਾਈ ਨਾ ਆ ਜਾਵੇ ਉਹਨਾਂ ਨੇ ਯਰੋਸ਼ਲਮ ਨੂੰ ਖਾਲੀ ਕਰ ਦਿੱਤਾ ਹੁਣ ਨਾਲ ਨਾਲ ਪਰਮੇਸ਼ਰ ਦਾ ਸਿਸਟਮ ਦੇਖੋ ਜਿਹੜਾ ਕੰਮ ਇਨਸਾਨ ਦੇ ਕਰਨ ਵਾਲਾ ਉਹ ਇਨਸਾਨ ਕਰ ਰਿਹਾ ਜਿਹੜਾ ਪਰਮੇਸ਼ਰ ਦੇ ਕਰਨ ਵਾਲਾ ਪਰਮੇਸ਼ਰ ਕਰ ਰਿਹਾ ਜਿਵੇਂ ਮੂਸਾ ਦੀ ਮਾਂ ਨੇ ਮੂਸਾ ਸੰਭਾਲ ਕੇ ਰੱਖਿਆ ਜਦੋਂ ਕਿ ਸੰਭਾਲ ਕੇ ਰੱਖ ਰਹੀ ਸੀ ਤੇ ਬਾਕੀ ਜਿਹੜਾ ਕੰਮ ਸੀ ਪਰਮੇਸ਼ਰ ਦੇ ਹਵਾਲੇ ਕਰ ਦਿੱਤਾ ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਇਨਸਾਨ ਇੱਕ ਯਤਨ ਕਰ ਰਿਹਾ ਆ ਔਰ ਇੱਕ ਯਹੂਦੀ ਦੀ ਇਹ ਤਮੰਨਾ ਆ ਦੂਸਰੇ ਪਾਸੇ ਗਵਰਨਮੈਂਟ ਉਹਦੀ ਮਦਦ ਕਰ ਰਹੀ ਆ ਤੇ ਤੀਸਰੇ ਪਾਸੇ ਪਰਮੇਸ਼ਰ ਦੁਸ਼ਮਨਾ ਦੇ ਮੱਤ ਦੇ ਉੱਤੇ ਪਰਦਾ ਪਾ ਰਿਹਾ ਤੇ ਉਹਨਾਂ ਨੂੰ ਇੱਕ ਦੂਸਰੀ ਪਾਸੇ ਤੋਂ ਦੂਸਰੀ ਦਿਸ਼ਾ ਨੂੰ ਸੋਚਣ ਦੇ ਲਈ ਮਜਬੂਰ ਕਰ ਰਿਹਾ ਆ ਇਸ ਲਈ ਉਹਨਾਂ ਨੇ ਇਹਨੂੰ ਅੱਲਾ ਦਾ ਫਰਮਾਨ ਸਮਝ ਕੇ ਕਿ ਜੇ ਅਸੀਂ ਨਾ ਕੀਤਾ ਤੇ ਕੋਈ ਸਾਡੇ ਉੱਤੇ ਬੁਰਾਈ ਨਾ ਆ ਜਾਵੇ ਤੇ ਇਹ ਜਿਹੜਾ ਉੱਪਰ ਉਡਣ ਖੜੋਲਾ ਉਡਣ ਰਿਹਾ ਹੈ ਨਾ ਇਹ ਸ਼ਾਇਦ ਪਰਮੇਸ਼ਰ ਵੱਲੋਂ ਕੋਈ ਫਰਿਸ਼ਤਾ ਜਾਂ ਦੂਤ ਆ ਜਿਹੜਾ ਸਾਨੂੰ ਇਹ ਸਾਵਧਾਨ ਕਰ ਰਿਹਾ ਆ ਸੋ ਉਹਨਾਂ ਨੇ ਡਰਦਿਆਂ ਹੋਇਆਂ ਨੇ ਇਦਾਂ ਹੀ ਸਾਰੇ ਜਿਹੜਾ ਯਰੂਸ਼ਲਮ ਸੀ ਉਹ ਖਾਲੀ ਕਰ ਦਿੱਤਾ ਲੇਕਿਨ ਅਜੇ ਵੀ ਉਹ ਹਿੱਸਾ ਜੋ ਤੇ ਮੰਦਰ ਬਣਾਇਆ ਸੀ ਤੇ ਜਿਹਦੇ ਨਾਲ ਉਹਨੇ ਮਸਜਿਦ ਬਣਾਈ ਹੋਈ ਸੀਗੀ ਉਹ ਹਿੱਸਾ ਅਜੇ ਵੀ ਉਹਨਾਂ ਦੇ ਕੰਟਰੋਲ ਦੇ ਵਿੱਚ ਸੀਗਾ ਫਿਲਸਤੀਨੀਆ ਦੇ ਸੋ ਦੇਖਦੇ ਆ ਇਸ ਤਰ੍ਹਾਂ ਯਹੂਦੀ 1917 ਵਿੱਚ ਇਸਰਾਈਲ ਵਿੱਚ ਵਾਪਸ ਆਉਣੇ ਸ਼ੁਰੂ ਹੋਏ ਤੇ ਹੁਣ ਦੇਖਦੇ ਆ ਇਹਨਾਂ ਉੱਤੇ ਕਿਰਪਾ ਉਸ ਤੋਂ ਬਾਅਦ ਅਸੀਂ ਦੁਆ ਕਰਾਂਗੇ ਯਹੂਦੀਆਂ ਦੀ ਗਿਣਤੀ ਦਾ ਵਾਅਦਾ 1917 ਵਿੱਚ ਆਉਂਦੇ ਆ ਤੇ ਕਿਵੇਂ ਪਰਮੇਸ਼ਵਰ ਇਹਨਾਂ ਨੂੰ ਵਧਾਉਂਦਾ ਹੈ ਔਰ ਆਪਣੇ ਵਾਅਦੇ ਨੂੰ ਫਿਰ ਇਹਨਾਂ ਵਿੱਚ ਕਾਇਮ ਕਰਦਾ ਹੈ 1917 ਦੇ ਵਿੱਚ ਜਦੋਂ ਯਹੂਦੀ ਬ੍ਰਿਟਿਸ਼ ਸਰਕਾਰ ਦੀ ਮਦਦ ਦੇ ਨਾਲ ਵਾਪਸ ਇਸਰਾਈਲ ਦੇ ਵਿੱਚ ਐਂਟਰੀ ਕਰਦੇ ਆ ਤੇ ਇਹਨਾਂ ਦੀ ਗਿਣਤੀ ਹੈਗੀ ਹੈ 25000 1917 ਦੇ ਵਿੱਚ 25000 1922 ਦੇ ਵਿੱਚ ਇਹਨਾਂ ਦੀ ਗਿਣਤੀ ਹੋ ਜਾਂਦੀ ਹੈ 83000 80000 300 ਸੋ ਇਹ 83000 ਆ ਔਰ 1932 ਦੇ ਵਿੱਚ ਇਹਨਾਂ ਦੀ ਗਿਣਤੀ ਹੋ ਜਾਂਦੀ ਹੈ 8300 ਤੋਂ ਲੈ ਕੇ 83000 ਤੋਂ ਲੈ ਕੇ 1,80,000 ਇਹ ਜੁੱਧ ਦੇ 1935 ਦੇ ਵਿੱਚ 3 ਲੱਖ ਦੀ ਗਿਣਤੀ ਤੱਕ ਪਹੁੰਚ ਜਾਂਦੇ ਆ 1937 ਵਿੱਚ ਇਹਨਾਂ ਦੀ ਗਿਣਤੀ 4 ਲੱਖ ਤੇ 30 ਹਜ਼ਾਰ ਹੋ ਜਾਂਦੀ ਆ 1945 ਦੇ ਵਿੱਚ ਵਿਸ਼ਵ ਜਿਹੜਾ ਦੂਸਰਾ ਵਿਸ਼ਵ ਯੁੱਧਾ ਉਹਦੇ ਦੌਰਾਨ ਇਹਨਾਂ ਦੀ ਗਿਣਤੀ ਜਿਹੜੀ ਆ ਉੱਥੇ 50 ਲੱਖ ਦੇ ਕਰੀਬ ਹੋ ਜਾਂਦੀ ਆ ਔਰ ਇਹ ਹੀ ਗਿਣਤੀ ਵੱਧ ਕੇ 2000 ਸਾਲ ਦੇ ਵਿੱਚ ਲਗਭਗ 50 ਹਜ਼ਾਰ ਹੋ ਜਾਂਦੀ ਆ ਔਰ ਅੱਜ ਦੀ ਡੇਟ ਦੇ ਵਿੱਚ ਇਹ ਗਿਣਤੀ ਜਿਹੜੀ ਆ ਲਗਭਗ 1 ਕਰੋੜ ਦੇ ਬਰਾਬਰ ਆ ਵਦੋ ਫਲੋ ਤੇ ਧਰਤੀ ਨੂੰ ਭਰਦੇ ਹੋ ਪਰਮੇਸ਼ਰ ਹਰ ਤਰ੍ਹਾਂ ਦੇ ਨਾਲ ਹੀ ਫਿਰ ਇਹਨਾਂ ਦੇ ਨਾਲ ਚੱਲਦਾ ਆ ਜਿੱਥੇ ਗਲਤੀਆਂ ਕੀਤੀ ਸਜ਼ਾ ਦੇਣ ਦੇ ਵਿੱਚ ਕੋਈ ਢਿੱਡ ਨਹੀਂ ਕੀਤੀ ਲੇਕਿਨ ਪਰਮੇਸ਼ਰ ਦੀ ਇੱਕ ਖੂਬੀ ਇਸ ਕੋਮ ਦੇ ਨਾਲ ਹੋਰ ਵੀ ਅਸੀਂ ਬਿਆਨ ਕਰਨੇ ਚਾਹੁੰਦੇ ਆ ਪਰਮੇਸ਼ਰ ਨੇ ਇਹਨਾਂ ਨੂੰ ਪੁੱਤਰ ਆਖਿਆ ਤੇ ਇਹਨਾਂ ਦੇ ਗਲਤੀਆਂ ਦੇ ਕਾਰਨ ਇਹਨਾਂ ਦੇ ਨਾਲ ਝਗੜਦਾ ਵੀ ਆ ਸਜ਼ਾ ਵੀ ਦਿੰਦਾ ਆ ਲੇਕਿਨ ਨਾਲ-ਨਾਲ ਜਿਹੜੇ ਇਹਨਾਂ ਦੇ ਨਾਲ ਪੰਗਾ ਲੈਂਦੇ ਇਹ ਸੋਚ ਕੇ ਕਿ ਸ਼ਾਇਦ ਹੁਣ ਪਰਮੇਸ਼ਰ ਇਹਨਾਂ ਨੂੰ ਛੱਡ ਚੁੱਕਾ ਆ ਪਰਮੇਸ਼ਰ ਹੁਣਾ ਕੋਮਾ ਦਾ ਵੀ ਇਨਸਾਫ ਕਰਦਾ ਹੈ ਉਹਨਾਂ ਨੂੰ ਸਜ਼ਾ ਦਿੱਤੇ ਬਿਨਾਂ ਛੱਡਦਾ ਛੱਡਦਾ ਨਹੀਂ ਹੈ ਸੋ ਦੇਖਦੇ ਆ ਕਿ ਅੰਤ ਸਮੇਂ ਦੇ ਵਿੱਚ ਜਿਹੜਿਆਂ ਸਿਸਟਮ ਦੱਸੇ ਗਏ ਸੀ ਉਹਨਾਂ ਵਿੱਚ ਇੱਕ ਮਹਾਮਾਰੀ ਨੂੰ ਲੈ ਕੇ ਅਸੀਂ ਚੱਲਦੇ ਹਾਂ ਉਸ ਤੋਂ ਬਾਅਦ ਅਸੀਂ ਦੁਆ ਕਰਾਂਗੇ ਕਿਉਂਕਿ ਸਮਝ ਜ਼ਿਆਦਾ ਹੋ ਗਿਆ ਮੱਤੀ ਦੀ ਅੰਜੀਲ 24 ਦਾਇ 7 ਵਰਸ ਕਿਉਂਕਿ ਜਾਤੀ ਜਾਤੀ ਪਰ ਰਾਜੇ ਰਾਜੇ ਪਰ ਚੜਾਈ ਕਰੇਗਾ ਔਰ ਜਗ੍ਹਾ ਜਗ੍ਹਾ ਅਕਾਲ ਪਣੇਗੇ ਔਰ 부ਚਾਲ ਆਉਣਗੇ ਤੋ ਅਸੀਂ ਪਹਿਲਾਂ ਵੀ ਦੇਖਿਆ ਸੀਗਾ ਕਿ ਲੋਕਾਂ ਦੇ ਮਨੁਨਾਵਿਕ ਇਹ ਤੇ ਸ਼ੁਰੂ ਤੋਂ ਹੁੰਦਾ ਆ ਰਿਹਾ ਲੇਕਿਨ ਇਹ ਕਿਦਾਂ ਕਿਦਾਂ ਵਧਿਆ ਆ ਉਹਦੇ ਬਾਰੇ ਅਸੀਂ ਧਿਆਨ ਦੇਵਾਂਗੇ ਕਿ ਆਉਂਦਾ ਸੀ ਲੇਕਿਨ ਵੱਧਦਾ ਗਿਆ ਜੇ ਜਿਨ੍ਹਾਂ ਲੋਕਾਂ ਮਹਾਮਾਰੀ ਦਾ ਸ਼ਿਕਾਰ ਹੁੰਦੇ ਆ ਨਾ ਜਿੰਨੇ ਲੋਕ ਨਾ ਉਹਦੇ ਬਾਰੇ ਅਸੀਂ ਦੇਖਦੇ ਆ ਕਿ ਵਚਨ ਕਿਦਾਂ ਸੱਚ ਹੁੰਦਾ ਹੈ ਜਿੰਨੇ ਲੋਕ ਮਹਾਮਾਰੀ ਦਾ ਸ਼ਿਕਾਰ ਹੁੰਦੇ ਹਨ ਉਹਨਾਂ ਉਹਨਾਂ ਸਾਨੂੰ ਦੱਸਿਆ ਨਹੀਂ ਜਾਂਦਾ ਜਾਨੀ ਕਿ ਸਰਕਾਰਾਂ کافی ਕੁਛ ਸ਼ਿਪਾ ਜਾਂਦੀਆਂ ਲੇਕਿਨ ਬਾਅਦ ਵਿੱਚ ਫਿਰ ਉਹ ਉਜਾਗਰ ਹੋ ਜਾਂਦੇ ਆ ਗੱਲਾਂ ਜਿੰਨਾ ਮਹਾਮਾਰੀ ਸ਼ਿਕਾਰ ਹੋ ਕੇ ਲੋਕ ਮਾਰਦੇ ਉਹਨਾਂ ਨੇ ਸਾਨੂੰ ਦੱਸਿਆ ਜਾਂਦਾ ਅਕਤੂਬਰ 1918 ਵਿੱਚ ਇਫਲੂਐਂజా ਦੇ ਉਹਨਾਂ ਸ਼ਿਕਾਰ ਲੋਕਾਂ ਦੇ ਬਾਰੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਉਸ ਸਮੇਂ ਮਹਾਮਾਰੀ ਦੇ ਸ਼ਿਕਾਰ ਹੋ ਕੇ ਜਿੰਨੇ ਲੋਕ ਇੱਕ ਹਫ਼ਤੇ 'ਚ ਮਰੇ ਸੀਗੇ ਪਹਿਲੇ ਵਿਸ਼ਵ ਯੁੱਧ ਵਿੱਚ 4 ਸਾਲਾਂ ਵਿੱਚ ਵੀ ਉਹਨੇ ਲੋਕ ਨਹੀਂ ਸੀ ਮਰੇ ਇੱਕ ਹਫ਼ਤੇ ਦੇ ਵਿੱਚ ਮਹਾਮਾਰੀ ਦੇ ਨਾਲ ਜਿੰਨੇ ਲੋਕ ਮਰੇ ਪਹਿਲੇ ਵਿਸ਼ਵ ਯੁੱਧ ਵਿੱਚ 4 ਸਾਲਾਂ ਦੇ ਵਿੱਚ ਵੀ ਓਨੇ ਲੋਕ ਨਹੀਂ ਮਰ ਪਾਏ ਕਈ ਜਗ੍ਹਾ ਉੱਤੇ ਲੋਕਾਂ ਦੀਆਂ ਲਾਸ਼ਾਂ ਨੂੰ ਗਹਿਰੇ ਸਮੁੰਦਰ ਵਿੱਚ ਸੁੱਟਿਆ ਗਿਆ ਤੇ ਕਈਆਂ ਨੂੰ ਡੂੰਘੀਆਂ ਖਾਈਆਂ ਵਿੱਚ ਵਿਧ ਅਫਨਾਇਆ ਗਿਆ 1934 ਵਿੱਚ ਕਾਲੀ ਮੌਤ ਨਾਮ ਦੀ ਇੱਕ ਮਹਾਮਾਰੀ ਫੈਲੀ ਸੀਗੀ ਔਰ ਇਹ ਭਾਰਤ ਦੇ ਵਿੱਚ ਫੈਲੀ ਸੀਗੀ ਔਰ ਇਹਦੇ ਨਾਲ 10000 ਤੋਂ ਵੱਧ ਲੋਕਾਂ ਦੀ ਜਿਹੜੀ ਆ ਉਹ ਮੌਤ ਹੋਈ ਸੀਗੀ 1944 ਸੀਵੀ ਵਿੱਚ ਹਿਟਲਰ ਨੇ ਯਹੂਦੀਆਂ ਦੀ ਹੱਤਿਆ ਇੰਜ ਕੀਤੀ ਜਿਵੇਂ ਭੇਡਾਂ ਵੱਢ ਕੀਤੀਆਂ ਜਾਂਦੀਆਂ ਹਨ ਹਿਟਲਰ ਦਾ ਵੀ ਇਹ ਜਿਹੜਾ ਪ੍ਰਕੋਪ ਸੀਗਾ ਕਿਸੇ ਮਹਾਮਾਰੀ ਤੋਂ ਘੱਟ ਨਹੀਂ ਸੀ ਯਹੂਦੀਆਂ ਦੇ ਲਈ ਇਹਦਾ ਜ਼ਿਕਰ ਕੀਤਾ ਗਿਆ ਆ ਵਜਨ ਸਹਿਤਾ 4410 ਦੇ ਵਿੱਚ ਜੋ ਹਿਟਲਰ ਨੇ ਉਹਨਾਂ ਦੇ ਨਾਲ ਕੀਤਾ ਆ ਕੋਈ ਵੀ ਚੀਜ਼ ਵਚਨ ਤੋਂ ਬਾਹਰ ਨਹੀਂ ਆ ਤੂੰ हमको ਸ਼ਤਰੂ ਕੇ ਸਾਹਮਣੇ ਸੇ ਹਟਾ ਦਿੱਤਾ ਹੈ ਔਰ ਹਮਾਰੇ ਹਮਾਰੇ ਬੈਰੀ ਮਨਮਾਨੇ ਲੂਟ ਮਾਰ ਕਰਤੇ ਹਨ ਵਜਨ ਸਹਿਤਾ 11 ਵਿੱਚ ਲਿਖਿਆ 44 ਦੇ 11 ਵਿੱਚ ਤੂੰ ਨੇ ਹਮੇ ਕਸਾਇ ਕੀ ਬੇਡੋں ਕੇ ਸਮਾਨ ਕਰ ਦਿਆ ਔਰ ਹਮ ਕੋ ਅਨੇ ਜਾਤੀਓਂ ਮੇ ਤਿੱਤਰ ਬਿੱਤਰ ਕੀਆ ਤੂੰ ਆਪਣੀ ਪ੍ਰਜਾ ਕੋ ਸੇਤ ਮੇਤ ਵੇਚ ਡਾਲਤਾ ਹੈ ਪਰੰਤੂ ਉਨਕੇ ਮੋਲ ਸੇ ਤੂੰ ధਨੀ ਉਨਕੇ ਮੋਲ ਸੇ ਤੂੰ ధਨੀ ਨਹੀਂ ਹੋਤਾ ਸੋ ਇਹ ਨਹੀਂ ਚੀਜਾਂ ਸਾਰੀਆਂ ਜਿਵੇਂ ਵਿਕੇ ਆ ਉਹ ਜਿਵੇਂ ਜਿਵੇਂ ਉਹਨਾਂ ਦਾ ਨਾ ਹੋਇਆ ਜਿਵੇਂ ਜਿਵੇਂ ਹਿਟਲਰ ਦੇ ਦੁਆਰਾ ਉਹਨਾਂ ਦੇ ਨਾਲ ਇਹ ਸਭ ਕੁਝ ਧੱਕੇਸ਼ਾਹੀ ਕੀਤੀ ਗਈ ਆ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਆ ਲekin ਇਹਦੇ ਨਾਲ ਨਾਲ ਜਿਹੜਾ ਸਾਡੇ ਸਾਹਮਣੇ ਇੱਕ ਚੀਜ਼ ਆਉਂਦੀ ਹੈ ਕਿ ਅਸੀਂ ਇਹਨਾਂ ਦੇਖੀਏ ਕਿ ਸ਼ੁਰੂ ਤੋਂ ਉਦਾਰਣ ਲੇਕਿਨ ਉਹਦੇ ਵਿੱਚ ਅੰਤਮ ਸਮਿਆਂ ਦੇ ਵਿੱਚ ਵਾਧਾ ਕਿੰਨਾ ਹੋਇਆ ਹੈ ਪਚਾਲਾਂ ਵਿੱਚ ਵਾਧਾ ਹੋਇਆ 1800 ਤੇ 80 ਇਸਵੀ ਵਿੱਚ ਸਿਰਫ 2 ਜਾਂ 3 ਪਚਾਰ ਆਏ ਸੀਗੇ ਪੂਰੀ ਦੁਨੀਆ ਦੇ ਵਿੱਚ 1880 ਤੋਂ ਵੇਰਵਾਇਆ ਰੈਕਟਰ 6 ਤੋਂ ਉੱਪਰ ਜਿਹੜੀ ਸਕੇਲ ਜਿਹੜਾ ਨਾ ਉਹਦੇ ਤੋਂ ਉੱਪਰ ਜਿਹੜਾ ਪਚਾਰਾ ਜਿਹੜੇ ਨੁਕਸਾਨ ਕਰਦੇ ਆ 1950 ਦੇ ਵਿੱਚ 9 ਆਏ ਪੂਰੀ ਦੁਨੀਆ ਦੇ ਵਿੱਚ 1960 ਦੇ ਵਿੱਚ 13 1970 ਦੇ ਵਿੱਚ 51 1980 ਦੇ ਵਿੱਚ 86 1990 ਦੇ ਵਿੱਚ 100 1998 ਤੱਕ ਜਿਹੜੇ ਕੁੱਲ ਟੋਟਲ ਪੁਚਾਲ ਆ ਚੁੱਕੇ 1880 ਤੋਂ ਲੈ ਕੇ ਤੇ 1998 ਤੱਕ ਜਦੋਂ ਉਹਨਾਂ ਦੀ ਪੂਰੀ ਕਾਊਂਟਿੰਗ ਕੀਤੀ ਜਾਵੇ 7600 ਪੁਚਾਲ ਆ ਚੁੱਕੇ ਆ 7650 ਪੁਚਾਲ ਆ ਚੁੱਕੇ ਆ ਇਹ ਸਾਰੇ ਦੇ ਸਾਰੇ ਸਕੁਅਰ ਛੇ ਤੋਂ ਉੱਪਰ ਸੀ ਜਿਹੜਾ ਰੈਕਟਰ ਛੇ ਮਾਪ ਦੇਣਾ ਮੁਰਨੇ ਕਿੰਨਾ ਨੁਕਸਾਨ ਕੀਤਾ ਕਿੰਨੀ ਉਹਦੀ ਤੇਜ਼ ਗਤੀ ਸੀਗੇ ਉਹਦੇ ਮੁਤਾਬਕ 6 ਡੈਕਟ ਤੋਂ ਉੱਪਰ ਸੀਗੇ 1967 ਮਿਸਰ ਸੀਰੀਆ ਅਤੇ ਜਾਰਡਨ ਦੇ ਨਾਲ 6 ਦਿਨਾਂ ਦਾ ਯੁੱਧ ਇਹ ਯੁੱਧ ਵੀ ਇਸਰਾਇਲ ਨੇ ਜਿੱਤਿਆ ਤੇ 20560 ਤੋਂ ਲੈ ਕੇ 66000 ਵਰਗ ਕਿਲੋਮੀਟਰ ਦੇ ਏਰੀਏ ਦੇ ਹਿੱਸੇ ਨੂੰ ਜਿੱਤ ਲਿਆ ਜਿਸ ਵਿੱਚ ਪੁਰਾਣਾ ਯਰੂਸ਼ਲਮ ਵੀ ਜਿਹੜਾ ਯੁੱਧ ਤੋਂ ਪਹਿਲਾਂ ਇਹਨਾਂ ਕੋਲ ਨਹੀਂ ਸੀ ਉਹ ਆ ਗਿਆ ਸੋ ਆਉਂਦੇ ਜਾਂਦੇ ਆਸੀਂ 70 ਇਸਵੀ ਤੋਂ ਲੈ ਕੇ ਅਸੀਂ 1967 ਈਸਵੀ ਦੇ ਵਿੱਚ ਪ੍ਰਵੇਸ਼ ਕਰ ਗਏ ਆ ਲੇਕਿਨ ਇਹਦਾ ਵਿਚਲਾ ਸਮੇਂ ਨੂੰ ਅਸੀਂ ਸਾਇਲੈਂਟ ਰੱਖਿਆ ਉਹਨੂੰ ਕੱਲ ਅਸੀਂ ਖੋਲਾਂਗੇ ਲੇਕਿਨ ਅੱਜ ਸਾਡੇ ਸਾਹਮਣੇ ਇੱਕੋ ਗੱਲ ਧਿਆਨ ਚ ਰੱਖਣ ਵਾਲੀ ਆ ਅਸੀਂ ਪਰਮੇਸ਼ਵਰ ਦੇ ਸਬਰ ਨੂੰ ਲਾਈਟ ਲੀਨ ਨਾਲ ਹੀ ਹੈ ਨੰਬਰ 2 ਅਸੀਂ ਇਹ ਨਾ ਦੇਖੀਏ ਕਿ ਅੰਤ ਸਮੇਂ ਦੀਆਂ ਗੱਲਾਂ ਤੇ ਰਸੂਲਾਂ ਦੇ ਟਾਈਮ 'ਚ ਵੀ ਹੁੰਦੀਆਂ ਸੀਗੀਆਂ ਲੇਕਿਨ 2000 ਸਾਲ ਬੀਤ ਚਲੇ ਆ ਇਹਦੇ ਨਾਲ ਅਸੀਂ ਇਹ ਚੀਜ਼ ਚਿਤਤੇ ਰੱਖੀਏ ਪਰਮੇਸ਼ਰ ਸਬਰ ਰੱਖਦਾ ਆ ਇਹਦੇ ਨਾਲ ਅਸੀਂ ਇਹ ਚੀਜ਼ ਚਿਤਤੇ ਰੱਖੀਏ ਕਿ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਇੱਕ ਦਿਨ ਇੱਕ ਹਜ਼ਾਰ ਸਾਲ ਵਰਗਾ ਤੇ ਇੱਕ ਹਜ਼ਾਰ ਸਾਲ ਇੱਕ ਦਿਨ ਵਰਗਾ ਆ ਸੋ ਸਾਨੂੰ ਲੱਗਦਾ 2000 ਸਾਲ ਹੈ ਲੇਕਿਨ ਪਰਮੇਸ਼ਰ ਦੀ ਨਜ਼ਰ ਤੇ ਇਹ ਦੂਜਾ ਦਿਨ ਨੇ ਆ ਸੋ ਦੂਜੇ ਦਿਨ ਦੇ ਵਿੱਚ ਪਰਮੇਸ਼ਰ ਦੀ ਨਜ਼ਰ ਜਿਵੇਂ ਅਸੀਂ ਦੇਖਦੇ ਆ ਤੇ ਹੁਣ ਸਾਨੂੰ ਪਤਾ ਲੱਗਦਾ ਵੇ ਅੰਤਿਮ ਦਿਨਾਂ ਦੇ ਅੰਤਿਮ ਚਰਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਸਾਨੂੰ ਬੜੀ ਸਾਵਧਾਨੀ ਨਾਲ ਚੱਲਣ ਦੀ ਜ਼ਰੂਰਤ ਆ ਇਸ ਅਗਲੇ ਸੇਨੋ ਸਿਕਾ ਨੂੰ ਦੇਖਾਂਗੇ ਖੁਦਾਤਾ ਅਨੁਸਾਰ ਇਹਨਾਂ ਨੂੰ ਆਸ਼ੀਸ਼ ਬਰਕਤ ਦੇਵੇ ਸਾਰਿਆਂ ਨੂੰ ਜੈਮਸੀ ਕੀ ਦੁਆ ਕਰਦੇ ਹਾਂ ਪਹਿਰੇ ਖੁਦਾਮ ਖੁਦਾ ਤੇਰੀ ਤਾਰੀਫ ਤੇਰਾ ਧੰਨਵਾਦ ਕਰਦੇ ਹਾਂ ਤੇਰੇ ਰੋਕਾਂ ਦੇ ਲਈ ਜਿਹਨਾਂ ਨੇ ਬਚਨ ਸੁਣਿਆ ਤੁਸੀਂ ਆਸ਼ੀਸ਼ ਬਰਕਤ ਦਿਓ ਖੁਦਾਵਨ ਔਰ ਆਪਣੇ ਬਚਨ ਨੂੰ ਸਮਝਣ ਦੀ ਸਾਨੂੰ ਤੌਫੀਕ ਦਿਓ ਔਰ ਤੇਰੀਆਂ ਇਹਨਾਂ ਗਹਿਰਾਈਆਂ ਨੂੰ ਬੜੇ ਸਰਲ ਤਰੀਕੇ ਨਾਲ ਅਸੀਂ ਸਮਝ ਸਕੀਏ ਕਿਰਪਾ ਕਰੋ कोरोना वायरस ਦੇ ਨਾਲ ਖੁਦਾਵੰਦ ਜੋ ਦੁਨੀਆ ਦੇ ਵਿੱਚ ਘਚਰ ਹੋ ਗਿਆ ਤੁਹਾਡਾ ਸਭ ਕੁਝ ਸਾਹਮਣੇ ਹੈ ਔਰ ਅਸੀਂ ਮਸੀਹ ਯਸੂ ਦੇ ਨਾਮ ਤੇ ਵਿੱਚ ਇਹ ਬੇਨਤੀ ਕਰਦੇ ਹਾਂ ਖੁਦਾਵੰਦ ਆਪਣੇ ਇਸ ਕਰੋਧ ਨੂੰ ਦੁਨੀਆ ਤੋਂ ਹਟਾਓ ਨਾਸ਼ ਕਰਨ ਵਾਲੇ ਨੂੰ ਵਾਪਸ ਬਣਾਓ ਖੁਦਾਵੰਦ ਤਾਂ ਕਿ ਤੇਰੇ ਲੋਕ ਦੁਬਾਰਾ ਤੋਂ ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰਦੇ ਹੋਏ ਖੁਦਾਵੰਦ ਉਹਨਾਂ ਲੋਕਾਂ ਤੱਕ ਵੀ ਤੇਰੀ ਮਰਿਆਦੀ ਨੂੰ ਪਹੁੰਚਾ ਸਕਣ ਖੁਦਾਵੰਦ ਜਿਹੜੇ ਅਜੇ ਤੇਰੇ ਨਾਮ ਨੂੰ ਨਹੀਂ ਜਾਣਦੇ ਤੇਰੀ ਨਜਾਤ ਦੇ ਪੈਗਾਮ ਨੂੰ ਨਹੀਂ ਜਾਣਦੇ ਖੁਦਾਵੰਦ ਕਿਰਪਾ ਕਰੋ ਆਪਣੇ ਆਪ ਨੂੰ ਤੁਹਾਡੇ ਫਜ਼ਲ ਭਰੇ ਹੱਥਾਂ 'ਚ ਜਿੰਨੇ ਆ ਖੁਦਾ ਤੇਰੀ ਨੇਕ ਇਛਾ ਮੰਗ ਲੈਂਦੇ ਆ ਮਸੀਹ ਯਿਸੂ ਦੇ ਨਾਮ ਵਿੱਚ ਆਮੀਨ ਹੁਣ ਸਾਡੇ ਖੁਦਾ ਹੋ ਯਿਸੂ ਸਿੱਧਾ ਫਜ਼ਲ ਖੁਦਾ ਬਾਪ ਦੀ ਮੁਹੱਬਤ ਪਾਕ ਨੂੰ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹ ਲਈ तमाम ਲੋਕਾਂ ਦੇ ਨਾਲ ਬਣੀ ਰਵੇ ਆਮੀਨ ਸਭ ਨੂੰ ਜੇਮਸੀ ਕੀ ਖੁਦਾ ਤੁਹਾਡੇ ਸਾਰਿਆਂ ਦੇ ਨਾਲ